ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ, ਜੇ ਬਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈ ਅਕਾਲ ਮੂਰਤ, ਅਜੂਨੀ ਸੈਭੰਗ ਗੁਰਪ੍ਰਸਾਦ, ਸੋਰਠ ਮਹਲਾ ਪਹਿਲਾ ਘਰ ਪਹਿਲਾ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ, ਸੇ ਘਰ ਪਾਗਠ ਦੇਖ, ਬਾਬਾ ਮਾਇਆ ਸਾਥ ਨ ਹੋਏ, ਇਨ ਮਾਇਆ ਜਗ ਮੋਹਿਆ, ਬਿਰਲਾ ਬੁਝੈ ਕੋ ਰਹਾ, ਹਾਣ ਹਟ ਕਰ ਅਰ ਜਾ, ਸੱਚ ਨਾਮ ਕਰਵਥ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ, ਵਣ ਜਾ ਰਿਆਂ ਸਿਉਂ ਵਣਜ ਕਰ, ਲੈ ਲਾਹਾ ਮਨ ਹੱਸ, ਸੁਣ ਸਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ, ਸੁਣ ਸਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ, ਖਰਚ ਬਨ ਚੰਗਿਆਈਆਂ, ਮਤ ਮਨ ਜਾਣੈ ਕੱਲ, ਨਿਰੰਕਾਰ ਕੈ ਦੇਸ਼ ਜਾਹੇ, ਤਾਂ ਸੁਖ ਲਹੇ ਮਹੱਲ, ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕਮ, ਬਨ ਬਦੀਆਂ ਕਰ ਧਾਵਣੀ, ਤਾਂ ਕੋ ਆਖੈ ਧਨ, ਨਾਨਕ ਵੇਖੈ
ਨਦਰ ਕਰ ਚੜੈ ਚਵਗਣ ਬਨ ਲਾਏ ਚਿਤ ਕਰ ਚੱਕਰੀ ਮਨ ਨਾਮ ਕਰ ਕੰਮ ਬਨ ਬਦੀਆਂ ਕਰ ਧਾਵਣੀ ਤਾਂ ਕੋ ਆਖੈ ਧਨ ਨਾਨਕ ਵੇਖੈ ਨਦਰ ਕਰ ਚੜੈ ਚਵਗਣ ਬਨ ਪਰਮ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਗੋਦ ਵਿੱਚ ਸ਼ਾਮਾਂ ਵੇਲੇ ਦੇ ਗੁਰਮਤਿ ਸਮਾਗਮ ਦੀ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਆਪ ਜੀ ਨੇ ਸਤਿਗੁਰ ਦੀ ਪਾਵਨ ਬਾਣੀ ਦਾ ਕੀਰਤਨ ਸਭ ਤੋਂ ਪਹਿਲਾਂ ਬੜੇ ਪਿਆਰ ਨਾਲ ਭਾਈ ਸਾਹਿਬ ਹੁਣਾਂ ਦੇ ਜਥੇ ਪਾਸੋਂ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਆਪ ਜੀ ਨੇ ਗੁਰਮਤਿ ਦੀਆਂ ਵਿਚਾਰਾਂ ਭਾਈ ਸ਼ਮਸ਼ੇਰ ਸਿੰਘ ਜੀ ਪਾਸੋਂ ਬੜੇ ਪਿਆਰ ਨਾਲ ਸੁਣੀਆਂ ਨੇ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਜਿਸ ਦਾ ਪਾਠ ਆਪਾਂ ਸਾਰਿਆਂ ਨੇ ਹੀ ਹੁਣੇ ਸਰਵਣ ਕੀਤਾ ਹੈ, ਜੋ ਰਾਗ ਸੋਰਠ ਵਿੱਚ ਘਰ ਪਹਿਲੇ ਵਿੱਚ 596 ਅੰਕ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਸ਼ਬਦ ਸੁਭਾਏਮਾਨ ਹੈ। ਸਤ ਸੰਗਤ ਜੀ, ਉਹ ਆਓ ਜਿੱਥੇ ਸਮਾਗਮ ਤੁਸੀਂ ਸੁਣ ਰਹੇ ਉੱਥੇ ਨਾਲ ਨਾਲ ਸਿੱਖੀ ਲੈ TV 'ਤੇ ਲਾਈਵ ਦੇਸ਼ ਵਿਦੇਸ਼ ਵਿੱਚ ਸੰਗਤਾਂ ਆਪਣੇ ਘਰਾਂ ਵਿੱਚ ਬੈਠੀਆਂ ਸਫ਼ਰ ਕਰਦੀਆਂ ਨਾਲ ਨਾਲ ਸਰਵਣ ਕਰ ਰਹੀਆਂ ਨੇ। ਆਓ ਸਤਿਗੁਰ ਦੀ ਪਾਵਨ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਅਦਬ ਸਤਿਕਾਰ ਦੇ ਨਾਲ ਫਤਿਹ ਪ੍ਰਵਾਨ ਕਰੋ, ਬੜੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਲ ਕੇ ਇੱਕ ਵਾਰ ਸ਼ਬਦ ਦੀਆਂ ਰਹਾਓ ਵਾਲੀਆਂ ਤੁਕਾਂ ਦਾ ਪਾਠ ਕਰ ਲਈਏ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੁੱਝੈ ਕੋਏ। ਜਦੋਂ ਮਾਇਆ ਸ਼ਬਦ ਆਉਂਦਾ ਹੈ, ਜਦੋਂ ਆਪਾਂ ਕਿਸੇ ਨੂੰ ਕਹੀਏ ਵੀ ਮਾਇਆ ਦੀ ਤਸਵੀਰ ਆਪਣੀ ਸੂਰਤ ਵਿੱਚ ਬਣਾ, ਤਾਂ ਸਾਡੇ ਸਾਰਿਆਂ ਦੇ ਦਿਮਾਗ ਵਿੱਚ ਜਿਨ੍ਹਾਂ ਨੂੰ ਬਾਣੀ ਆਪ ਪੜ੍ਹੀ ਅਤੇ ਵਿਚਾਰੀ ਸਮਝੀ ਨਹੀਂ ਹੈ, ਅਤੇ ਮਾਇਆ ਦੀ ਤਸਵੀਰ ਸਾਡੇ ਦਿਮਾਗ 'ਚ ਕਿਹੜੀ ਬਣੇਗੀ ਭਲਾ। ਆਪਾਂ ਜੇ ਕਿਸੇ ਨੂੰ ਕਹੀਏ ਵੀ ਮਾਇਆ ਦਾ ਧਿਆਨ ਧਰੋ, ਅਤੇ ਮਾਇਆ ਸਾਡੇ ਸਮਾਜ ਵਿੱਚ ਜਿਹਨੇ ਬਾਣੀ ਆਪ ਪੜ੍ਹੀ ਨਹੀਂ, ਆਪ ਵਿਚਾਰੀ ਨਹੀਂ, ਉਹਨੂੰ ਪੁੱਛੋ ਵੀ ਮਾਇਆ ਕਿਹਨੂੰ ਕਹਾਂਗੇ ਆਪਾਂ? ਅਤੇ ਕੁਦਰਤੀ ਗੱਲ ਹੈ, ਸਾਡਾ ਸਾਰਿਆਂ ਦਾ ਧਿਆਨ ਮਾਇਆ ਕਿਹੜੀ ਵੱਲ ਜਾਏਗਾ ਜੀ ਭਲਾ? ਬੋਲ ਕੇ ਦੱਸਿਓ ਜੀ। ਆਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪਈ ਹੈ, ਅਸੀਂ ਕਹਾਂਗੇ ਇਹ ਮਾਇਆ ਹੈ। ਕਿਉਂ ਸਾਧ ਸੰਗਤ ਜੀ, ਸਹਿਮਤ ਇਸ ਗੱਲ ਨਾਲ ਵੀ ਆਪਾਂ ਕਿਸੇ ਨੂੰ ਕਹੀਏ ਵੀ ਭਾਈ ਮਾਇਆ ਸਾਥ ਨਹੀਂ ਜਾਣੀ, ਅਤੇ ਇੱਕਦਮ ਸਾਡੇ ਦਿਮਾਗ 'ਚ ਜਾਣਾ ਵੀ ਜਿਹਦੇ 'ਤੇ ਗਾਂਧੀ ਦੀ ਫੋਟੋ, ਇਹ ਮਾਇਆ ਹੈ, ਇਹਦਾ ਮਤਲਬ ਇਹ ਨਾਲ ਨਹੀਂ ਜਾਣੀ। ਕਿਹੜੀ ਮਾਇਆ ਹੈ? ਇਹ ਪਰਿਭਾਸ਼ਾ ਗੁਰਬਾਣੀ 'ਚੋਂ ਸਮਝਣੀ ਬਹੁਤ ਜ਼ਰੂਰੀ ਹੈ। ਤੁਹਾਨੂੰ ਪਤਾ ਵੀ ਇਸ ਮਾਇਆ ਤੋਂ ਬਿਨਾਂ ਸੰਸਾਰ ਅੱਗੇ ਤੁਰ ਨਹੀਂ ਸਕਦਾ। ਤੁਸੀਂ ਆਪਣੇ ਬੱਚੇ ਨੂੰ ਕਿਸੇ ਸਕੂਲ 'ਚ ਐਡਮਿਸ਼ਨ ਕਰਾਉਣੀ ਹੈ, ਤੁਸੀਂ ਕਿਸੇ ਦੁਕਾਨ ਤੋਂ ਰਾਸ਼ਨ ਲੈਣ ਜਾਣਾ ਹੈ, ਤੁਸੀਂ ਇੱਕ ਥਾਂ ਤੋਂ ਦੂਜੇ ਥਾਂ 'ਤੇ ਸਫ਼ਰ ਕਰਨਾ ਹੈ, ਤੁਸੀਂ ਗੱਡੀ ਲੈ ਜਾਂਦੀ ਹੈ, ਗੱਡੀ ਲੈਣ ਤੋਂ ਪਹਿਲਾਂ ਵੀ ਤੁਹਾਡੇ ਕੋਲ ਕੀ ਚਾਹੀਦਾ ਭਲਾ? ਉੱਚੀ ਬੋਲੋ ਪਿਆਰਿਓ, ਮਾਇਆ ਚਾਹੀਦੀ ਹੈ। ਸ਼ਾਇਦ ਇਸੇ ਕਰਕੇ ਬਹੁਤੇ ਦੇਹਧਾਰੀ ਡੇਰੇਦਾਰ ਲੋਕਾਂ ਦੇ ਦਿਮਾਗ 'ਚ ਇਹ ਗੱਲ ਪਾ ਦਿੱਤੀ ਵੀ ਸਾਡੇ ਬਾਬਾ ਜੀ ਤਾਂ ਮਾਇਆ ਨੂੰ ਹੱਥ ਲਾਉਂਦੇ ਨਹੀਂ।
ਉਹਨਾਂ ਦੇ ਦਿਮਾਗ 'ਚ ਇਹ ਗੱਲ ਪੈ ਗਈ ਵੀ ਆਹ ਜਿਹੜੇ ਪੈਸੇ ਹੁੰਦੇ ਨੇ, ਜਿਹੜੀ ਕਰੰਸੀ ਹੈ, ਇਹ ਮਾਇਆ ਹੈ। ਜਿੰਨੀ ਦੇਰ ਤੱਕ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਇਹ ਨਹੀਂ ਸਮਝਾਂਗੇ ਵੀ ਮਾਇਆ ਸਤਿਗੁਰ ਦੀ ਬਾਣੀ ਕਹਿੰਦੀ ਕਿਹਨੂੰ ਹੈ। ਸਤਿਗੁਰ ਨੇ ਤਾਂ ਆਪ ਆਖਿਆ ਸਿੱਖਾਂ ਨੂੰ ਵੀ ਜਦੋਂ ਤੁਸੀਂ ਸਾਡੇ ਕੋਲ ਆਉਣਾ, ਤੁਸੀਂ ਦਸਾਂ ਨਵਾਂ ਦੀ ਕਿਰਤ ਕਮਾਈ ਕਰਦੇ ਹੋ, ਉਹਦੇ ਵਿੱਚੋਂ ਕੁਝ ਹਿੱਸਾ ਲੈ ਕੇ ਆਉਣਾ। ਇਹਦਾ ਮਤਲਬ ਗੁਰੂ ਸਾਹਿਬ ਨੂੰ ਪਤਾ ਵੀ ਕਾਰਜ ਪੈਸੇ ਤੋਂ ਬਿਨਾਂ ਤਾਂ ਹੋਣਾ ਹੀ ਨਹੀਂ ਹੈ। ਤੁਹਾਡੇ ਵਿੱਚ ਕਈ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਕਮੇਟੀਆਂ ਬੈਠੀਆਂ ਹੋਣਗੀਆਂ। ਆਪਾਂ ਕਹੀਏ ਵੀ ਵੇਖੋ ਜੀ, ਹੁਣ ਇਹ ਗੱਲ ਪੱਕੀ ਵੀ ਇਸ ਪੈਸੇ ਦਾ ਗੁਰੂ ਨੂੰ ਕੋਈ ਲੋੜ ਨਹੀਂ। ਇਸ ਪੈਸੇ ਨਾਲ ਅਸੀਂ ਕਾਰਜ ਕਰਨੇ ਹੁੰਦੇ ਨੇ, ਲੰਗਰ ਬਣਨਾ ਹੈ, ਸਾਉਂਡ ਵਾਲੇ ਨੂੰ ਦੇਣੇ ਨੇ, ਟੈਂਟ ਲੱਗਣਾ ਹੈ, ਹੋਰ ਕਿੰਨੇ ਖਰਚੇ ਨੇ, ਜੋ ਵੀ ਹੈ, ਬਿਜਲੀ ਦਾ ਬਿੱਲ ਜਾਣਾ ਹੈ। ਪੈਸੇ ਤੋਂ ਬਿਨਾਂ ਸੰਸਾਰ ਨਹੀਂ ਚੱਲ ਸਕਦਾ। ਕਿਹੜੀ ਮਾਇਆ ਹੈ ਜਿਹਦਾ ਜ਼ਿਕਰ ਸਤਿਗੁਰ ਨੇ ਬਾਣੀ ਵਿੱਚ ਕੀਤਾ ਹੈ? ਇਹ ਆਪਾਂ ਸਤਿਗੁਰ ਦੀ ਬਾਣੀ ਵਿੱਚੋਂ ਸਮਝ, ਕਾਸ਼ ਕਿਤੇ ਅਸੀਂ ਬਾਣੀ ਧਿਆਨ ਨਾਲ ਪੜ੍ਹੀ ਅਤੇ ਸਮਝੀ ਵਿਚਾਰੀ ਹੁੰਦੀ, ਸਾਨੂੰ ਇਹਨਾਂ ਗੱਲਾਂ ਦਾ ਸੌਖਿਆਂ ਸਮਝ ਆ ਜਾਂਦੀ। ਪਰ ਅੱਜ ਪੜ੍ਹਿਆ ਲਿਖਿਆ ਵਰਗ ਵੀ ਪਾਠ ਕਰਾਉਣ ਵਿੱਚ ਤਾਂ ਵਿਸ਼ਵਾਸ ਰੱਖਦਾ, ਪਰ ਪਾਠ ਖੁਦ ਕਰਨ ਦੇ ਵਿੱਚ ਆਪਣੇ ਆਪ ਨੂੰ ਉਹਨੇ ਤੋਰਨ ਦਾ ਯਤਨ ਨਹੀਂ ਕੀਤਾ। ਆਓ ਸਾਧ ਸੰਗਤ, ਬੇਨਤੀ ਹੈ, ਰਲ ਕੇ ਇਹਨਾਂ ਤੁਕਾਂ ਦਾ ਪਾਠ, ਪ੍ਰਬੰਧਕ ਵੀਰਾਂ ਨੂੰ ਬੇਨਤੀ, ਇੱਧਰ ਇੱਕ ਜਾਣਾ ਖਲੋ ਜਾਓ, ਆਵਾਜ਼ ਬਹੁਤ ਆ ਰਹੀ ਹੈ, ਦੋ ਜਾਣੇ ਉੱਧਰ ਖਲੋ ਜਾਓ ਜੀ, ਇਹ ਜਲ ਵਾਲਾ ਕੰਮ ਬਾਅਦ ਵਿੱਚ ਕਰ ਦਿਓ ਜੀ, ਸਾਰੇ ਜਾਣੇ ਇੱਧਰ ਆ ਜਾਓ, ਮੇਰੀ ਬੇਨਤੀ, ਹੱਥ ਜੁੜ ਕੇ, ਤੁਸੀਂ ਬੜੀ ਮਿਹਨਤ ਨਾਲ ਸਮਾਗਮ ਕੀਤਾ, ਉੱਥੇ ਇੱਕ ਜਾਣਾ ਖਲੋ ਜਾਓ, ਜਿਹੜੇ ਵੀਰ ਨੇ ਇੱਧਰ ਆਣ ਕੇ ਬੈਠ ਜਾਓ, ਬਹੁਤ ਜਗ੍ਹਾ ਹੈ। ਜਾਣ ਲੱਗੇ ਆਪਾਂ ਸਾਰਿਆਂ ਨੇ ਲੰਗਰ ਪਾਣੀ ਛਕ ਲੈਣਾ, ਆਪਣਾ ਸਮਾਂ ਇਹਨਾਂ ਕੰਮਾਂ 'ਚ ਨਾ ਉਲਝਾਇਆ ਕਰੋ। ਬੜੀ ਮਿਹਨਤ ਨਾਲ ਤੁਸੀਂ ਗੁਰੂ ਦੀ ਗੋਦ ਵਿੱਚ ਬੈਠੇ ਹੋ, ਰੋਜ਼ ਇੱਦਾਂ ਦੇ ਸਮਾਗਮ ਨਹੀਂ ਹੁੰਦੇ। ਆਓ ਰਲ ਕੇ ਇੱਕ ਵਾਰ ਇਹਨਾਂ ਤੁਕਾਂ ਦਾ ਪਾਠ ਕਰ ਲਈਏ, ਕੋਈ ਇੱਦਾਂ ਦੀ ਰਸਨਾ ਨਾ ਰਵੇ ਜਿਹੜੀ ਬਾਣੀ ਨਾ ਪੜ੍ਹੇ। ਬੜੇ ਪਿਆਰ ਨਾਲ ਸਾਰੀ ਸੰਗਤ ਬਾਣੀ ਗਾਓ ਜੀ। ਮਾਇਆ ਸਾਥ ਨਾ ਹੋਵੇ ਬਾਬਾ, ਮਾਇਆ ਸਾਥ ਨਾ ਹੋਵੇ, ਮਾਇਆ ਸਾਥ ਨਾ ਹੋਏ ਬਾਬਾ, ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਇਨ ਮਾਇਆ ਜਗ ਮੋਹਿਆ, ਵਿਰਲਾ ਬੂਝੈ ਕੋਏ, ਵਿਰਲਾ ਬੂਝੈ ਕੋਏ, ਵਿਰਲਾ ਬੂਝੈ ਕੋਏ, ਵਿਰਲਾ ਬੂਝੈ ਕੋਏ, ਮਾਇਆ ਸਾਥ ਨਾ ਹੋਏ ਬਾਬਾ, ਮਾਇਆ ਸਾਥ ਨਾ ਹੋਏ, ਮਾਇਆ ਸਾਥ ਨਾ ਹੋਏ ਬਾਬਾ, ਮਾਇਆ ਸਾਥ ਨਾ ਹੋਏ, ਵਾਹ ਵਾਹ। ਇਨ ਮਾਇਆ ਜਗ ਮੋਹਿਆ, ਇਨ ਮਾਇਆ ਜਗ ਮੋਹਿਆ, ਵਿਰਲਾ ਬੂਝੈ ਕੋਏ, ਵਿਰਲਾ ਬੂਝੈ ਕੋਏ, ਵਿਰਲਾ ਬੂਝੈ ਕੋਏ, ਵਿਰਲਾ ਬੂਝੈ ਕੋਏ, ਵਾਹ ਵਾਹ।
ਮਨ ਹਾਲੀ ਕਿਰਸਾਣੀ ਕਰਨੀ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਸ਼ਰਮ ਪਾਣੀ ਤਨ ਖੇਤ, ਸ਼ਰਮ ਪਾਣੀ ਤਨ ਖੇਤ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮ ਸੀ, ਭਾਉ ਕਰਮ ਕਰ ਜਮ ਸੀ, ਸੇ ਕਰ ਪਾਗਠ ਦੇਖੋ, ਸੇ ਕਰ ਪਾਗਠ ਦੇਖੋ, ਮਾਇਆ ਸਾਥ ਨ ਹੋਏ ਬਾਬਾ, ਮਾਇਆ ਸਾਥ ਨ ਹੋਏ, ਮਾਇਆ ਸਾਥ ਨ ਹੋਏ ਬਾਬਾ, ਮਾਇਆ ਸਾਥ ਨ ਹੋਏ, ਇਨ ਮਾਇਆ ਜਗ ਮੋਹਿਆ, ਇਨ ਮਾਇਆ ਜਗ ਮੋਹਿਆ, ਵਿਰਲਾ ਬੂਝੈ ਕੋਏ, ਵਿਰਲਾ ਬੂਝੈ ਕੋਏ, ਵਿਰਲਾ ਬੂਝੈ ਕੋਏ, ਵਿਰਲਾ ਬੂਝੈ ਕੋਏ, ਮਾਇਆ ਸਾਥ ਨ ਹੋਏ ਬਾਬਾ, ਮਾਇਆ ਸਾਥ ਨ ਹੋਏ, ਮਾਇਆ ਸਾਥ ਨ ਹੋਏ ਬਾਬਾ, ਮਾਇਆ ਸਾਥ ਨ ਹੋਏ, ਸਤ ਸੰਗਤ ਜੀਓ, ਆਪਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਦਾ ਰਹਾਓ ਵਾਲਾ ਬੰਦ ਅਤੇ ਪਹਿਲੇ ਬੰਦ ਦਾ ਰਲ ਕੇ ਗਾਇਨ ਕੀਤਾ। ਸ਼ਬਦ ਦੀਆਂ ਰਹਾਓ ਵਾਲੀਆਂ ਪੰਕਤੀਆਂ ਦੇ ਜਿਹੜੇ ਆਪਾਂ ਬਚਨ ਹੁਣੇ ਪੜ੍ਹੇ ਨੇ, ਬਾਬਾ, ਬਾਬਾ ਦਾ ਅਰਥ ਹੈ ਬਾਣੀ ਵਿੱਚ ਭਾਈ, ਬਾਬੇ ਦਾ ਕੀ ਅਰਥ ਹੈ ਜੀ? ਭਾਈ। ਵੈਸੇ ਬਾਬਾ ਸ਼ਬਦ ਸਤਿਕਾਰ ਦੇ ਨਾਲ ਉਮਰ ਕਰਕੇ ਵੀ ਪਰਿਵਾਰਾਂ 'ਚ ਵਰਤਿਆ ਜਾਂਦਾ ਹੈ। ਆਪਾਂ ਦਾਦੇ ਨੂੰ ਵੀ ਕਈ ਵਾਰੀ ਕਹਿੰਦੇ ਬਾਬਾ ਜੀ, ਪਰ ਤੁਸੀਂ ਵੇਖਿਆ ਹੋਏਗਾ ਇਹ ਸਤਿਕਾਰ ਨਾਲ ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਚਾਰੇ ਸਾਹਿਬਜ਼ਾਦਿਆਂ ਵਾਸਤੇ ਵੀ ਸ਼ਬਦ ਵਰਤਦੇ ਹਾਂ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਬਾਬਾ ਦਾ ਅਰਥ ਹੈ ਭਾਈ। ਹੇ ਭਾਈ, ਮਾਇਆ ਸਾਥ ਨਾ ਹੋਏ, ਪਹਿਲਾਂ ਮਾਇਆ ਦੀ ਡੈਫੀਨੇਸ਼ਨ ਸਮਝ ਲਓ,
ਫਿਰ ਕਲੀਅਰ ਹੋ ਜਾਏਗੀ ਗੱਲ ਵੀ ਸਾਥ ਨਾ ਹੋਣ ਦਾ ਅਰਥ ਕੀ ਹੈ। ਧਿਆਨ ਨਾਲ ਸੁਣਿਓ, ਤੁਹਾਡੇ ਵਿੱਚੋਂ ਜਿਹੜੇ ਬਾਣੀ ਪੜ੍ਹਨ ਵਾਲੇ ਨੇ ਖੁਦ ਸਮਝ ਕੇ, ਉਹਨਾਂ ਨੂੰ ਤਾਂ ਸ਼ਾਇਦ ਪਤਾ ਹੋਏਗਾ, ਪਰ ਜਿਨ੍ਹਾਂ ਨੇ ਕਦੀ ਆਹ ਬਾਣੀ ਨਹੀਂ ਪੜ੍ਹ ਕੇ ਵੇਖੀ, ਉਹਨਾਂ ਦੇ ਦਿਮਾਗ 'ਚ ਅਤੇ ਕਈ ਪੜ੍ਹਨ ਵਾਲਿਆਂ ਦੇ ਦਿਮਾਗ 'ਚ ਵੀ ਇਹ ਗੱਲ ਬੈਠੀ ਹੋਈ ਕਿ ਮਾਇਆ ਦਾ ਅਰਥ ਆਹ ਕਰੰਸੀ ਹੈ, ਵੀ ਮਾਇਆ ਦਾ ਅਰਥ ਹੈ ਸੋਨਾ ਚਾਂਦੀ ਪੈਸਾ, ਇਹ ਸਾਥ ਨਾ ਹੋਏ। ਸਾਥ ਦਾ ਅਰਥ ਕੀ ਹੈ, ਵੀ ਜਦੋਂ ਅਸੀਂ ਮਰ ਗਏ ਇਹਨੇ ਸਾਡੇ ਨਾਲ, ਆਮ ਦਿਮਾਗ 'ਚ ਇਹੋ ਗੱਲ ਬੈਠੀ ਵੀ ਬਾਬਾ ਮਾਇਆ ਸਾਥ ਨਾ, ਨਾਲ ਤਾਂ ਸਰੀਰ ਵੀ ਨਹੀਂ ਜਾਣਾ, ਜਿਹੜੇ ਸਰੀਰ ਨੂੰ ਆਪਾਂ ਇੰਨੀਆਂ ਰੀਝਾਂ ਨਾਲ ਪਾਲਦੇ ਹਾਂ, ਉਹ ਵੀ ਇੱਥੇ ਪੈਦਾ ਹੋਇਆ, ਇੱਥੇ ਸੰਸਕਾਰ ਕਰ ਦਿੰਦੇ ਹਾਂ, ਅਤੇ ਮੇਰੇ ਖਿਆਲ ਸੰਸਕਾਰ ਤੋਂ ਬਾਅਦ ਜੇ ਤਾਂ ਆਪਾਂ ਅੰਗੀਠਾ ਸੰਭਾਲਣਾ ਹੋਵੇ ਤਾਂ ਉਹ ਨਾਲ ਸਰੀਰ ਦੀ ਰਾਖ ਨਾਲ ਲੱਕੜਾਂ ਜਿੰਨੀਆਂ ਪਾਥੀਆਂ ਪਾਈਆਂ ਹੁੰਦੀਆਂ ਨੇ ਉਹ ਮਿਲਾ ਲਈਏ ਤਾਂ ਮੇਰੇ ਖਿਆਲ 'ਚ ਡੇਢ ਕੁ ਤੋੜਾ ਅੱਧਾ ਭਰ ਜਾਂਦਾ, ਇਸ ਤੋਂ ਵੱਧ ਕੇ ਤਾਂ ਕੁਝ ਨਹੀਂ ਨਾ। ਉਹ ਵੀ ਇੱਥੇ ਪੈਦਾ ਹੋਇਆ, ਇੱਥੇ ਢਾਂਚਾ ਪੈਦਾ ਹੋਇਆ, ਇੱਥੇ ਉਸ ਢਾਂਚੇ ਦੀ ਡੈਥ ਹੋ ਗਈ, ਖਤਮ ਹੋ ਗਈ ਕਹਾਣੀ, ਢਾਂਚਾ ਢੱਠਾ। ਸਤਿਗੁਰ ਦੀ ਬਾਣੀ ਮਾਇਆ ਕਿਹਨੂੰ ਕਹਿੰਦੀ ਹੈ? ਆਨੰਦ ਸਾਹਿਬ ਦੀ ਬਾਣੀ ਤੁਹਾਡੇ ਵਿੱਚੋਂ ਕਈ ਗੁਰਮੁਖ ਪਿਆਰੇ ਪੜ੍ਹਦੇ ਹੋਣੇ ਨੇ, ਦੁਬਾਰਾ ਦੁਹਰਾ ਦੇਣਾ ਇੱਕ ਵਾਰ, ਜੈਸੀ ਅਗਨ ਉੱਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ। ਪੜ੍ਹੋ ਨਾਲ ਨਾਲ, ਤੁਕਾਂ ਬੋਲੀ ਜਾਓ, ਜੈਸੀ ਅਗਨ ਉੱਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ, ਲਿਵ ਛੁੜਕੀ ਲੱਗੀ ਤ੍ਰਿਸ਼ਨ, ਮਾਇਆ ਅਮਰ ਵਰਤਾਇਆ। ਇਹ ਮਾਇਆ, ਆਹ ਹੈ ਮਾਇਆ, ਜਿੱਤ ਹਾਰ ਵਿਸਰ ਹੈ। ਜਿਹੜੀ ਚੀਜ਼ ਤੁਹਾਨੂੰ ਸੱਚ ਤੋਂ ਤੋੜ ਦੇਵੇ, ਸੱਚਾਈ ਵਾਲੇ ਰਸਤੇ ਤੋਂ ਪਾਸੇ ਕਰ ਦੇਵੇ, ਉਹ ਹਰ ਚੀਜ਼ ਮਾਇਆ ਹੈ। ਮੰਨ ਲਓ ਇੱਕ ਭਰਾ ਹੈ, ਭਰਾ ਭਰਾ 'ਤੇ ਜਾਨ ਦਿੰਦਾ, ਸੂਈ ਨਹੀਂ ਵਿੱਚੋਂ ਦੀ ਲੰਘਦੀ ਉਹਨਾਂ ਦੇ, ਨਾ ਭਰਾ ਵੱਡਾ ਨਿੱਕੇ ਨਾਲ ਠੱਗੀ ਮਾਰਦਾ, ਨਾ ਨਿੱਕਾ ਵੱਡੇ ਨਾਲ ਬੇਈਮਾਨੀ ਕਰਦਾ, ਦੋਵਾਂ ਦਾ ਜੀਵਨ ਪਾਰਦਰਸ਼ੀ ਹੈ। ਪਰ ਵਿਆਹਿਆ ਗਿਆ ਵੱਡਾ, ਸਮਾਂ ਪਾ ਕੇ ਛੋਟਾ ਵੀ ਵਿਆਹਿਆ ਗਿਆ, ਦੋਵਾਂ ਦੇ ਆਨੰਦ ਕਾਰਜ ਹੋ ਗਏ, ਬੱਚੇ ਹੋ ਗਏ। ਅੱਜ ਪੁੱਤਰ ਪੈਦਾ ਹੋਣ ਕਰਕੇ ਥੋੜ੍ਹਾ ਥੋੜ੍ਹਾ ਮੋਹ ਜਨਮ ਲੈਣ ਲੱਗ ਪਿਆ ਵੀ ਮੇਰੇ ਪੁੱਤਰ ਦੀ ਥੋੜ੍ਹੀ ਜਾਇਦਾਦ ਵੱਧ ਬਣ ਜਾਏ। ਕਈਆਂ ਘਰਾਂ 'ਚ ਹੁੰਦਾ, ਸਾਰਿਆਂ 'ਤੇ ਗੱਲਾਂ ਢੁੱਕਦੀਆਂ ਨਹੀਂ, ਫਿਰ ਹੌਲੀ ਹੌਲੀ ਪੁੱਤਰ ਨੂੰ ਮੁੱਖ ਰੱਖ ਕੇ ਬੰਦਾ ਭਰਾ ਨਾਲ ਵੀ ਮਾੜੇ ਮੋਟੇ ਵਾਲ ਛਾਲ, ਉੱਚੀ ਬੋਲੋ ਜੀ, ਕਰ ਲੱਗ ਪਿਆ, ਅਤੇ ਫਿਰ ਕੀ ਸਮਝੋ, ਇੱਥੇ ਪੁੱਤਰ ਮਾਇਆ ਦਾ ਰੂਪ ਬਣ ਕੇ ਪੈਦਾ ਹੋ ਗਿਆ, ਜਿਹੜਾ ਤੁਹਾਡੇ ਭਰਾਵਾਂ ਦੇ ਵਿੱਚ ਫਿੱਕ ਪਾ ਗਿਆ, ਰੱਬ ਵਰਗੇ ਭਰਾ ਨਾਲ ਵੀ ਬੇਈਮਾਨੀ ਕਰਨ ਲਈ ਤੈਨੂੰ ਅੱਜ ਉਹਨੇ ਮਜਬੂਰ ਕਰ ਦਿੱਤਾ, ਪੁੱਤਰ ਮਾਇਆ ਦਾ ਰੂਪ ਬਣ ਗਿਆ। ਇਸਤਰੀ ਵਿਆਹਿਆ ਗਿਆ, ਭਰਾ ਭਰਾ 'ਤੇ ਜਾਣ ਦਿੰਦਾ ਸੀ, ਅੱਜ ਪਤਨੀ ਆਉਣ ਕਰਕੇ ਤੂੰ ਭਰਾ ਵੱਲ ਵੇਖਣਾ ਪਸੰਦ ਨਹੀਂ ਕਰਦਾ, ਤੇਰੀ ਔਰਤ ਮਾਇਆ ਦੇ ਰੂਪ 'ਚ ਤੇਰੇ ਘਰ 'ਚ ਆ ਗਈ। ਪਰ ਜੇ ਪਤਨੀ ਆਉਣ ਤੋਂ ਬਾਅਦ ਵੀ ਤੇਰੇ ਭਰਾਵਾਂ ਦੇ ਵਿੱਚ ਪਿਆਰ 'ਚ ਫਰਕ ਨਹੀਂ ਪਿਆ, ਫਿਰ ਇਸਤਰੀ ਮਾਇਆ ਨਹੀਂ ਹੈ, ਫਿਰ ਉਹ ਔਰਤ ਮਾਇਆ ਨਹੀਂ ਹੈ। ਇਹ ਮਰਜ਼ੀ ਤੇਰੀ ਹੈ ਕਿ ਤੂੰ ਮਾਇਆ ਬਣ ਦੇਣਾ ਹੈ ਕਿ ਮਾਇਆ, ਬੋਲੋ ਜੀ, ਨਹੀਂ ਬਣ, ਇਹ ਮਰਜ਼ੀ ਤੇਰੀ ਹੈ, ਇਹ ਤੇਰੇ 'ਤੇ ਡਿਪੈਂਡ ਕਰਦਾ। ਜੇ ਆਪਾਂ ਇੱਦਾਂ ਕਹਾਂਗੇ ਪੁੱਤਰ ਮਾਇਆ, ਘਰ ਮਾਇਆ, ਜ਼ਮੀਨ ਮਾਇਆ, ਜਾਇਦਾਦ ਮਾਇਆ, ਤਾਂ ਮਾਰੋ ਧਿਆਨ ਗੁਰੂ ਸਾਹਿਬ ਦੇ ਜੀਵਨ ਵੱਲ। ਚਾਰ ਸਾਹਿਬਜ਼ਾਦੇ ਨੇ, ਪਰ ਇੱਕ ਵੀ ਸਾਹਿਬਜ਼ਾਦਾ ਤੁਸੀਂ ਇਹ ਨਹੀਂ ਕਹਿ ਸਕਦੇ ਗੁਰੂ ਪਾਤਸ਼ਾਹ ਦੇ ਘਰ 'ਚ ਮਾਇਆ ਦਾ ਰੂਪ ਬਣ ਕੇ ਆਇਆ ਹੋਏਗਾ। ਅਛਲ ਛਲਾਈ ਨਹਿ ਛਲ ਨਹ ਘਾਓ ਕਟਾਰਾ ਕਰ ਸਕੇ, ਮਾਇਆ ਸਾਰੀ ਕਾਇਨਾਤ ਨੂੰ ਛਲਦੀ ਹੈ, ਪਰ ਮਾਇਆ ਨੂੰ ਕੋਈ ਨਹੀਂ ਛਲ ਸਕਦਾ। ਵਿਕਾਰ ਸਾਰਿਆਂ ਨੂੰ ਛਲਦੇ ਨੇ, ਮਾਇਆ ਸਾਰਿਆਂ ਨੂੰ ਛਲਦੀ ਹੈ,
ਅਛਲ, ਅਛਲ ਦਾ ਅਰਥ ਹੈ ਨਾ ਛਲੀ ਜਾਣ ਵਾਲੀ। ਅਛਲ ਛਲਾਈ ਨਹਿ ਛਲੈ ਨਹ ਘਾਉ ਕਟਾਰਾ ਕਰ ਸਕੈ, ਇਸ ਲੋਭੀ ਕਾ ਜੀਓ ਟਲਪਲੈ। ਸਤਿਸੰਗ ਜੀ, ਦੀਵਾ ਜਗਦਾ ਹੋਵੇ ਅਤੇ ਹਨੇਰੀ ਵਗਦੀ ਹੋਵੇ ਅਤੇ ਹਨੇਰੀ 'ਚ ਦੀਵਾ ਜਗਦਾ ਰੱਖਣਾ ਔਖਾ ਹੈ ਨਾ। ਬੋਲੋ ਪਿਆਰੇ, ਉਹ ਜਵਾਬ ਦਿਆ ਕਰੋ ਜੀ, ਪਤਾ ਲੱਗਦਾ ਵੀ ਗੱਲ ਸਮਝ ਆ ਰਹੀ ਹੈ। ਹਨੇਰੀ ਵਗਦੀ ਹੋਵੇ ਦੀਵਾ ਜਗਾਇਆ ਹੋਵੇ ਅਤੇ ਹਨੇਰੀ 'ਚ ਦੀਵਾ ਜਗਦਾ ਰੱਖਣਾ, ਜਦੋਂ ਹਵਾ ਵਗਦੀ ਹੋਵੇ ਤਾਂ ਦੀਵਾ ਕੀ ਕਰਦਾ ਭਲਾ, ਬੁਝਣ ਪੈਂਦਾ। ਇੱਥੇ ਦੀਵਾ ਕੀ ਹੈ? ਬੰਦੇ ਦਾ ਜੀਵਨ। ਹਨੇਰੀ ਕਾਹਦੀ ਹੈ? ਵਿਸ਼ਿਆਂ ਵਿਕਾਰਾਂ ਦੀ, ਬੁਰਾਈ 'ਚ ਵਿਸ਼ਿਆਂ ਵਿਕਾਰਾਂ ਦੀ। ਇਸ ਹਨੇਰੀ 'ਚ ਆਪਣੀ ਜ਼ਿੰਦਗੀ 'ਚ ਸੱਚ ਵਾਲਾ ਦੀਵਾ ਜਗਦਾ ਰੱਖਣਾ ਬੜਾ ਔਖਾ, ਬਦੋ ਬਦੀ ਬੁਝਣ ਦੀ ਕੋਸ਼ਿਸ਼ ਕਰਦਾ ਹੈ। ਗੁਰਦੇਵ ਜੀ ਕਹਿੰਦੇ ਨੇ, ਅਛਾਲ ਛਲਾਈ ਨਹਿ ਛਲੈ ਨਹ ਘਾਉ ਕਟਾਰਾ ਕਰ ਸਕ। ਕਹਿੰਦੇ ਮਾਇਆ ਨੂੰ ਕੋਈ ਨਹੀਂ ਛੜ ਸਕਦਾ, ਮਾਇਆ ਨੂੰ ਕੋਈ ਜ਼ਖਮੀ ਨਹੀਂ ਕਰ ਸਕਦਾ, ਪਰ ਮਾਇਆ ਸਾਰਿਆਂ ਨੂੰ ਜ਼ਖਮੀ ਕਰਦੀ ਹੈ। ਪਰ ਕਿਸੇ ਨੇ ਆਖਿਆ, ਆਓ ਜੇ ਮਾਇਆ ਨੂੰ ਜ਼ਖਮੀ ਹੁੰਦੇ ਵੇਖਣਾ ਤੂੰ, ਇੱਕ ਜਗ੍ਹਾ ਹੈ, ਕਿਹੜੀ ਭਲਾ? ਚਮਕੌਰ ਸਾਹਿਬ ਦੀ ਗੜੀ। ਲੋਕ ਪੁੱਤਰਾਂ ਬਦਲੇ ਭਰਾਵਾਂ ਨਾਲ ਧੋਖਾ ਕਰਦੇ, ਸਮਾਜ ਨਾਲ ਠੱਗੀਆਂ ਮਾਰਦੇ, ਦੁਨੀਆਂ ਦੇ ਘਰ ਤਬਾਹ ਕਰਦੇ। ਕਲਗੀਧਰ ਪਾਤਸ਼ਾਹ ਦੇ ਘਰ ਵੀ ਸਾਹਿਬਜ਼ਾਦੇ ਨੇ, ਪਰ ਆਪਣੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਦੇ ਲਾਗੋਂ ਦੀ ਲੰਘ ਹੈ। ਮਾਇਆ ਨੂੰ ਛਲ ਕੇ ਵਿਖਾਤਾ ਕਿ ਜਿਹੜੇ ਮੈਂ ਅਸੂਲਾਂ 'ਤੇ ਤੁਰ ਰਿਹਾ ਉਹਨਾਂ ਅਸੂਲਾਂ 'ਤੇ ਮੇਰੇ ਪੁੱਤਰਾਂ ਦਾ ਮੋਹ ਮੇਰੇ ਸਾਹਮਣੇ ਨਹੀਂ ਆਏਗਾ, ਨਹੀਂ ਆਏ। ਜਿਉਂ ਸਾਹਿਬ ਰਾਖੈ ਤਿਉਂ ਰਹੇ, ਇਸ ਲੋਭੀ ਕਾ ਜੀਓ ਟਲਪਲੇ। ਬਿਨ ਦੇ ਬਿਨ ਤੇਲ ਦੀਵਾ ਕਿਉਂ ਜਲੈ, ਬਿਨਾਂ ਤੇਲ ਤੋਂ ਦੀਵਾ ਕਿਵੇਂ ਜਗ ਸਕਦਾ? ਸਾਰਿਆਂ ਨੂੰ ਪਤਾ ਹੈ ਪੋਥੀ ਪੁਰਾਣ ਕਮਾਈ ਹੈ। ਹੁਣ ਇੱਥੇ ਗੱਲ ਦੁਨਿਆਵੀ ਦੀਵੇ ਦੀ ਨਹੀਂ ਹੋਦੀ, ਜਿਹੜਾ ਆਪਣੇ ਦੁਨਿਆਵੀ ਦੀਵੇ ਜਗਾਉਂਦੇ ਹਾਂ ਆਪਾਂ ਮੜੀਆਂ 'ਤੇ ਜਗ੍ਹਾ 'ਤੇ, ਇੱਥੇ ਗੱਲ ਕਿਹੜੀ ਹੋ ਰਹੀ ਹੈ? ਬੰਦੇ ਦੀ ਜ਼ਿੰਦਗੀ ਅੰਦਰ ਸੱਚ ਦਾ ਦੀਵਾ। ਬਿਨ ਤੇਲ ਦੀਵਾ ਕਿਉਂ ਚਲੈ, ਕਹਿੰਦੇ ਘਰ ਚਾਨਣ ਸਾਹਿਬ ਤੋਂ ਮਿਲੇ। ਪੋਥੀ ਪੁਰਾਣ ਕਮਾਈ ਹੈ, ਗੁਰੂ ਦੀ ਦੱਸੀ ਹੋਈ ਵਿਚਾਰਧਾਰਾ ਨੂੰ ਜ਼ਿੰਦਗੀ 'ਚ ਲਾਗੂ ਕਰੀਏ। ਇਹ ਕੀ ਹੈ? ਇਹ ਦੀਵਾ ਹੈ, ਇਹ ਉਹਦੇ ਵਿੱਚ ਤੇਲ ਹੈ। ਪੋਥੀ ਪੁਰਾਣ ਕਮਾਈ ਹੈ ਭਾਉ ਵੱਟੀ, ਰੱਬ ਦਾ ਨਿਰਮਲ ਭਾਉ ਆਪਣੀ ਸੁਰਤ ਵਿੱਚ ਟਿਕਾਈਏ। ਇਹ ਰੂੰ ਦੀ ਵੱਟੀ ਹੈ ਅਤੇ ਸੱਚ ਬੂਝਣ ਆਣ ਜਲਾਈਏ। ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤੋਂ ਮਿਲੈ। ਤੋ ਧਿਆਨ ਨਾਲ ਸਮਝਣਾ ਗੱਲ ਨੂੰ। ਫਿਰ ਮਾਇਆ ਕੀ ਹੈ? ਹਰ ਉਹ ਚੀਜ਼ ਮਾਇਆ ਹੈ। ਮੰਨ ਲਓ ਵੀ ਤੁਹਾਡਾ ਘਰ ਤੁਹਾਡੇ ਸੱਚਾਈ ਦੇ ਰਸਤੇ 'ਤੇ ਤੁਰਦਿਆਂ ਰੁਕਾਵਟ ਖੜੀ ਨਹੀਂ ਕਰਦਾ, ਤੁਹਾਡਾ ਘਰ ਮਾਇਆ ਨਹੀਂ ਹੈ। ਪਰ ਜੇ ਘਰ ਦੀ ਕੋਈ ਵਸਤੂ ਤੁਹਾਨੂੰ ਸੱਚਾਈ 'ਤੇ ਤੁਰਨ ਲੱਗਿਆਂ ਰੁਕਾਵਟ ਖੜੀ ਕਰੇ, ਹਰ ਇੱਕ ਨੂੰ ਪਤਾ ਹੋਏਗਾ ਕਿ ਤੁਸੀਂ ਸੱਚ ਦੇ ਰਸਤੇ ਤੁਰ ਰਹੇ ਜੇ, ਤੁਹਾਡੇ ਸਾਹਮਣੇ ਕਿਹੜੀ ਚੀਜ਼ ਰੁਕਾਵਟ ਖੜੀ ਕਰਦੀ ਹੈ। ਜੇ ਉਹ ਰੁਕਾਵਟ ਖੜੀ ਕਰਨ 'ਚ ਕਾਮਯਾਬ ਹੈ, ਉਹ ਹਰ ਇੱਕ ਚੀਜ਼ ਮਾਇਆ ਹੈ। ਪਤਨੀ ਹੋ ਸਕਦੀ ਹੈ, ਪਤੀ ਹੋ ਸਕਦਾ, ਪੁੱਤਰ ਹੋ ਸਕਦਾ, ਧੀ ਹੋ ਸਕਦੀ ਹੈ, ਈਵਨ ਇੱਥੋਂ ਤੱਕ ਸਭ ਕੁਝ ਤਿਆਗਣ ਤੋਂ ਬਾਅਦ ਤਿਆਗ ਦਾ ਹੰਕਾਰ ਵੀ ਮਾਇਆ ਹੋ ਸਕਦਾ ਕਿ ਮੇਰੇ ਵਰਗਾ ਤਿਆਗੀ ਕੋਈ ਨਹੀਂ ਹੈ। ਕਬੀਰ, ਮਾਇਆ ਤਜੀ ਤੋਂ ਕਿਆ ਹੋਇਆ, ਜੋ ਮਾਨ ਤਜਿਆ ਨਹੀਂ ਜਾਏ। ਸਭ ਕੁਝ ਤਿਆਗਣ ਤੋਂ ਬਾਅਦ ਪਹਿਲਾਂ ਜਦੋਂ ਤੱਕ ਡੈਫੀਨੇਸ਼ਨ ਕਲੀਅਰ ਨਹੀਂ ਹੋਊਗੀ ਵੀ ਮਾਇਆ ਕਹਿੰਦੇ ਕਿਹਨੂੰ ਆ, ਉਦੋਂ ਤੱਕ ਅਸੀਂ ਅੱਗੇ ਤੋਰ ਨਹੀਂ ਸਕਦੇ। ਹੁਣ ਸੁਣਿਓ ਫਿਰ ਗੱਲ, ਭਗਤ ਰਵਿਦਾਸ ਜੀ ਦਾ ਆਪਾਂ
ਜਦੋਂ ਜੀਵਨ ਪੜ੍ਹਦੇ ਹਾਂ, ਗੁਰੂ ਅਰਜਨ ਸਾਹਿਬ ਨੇ ਬਹੁਤ ਪਿਆਰੀ ਗੱਲ ਲਿਖੀ ਹੈ, ਸੁਣੇ ਹੁਣ ਧਿਆਨ ਨਾਲ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਗੋਬਿੰਦ 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 ਸੰਗ, ਭਗਤ ਨਾਮਦੇਵ ਦਾ ਮਨ ਲੀਨ ਹੋ ਗਿਆ। ਆਡ ਦਾਮ ਕੋ ਛੀ ਪਰੋ ਹੋਇਓ ਲਾਖੀਣਾ। ਅੱਜ ਗੁਣਾ ਕਰਕੇ ਲੱਖਾਂ ਦਾ ਹੋ ਗਿਆ। ਬੁਨਣਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਬੁਨਣਾ ਤਰਨਾ ਕੀ, ਕੰਮ ਛੱਡ ਦਿੱਤਾ ਭਗਤ ਕਬੀਰ ਜੀ ਨੇ। ਬਾਣੀ ਤੇ ਕੰਮ ਨੂੰ ਤਰਜੀਹ ਦਿੰਦੀ ਹੈ ਵੀ ਕੰਮ ਪਹਿਲਾਂ ਕਰੋ, ਤੇ ਕੰਮ ਹੀ ਛੱਡਤਾ ਫਿਰ ਪ੍ਰਵਾਨ ਕਿੱਦਾਂ ਕੀਤਾ, ਕਿਹੜਾ ਬੁਣਨਾ। ਇੱਥੇ ਮਨ ਦੀ ਗੱਲ ਹੋ ਰਹੀ ਹੈ। ਮਨ ਨੇ ਜਿਹੜਾ ਬੁਰਾਈ ਦਾ ਤਾਣਾ ਬੁਣਨਾ ਸੀ ਛੱਡ ਦਿੱਤਾ, ਅਤੇ ਮਨ ਨੇ ਸੱਚ ਦਾ ਰਸਤਾ ਅਖਤਿਆਰ ਕਰ ਲਿਆ। ਬੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੁਲਾਹਰਾ ਪਇਓ ਗੁਣੀ ਗਹੀਰਾ। ਅੱਗੇ ਪੜ੍ਹੋ। ਰਵਿਦਾਸ ਟੁਵੰਤਾ, ਪੜ੍ਹੋ, ਰਵਿਦਾਸ ਟੁਵੰਤਾ ਢੋਰ ਨੀਤ, ਢੋਰ ਪਸ਼ੂ ਨੀਤ ਨਿਤ ਤਿੰਨ ਤਿਆਗੀ ਮਾਇਆ। ਅੱਛਾ, ਜਦੋਂ ਭਗਤ ਅਰਦਾਸ ਜੀ ਖਲ ਲਾਉਂਦੇ ਹੋਣਗੇ, ਉਸ ਖਲ ਨੂੰ ਕਿਸੇ ਨੂੰ ਦਿੰਦੇ ਹੋਣਗੇ, ਉਹਦੇ ਬਦਲੇ ਪੈਸੇ ਲੈਂਦੇ ਹੋਣਗੇ ਕਿ ਨਹੀਂ ਲੈਂਦੇ ਹੋਣਗੇ? ਉੱਚੀ ਬੋਲੋ ਪਿਆਰਿਓ। ਅਤੇ ਫਿਰ ਇੱਥੇ ਤਾਂ ਲਿਖਿਆ ਤਿੰਨ ਤਿਆਗੀ ਮਾਇਆ, ਉਹਨਾਂ ਮਾਇਆ ਤਿਆਗ ਦਿੱਤੀ। ਜੇ ਮਾਇਆ ਹੀ ਤਿਆਗ ਦਿੱਤੀ ਤਾਂ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਹੋਏਗਾ? ਹੁਣ ਮੰਨ ਲਓ ਤੁਸੀਂ ਕੋਈ ਕੰਮ ਕਰੋ, ਰਿਕਸ਼ੇ ਵਾਲਾ ਕਹੇ ਜੀ ਮੈਂ ਮਾਇਆ ਤਿਆਗੀ, ਸਵਾਰੀ ਬੈਠੀ ਅੱਗੇ ਜਾਣਾ ਅਤੇ ਮੈਂ ਮਾਇਆ ਨਹੀਂ ਲੈਣੀ, ਅਤੇ ਸ਼ਾਮ ਨੂੰ ਨਿਆਣਿਆਂ ਨੂੰ ਖਵਾਉਣਾ ਕੀ ਹੈ? ਕੋਈ ਸਬਜ਼ੀ ਵਾਲਾ ਕਵੇ, ਪਹਿਲੀ ਗੱਲ ਤਾਂ ਸਬਜ਼ੀ ਲੈ ਕੇ ਕਿੱਥੋਂ ਆਏਗਾ, ਉਹਦੇ ਉਹਦੇ ਵੀ ਪੈਸੇ ਲੱਗਣੇ ਨੇ। ਮਾਇਆ ਦੇ ਅਰਥ ਕੀ? ਤਿੰਨ ਤਿਆਗੀ ਮਾਇਆ। ਹੰਕਾਰ ਵੀ ਮਾਇਆ ਹੋ ਸਕਦਾ ਹੈ, ਕਾਮ ਵਾਸ਼ਨਾਵਾਂ ਵੀ ਮਾਇਆ ਹੋ ਸਕਦੀਆਂ ਨੇ, ਕ੍ਰੋਧ ਵੀ ਮਾਇਆ ਹੋ ਸਕਦਾ ਹੈ, ਕੋਈ ਵੀ ਬੁਰੀ ਆਦਤ ਬੰਦੇ ਦੀ ਜ਼ਿੰਦਗੀ 'ਚ ਮਾ। ਤਾਂ ਹੀ ਬਾਣੀ 'ਚ ਆਖਿਆ ਸੀ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ। ਇਹਦੇ ਦੰਦ ਹੈ ਨਹੀਂ, ਪਰ ਬਿਨਾਂ ਦੰਦਾਂ ਤੋਂ ਸਾਰੇ ਜਗਤ ਨੂੰ ਨਿਗਲ ਗਈ। ਕੌਣ ਮਾਇਆ? ਕਿਹੜੀ ਮਾਇਆ? ਜਿਹੜੀ ਸਾਡੀ ਸੁਰਤ ਉੱਤੇ ਵਿਸ਼ਿਆਂ ਵਿਕਾਰਾਂ ਦੀ ਪ੍ਰਭਾਵ ਪਾ ਕੇ ਬੈਠੀ ਹੋਈ। ਬਾਬਾ ਮਾਇਆ ਸਾਥ ਨਾ ਹੋਏ। ਹੇ ਭਾਈ, ਤੇਰੀ ਜ਼ਿੰਦਗੀ ਦੇ ਵਿੱਚ ਵਿਸ਼ਿਆਂ ਵਿਕਾਰਾਂ ਵਾਲੀ ਸੋਚ ਤੇਰੀ ਜ਼ਿੰਦਗੀ ਦੇ ਵਿੱਚ ਤੇਰੇ ਨਾਲ ਨਹੀਂ ਤੁਰੇਗੀ। ਹੁਣ ਦੱਸਿਓ, ਕਿਸੇ ਨੂੰ ਝੂਠ ਬੋਲਣ ਦੀ ਆਦਤ ਹੋਵੇ, ਕਿਸੇ ਨੂੰ ਠੱਗੀ ਮਾਰਨ ਦੀ ਆਦਤ ਹੋਵੇ, ਕੋਈ ਬੇਈਮਾਨੀ ਕਰਦਾ ਹੋਵੇ, ਕੋਈ ਲੁੱਟ ਖਸੁੱਟ ਕਰਦਾ ਹੋਵੇ, ਕਾਮ ਵਾਸ਼ਨਾਵਾਂ 'ਚ ਅੰਨਾ ਹੋਵੇ, ਧੋਖਾ ਕਰਦਾ ਹੋਵੇ, ਦੱਸਿਓ ਇਹ ਆਦਤਾਂ ਬੰਦੇ ਦੀ ਜ਼ਿੰਦਗੀ ਦੇ ਵਿੱਚ ਸਫਲ ਬਣਾਉਣ ਵਿੱਚ ਬੰਦੇ ਦਾ ਸਾਥ ਦੇ ਸਕਦੀਆਂ ਨੇ? ਭਲਾ ਬੋਲੋ ਜੀ। ਬੰਦਾ ਲਾਲਚੀ ਹੋ ਕੇ ਪੈਸਾ ਤਾਂ ਕਮਾ ਲੂ, ਪਰ ਲਾਲਚੀ ਬੰਦੇ ਦੀ ਇੱਜ਼ਤ ਬਣ ਸਕਦੀ ਸਮਾਜ 'ਚ? ਭਲਾ ਬੋਲੋ ਭਾਈ। ਕੋਈ ਲਾਲਚੀ ਬੰਦਾ, ਕੋਈ ਹੰਕਾਰੀ ਬੰਦਾ ਪੈਸਾ ਤਾਂ ਕਮਾ ਲੂ ਆਪਣੇ ਇਸ ਵਲਛਲ ਨਾਲ, ਪਰ ਉਹ ਚਾਹੇ ਵੀ ਚਾਰ ਬੰਦਿਆਂ 'ਚ ਮੈਂ ਬਹਾਂ ਅਤੇ ਲੋਕ ਮੇਰੇ ਅੰਦਰੋਂ ਸਤਿਕਾਰ ਵੀ ਕਰਨ। ਇਹਦਾ ਅਰਥ ਉਸ ਚੀਜ਼ ਜਿਹੜੀ ਤੂੰ ਇਹ ਵਲਛਲ ਵਾਲੀ ਚੀਜ਼ ਅੰਦਰ ਰੱਖੀ ਹੈ, ਇਹ ਜ਼ਿੰਦਗੀ ਜੂਣ ਵਿੱਚ ਤੇਰੇ ਕੰਮ ਨਹੀਂ ਆਏਗੀ। ਸਾਥ ਦਾ ਅਰਥ ਪਤਾ ਕੀ ਹੈ? ਤੇਰੇ ਨਾਲ ਨਾਲ ਤੁਰਨਾ। ਜਦੋਂ ਜ਼ਿੰਦਗੀ ਬਤੀਤ ਕਰੇ, ਇਹਨੇ ਤੇਰੇ ਨਾਲ ਨਹੀਂ ਤੁਰਨਾ ਤੇਰੀ ਜ਼ਿੰਦਗੀ 'ਚ। ਹੁਣ ਸੱਚ ਨਾਲ ਤੁਰਦਾ ਹੈ, ਜਿਹੜਾ ਸੱਚ ਤੁਸੀਂ ਇੱਥੇ ਬੋਲਿਆ ਨਾ, ਤੁਸੀਂ ਵੈਸੇ ਸੱਚ ਬੋਲ ਕੇ ਨਾ, ਬੰਦੇ ਨੂੰ ਸੱਚ ਬੋਲ ਕੇ ਬੰਦਾ ਬੇਫਿਕਰ ਹੋ ਜਾਂਦਾ,
ਅਤੇ ਝੂਠ ਬੋਲ ਕੇ ਬੰਦੇ ਦੀ ਨੀਂਦ ਗਵਾ ਜਾਂਦੀ ਹੈ। ਭਲਾ ਕਿਉਂ? ਕਿਉਂਕਿ ਜਿਹੜਾ ਤੁਸੀਂ ਇੱਥੇ ਝੂਠ ਬੋਲਿਆ, ਅੱਗੇ ਜਾ ਕੇ ਇੱਕ ਨਵਾਂ ਝੂਠ ਬੋਲਣਾ ਪੈਣਾ, ਉਹ ਝੂਠ ਤੁਹਾਨੂੰ ਛੱਡਣਾ ਪੈਣਾ, ਫਿਰ ਤੁਹਾਨੂੰ ਝੂਠ ਬੋਲ ਕੇ ਚੇਤਾ ਵੀ ਰੱਖਣਾ ਪੈਣਾ ਕਿਹੜਾ ਝੂਠ ਮੈਂ ਕਿੱਥੇ ਬੋਲਿਆ। ਫਸ ਜਾਓਗੇ ਨਹੀਂ ਤਾਂ, ਅਤੇ ਸੱਚ ਬੋਲ ਕੇ ਤੁਹਾਨੂੰ ਚੇਤਾ ਰੱਖਣ ਦੀ ਲੋੜ ਨਹੀਂ। ਹਾਂ, ਇਹ ਵੀ ਗੱਲ ਹੈ ਵੀ ਸੱਚ ਤੁਸੀਂ ਬੋਲਣਾ ਹੈ ਅਤੇ ਤਕਲੀਫ ਅਗਲੇ ਨੂੰ ਹੋਣੀ ਹੈ। ਸੱਚ ਬੋਲ ਕੇ ਤੁਸੀਂ ਬੇਫਿਕਰ ਹੋ ਕੇ ਸੌਂ ਜਾਓ ਅਤੇ ਜਿਨ੍ਹਾਂ ਦੇ ਸਾਹਮਣੇ ਬੋਲਿਆ ਉਹ ਜਾਗਣਗੇ ਹੁਣ, ਅਤੇ ਝੂਠ ਬੋਲ ਕੇ ਕੀ ਹੋਣਾ ਭਲਾ? ਅਗਲੇ ਦੀ ਤਸੱਲੀ ਕਰਾਉਣੀ ਹੈ, ਉਹ ਸੌਂ ਗਏ ਨੇ, ਅਤੇ ਝੂਠ ਬੋਲਣ ਵਾਲਾ ਉੱਚੀ ਬੋਲ ਕੇ ਦੱਸੋ ਹੁਣ ਜਾਗ ਰਹੇ। ਇਹਨੂੰ ਆਖਿਆ ਮਾਇਆ ਜਾਲ ਪਸਾਰਿਆ, ਮਾਇਆ ਜਾਲ ਪਸਾਰਿਆ। ਬੰਦੇ ਨੂੰ ਵੈਸੇ ਦੁਖੀ ਕਿਸੇ ਨੇ ਨਹੀਂ ਕੀਤਾ, ਇਹਦੇ ਆਪਣੇ ਜਾਲ ਨੇ ਦੁਖੀ ਕੀਤਾ ਇਹਨੂੰ। ਇਹਨੇ ਜਾਲ ਪਹਿਲਾਂ ਖਿਲਾਰ ਰਿਹਾ, ਵਿੱਚੇ ਆਪਣੇ ਫਸ ਗਿਆ। ਮਾਇਆ ਜਾਲ ਖਿਲਾਰਿਆ, ਪੀਤਰ ਚੋਗ ਬਣਾਏ। ਉਹਦੇ ਵਿੱਚ ਵਿਸ਼ਿਆਂ ਵਕਾਰਾਂ ਦਾ ਚੋਗਾ ਪਿਆ, ਇਹ ਚਸਕੇ ਲੈ ਕੇ ਚੁਗੀ ਜਾਂਦਾ। ਮਾਇਆ ਜਾਲ ਪਸਾਰਿਆ, ਭੀਤਰ ਚੋਗ ਬਣਾਏ ਅਤੇ ਤ੍ਰਿਸ਼ਨਾ ਪੰਖੀ ਫਾਸਿਆ। ਤ੍ਰਿਸ਼ਨਾ ਦੇ ਵਿੱਚ ਪਿਆ ਹੋਇਆ ਇਹ ਜੀਵ ਰੂਪੀ ਪੰਛੀ ਚੋਗੇ ਚੁਗੀ ਜਾਂਦਾ ਹੈ। ਜਿਨ ਕੀਤਾ ਤਿਸੇ ਨਾ ਜਾਣੀ, ਜਿਵੇਂ ਇਹਨੂੰ ਪੈਦਾ ਕੀਤਾ ਨਾ, ਉਹਦੇ ਨਾਲ ਇਹ ਸਾਂਝ ਪਾਉਣ ਨੂੰ ਤਿਆਰ ਨੇ। ਤੋ ਪਾਤਸ਼ਾਹ ਦੀ ਬਾਣੀ ਇਹ ਬਖਸ਼ਿਸ਼ ਕਰਦੀ ਹੈ, ਜਿੰਨਾ ਵੀ ਸਮਾਜ ਅੱਜ ਦੁਖੀ ਹੈ, ਇਹਨੂੰ ਦੁਖੀ ਕਿਸੇ ਹੋਰ ਨੇ ਨਹੀਂ ਕੀਤਾ, ਇਹ ਆਪਣੇ ਕੰਮਾਂ ਕਰਕੇ ਦੁਖੀ ਹੈ। ਦੱਦੈ ਪੜ੍ਹੋ, ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ। ਅੱਗੇ ਪੜ੍ਹੋ, ਜੋ ਮੈਂ ਕੀਆ ਦੋਸ਼ ਨਾ ਦੀਜੈ। ਅਤੇ ਸਾਡਾ ਜਦੋਂ ਕੰਮ ਵਿਗੜਦਾ ਆਪਾਂ ਦੋਸ਼ ਕਿਹਨੂੰ ਦਿੰਦੇ ਭਲਾ? ਬੋਲੋ ਜੀ, ਅਸੀਂ ਦੂਜਿਆਂ ਦਾ ਦੋਸ਼ ਕੱਢਦੇ ਹਾਂ, ਸਾਰਾ ਕਸੂਰ ਹੀ ਇਹਦਾ। ਪਰਿਵਾਰਾਂ 'ਚ ਨਿਆਣਾ ਵਿਗੜ ਜਾਏ ਨਾ, ਪਤਨੀ ਪਤੀ ਦਾ ਕਸੂਰ ਕੱਢੀ ਜਾਏਗੀ ਅਤੇ ਪਤੀ ਪਤਨੀ ਦਾ। ਅਤੇ ਜੇ ਸੁਧਰ ਜੇ ਫਿਰ ਇੱਦਾਂ ਕਹਿੰਦਾ ਇਹ ਮੇਰਾ ਪੁੱਤਰ ਹੈ, ਇਹ ਮੇਰੇ ਕਰਕੇ ਕਾਮਯਾਬ ਹੈ। ਅਤੇ ਜੇ ਵਿਗੜ ਗਿਆ, ਹਾਏ ਰੱਬਾ ਇਹਦੇ ਨਾਲੋਂ ਤਾਂ ਨਾ ਹੀ ਦਿੰਦਾ। ਅੱਛਾ, ਵਿਗਾੜ ਸਾਰਾ ਉਹਦੇ ਮੱਥੇ ਅਤੇ ਜੋ ਸਵਾਰਿਆ ਉਹ ਆਪਣੇ ਸਿਰੇ, ਆਪਣੇ ਮੱਥੇ 'ਤੇ ਸਿਹਰਾ ਬੰਨ ਲਿਆ ਵੀ ਮੈਂ ਕੀਤਾ। ਗੁਰੂ ਸਾਹਿਬ ਦੀ ਬਾਣੀ ਇੱਥੇ ਬੜੀ ਪਿਆਰੀ ਗੱਲ ਕਰਦੀ ਹੈ ਵੀ ਜਿਹੜੀ ਵਿਚਾਰ, ਜਿੰਨੀ ਦੇਰ ਤੱਕ ਅਸੀਂ ਇਸ ਵਿਸ਼ੇ 'ਤੇ ਕਲੀਅਰ ਨਹੀਂ ਹੁੰਦੇ ਵੀ ਮਾਇਆ ਕਿਹਨੂੰ ਕਹਿੰਦੇ ਨੇ, ਮਾਇਆ ਹੈ ਹਰ ਉਹ ਸੋਚ ਜਿਹੜੀ ਤੈਨੂੰ ਸੱਚਾਈ ਦੇ ਰਸਤੇ 'ਤੇ ਤੁਰਨ ਤੋਂ ਰੋਕਦੀ ਹੈ। ਅਤੇ ਤੁਸੀਂ ਸਮਾਜ ਵੇਖੋ ਕਿੰਨੇ ਡੇਰੇ ਨੇ ਜਿੱਥੇ ਇਹ ਗੱਲ ਪ੍ਰਚਲਿਤ ਹੈ ਵੀ ਸਾਡੇ ਬਾਬਾ ਜੀ ਮਾਇਆ ਨੂੰ ਹੱਥ ਨਹੀਂ ਲਾਉਂਦੇ। ਇੱਕ ਕਈ ਡੇਰੇ ਪੰਜਾਬ 'ਚ ਇਹ ਵੀ ਹੈਗੇ ਜਿੱਥੇ ਮਾਇਆ ਦਾ ਮੱਥਾ ਨਹੀਂ ਟੇਕਿਆ ਜਾਂਦਾ। ਹੁਣ ਸਵਾਲ ਪੈਦਾ ਹੁੰਦਾ ਵੀ ਮਾਇਆ ਮੁਤਾਬਕ ਇਹੋ ਹੀ ਹੈ ਵੀ ਆਹ ਜਿਹੜੇ ਪੈਸੇ ਇਹ ਮਾਇਆ ਨੇ, ਇੱਟਾਂ ਬਣੀਆਂ ਨੇ, ਸਰੀਆ ਹੈ, ਸੀਮੈਂਟ ਹੈ, ਬਜਰੀ, ਜੋ ਸਮਾਨ ਹੈ ਕਾਹਦਾ ਆਉਂਦਾ? ਤੁਸੀਂ ਹੁਣ ਬਾਜ਼ਾਰੋਂ ਕੋਈ ਚੀਜ਼ ਲੈਣ ਜਾਓ, ਕੱਪੜਾ ਲੈਣ ਜਾਓ, ਪੈਸੇ ਲੱਗਣੇ ਨੇ। ਤੁਸੀਂ ਘਿਓ ਲੈਣ ਜਾਓ ਬਾਜ਼ਾਰੋਂ, ਪੈਸੇ ਲੱਗਣੇ ਨੇ। ਇੱਟਾਂ, ਸਰੀਆ, ਸੀਮਿੰਟ, ਬਜਰੀ, ਪਤਾ ਆਪਾਂ ਨੂੰ ਸਾਰਿਆਂ ਨੂੰ ਵੀ ਉਹ ਕਿਹੜਾ ਡੇਰਾ ਹੈ ਜਿਹਨਾਂ ਬਾਰੇ ਗੱਲ ਸਿੱਧੀ ਜੀ ਪ੍ਰਚਲਿਤ ਹੈ ਵੀ ਮਾਇਆ ਦਾ ਮੱਥਾ ਨਹੀਂ ਟੇਕਦਾ। ਪਰ ਸਾਰਾ ਕੁਝ ਆਪਣੇ ਅਸਲ ਦੇ ਵਿੱਚ ਗੱਲ ਪਤਾ ਕੀ ਹੈ, ਲੰਗਰ ਵੀ ਨਹੀਂ ਉੱਥੇ ਪੱਕਦਾ, ਲੰਗਰ ਵੀ ਬਾਹਰੋਂ ਬਣ ਕੇ ਆਉਣਾ ਹੈ। ਹੁਣ ਸਿੱਧੀ ਗੱਲ ਹੈ, ਉਹਨਾਂ ਨੇ ਸਾਨੂੰ ਕੰਮੇ ਲਾ ਦਿੱਤਾ ਅਤੇ ਬਹੁਤੇ ਦੇਹਧਾਰੀ ਬਾਬਿਆਂ ਨੇ ਗੱਲ ਸਮਾਜ ਵਿੱਚ ਇਹੋ ਪ੍ਰਚਲਿਤ ਕਰ ਦਿੱਤੀ ਕਿ ਬਾਬਾ ਜੀ ਮਾਇਆ ਦੇ ਬੜੇ ਵੱਡੇ ਤਿਆਗੀ ਨੇ। ਸਵਾਲ ਪੈਦਾ ਹੁੰਦਾ ਫਿਰ ਜਿਹੜੀ ਗੱਡੀ 'ਤੇ ਚੜ੍ਹੇ ਉਹ ਕਾਹਦੀ ਆਈ, ਜਿਹੜੇ ਵੱਡੇ ਡੇਰੇ 'ਚ ਰਹਿੰਦੇ ਨੇ ਉਹ ਡੇਰਾ ਕਾਹਦਾ ਬਣਿਆ?
ਜਿੱਥੇ ਉਹ ਦਿਨ ਰਾਤ ਗੁਜ਼ਾਰਦੇ ਨੇ। ਜੇ ਸੱਚੀ ਅੱਛਾ ਲੜਾਈ ਤਾਂ ਮਾਇਆ ਦੀ ਹੁੰਦੀ ਹੈ ਨਾ, ਅਤੇ ਜੇ ਮਾਇਆ ਦੇ ਤਿਆਗੀ ਨੇ ਤਾਂ ਛਿੱਤਰ ਰੋਟੀ ਕਾਹਦੀ ਹੋ ਰਹੀ ਡੇਰੇ 'ਚ, ਲੜਾਈ ਕਾਹਦਾ ਹੋ ਰਹੀ ਹੋਈ। ਜੇ ਸੱਚੀ ਮਾਇਆ ਦੇ ਤਿਆਗੀ ਨੇ ਤਾਂ ਲੜਾਈ ਕਾਹਦੀ ਹੈ। ਇਹਦਾ ਮਤਲਬ ਬਾਣੀ ਦਾ ਬੜਾ ਪਿਆਰਾ ਵਾਕ ਹੈ, ਪੂਰ ਤਾਪ ਗੇਰੂ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ਼ ਛੋੜ ਪਰਦੇਸੇ ਧਾਇਆ ਪੰਚ ਚੰਡਾਲ। ਉਹਨੇ ਪੰਜ ਚੰਡਾਲ ਆਣਾ ਕਿਹੜੇ ਭਲਾ, ਕਾਮ ਕ੍ਰੋਧ ਲੋਭ ਮੋਹ। ਉਹ ਗ੍ਰਿਸਤੀ ਦੇ ਕੋਲ ਵੀ ਹੈਗੇ ਸੀ, ਜਦੋਂ ਉਹਨੇ ਗ੍ਰਿਸਤ ਛੱਡ ਕੇ ਡੇਰੇ 'ਤੇ ਚਲੇ ਗਿਆ ਉਹ ਨਾਲ ਹੀ ਗਏ, ਕਿਉਂਕਿ ਉਹ ਛੱਡਣ ਦਾ ਕੋਈ ਜ਼ਰੀਆ ਹੈ ਨਹੀਂ ਸੀ ਵੀ। ਤਾਂ ਹੀ ਤੁਸੀਂ ਵੇਖੋ ਡੇਰਿਆਂ 'ਚ ਬਲਾਤਕਾਰ ਵੀ ਹੋ ਰਹੇ ਨੇ, ਚੋਰੀਆਂ ਵੀ ਹੋ ਰਹੀਆਂ ਨੇ, ਲੜਾਈਆਂ ਵੀ ਹੋ ਰਹੀਆਂ ਨੇ। ਇੱਕੇ ਡੇਰੇ ਦੀਆਂ ਕਿੰਨੀਆਂ ਕਿੰਨੀਆਂ ਸ਼ਾਖਾਵਾਂ ਬਣ ਗਈਆਂ। ਇੱਕ ਦੀ ਗੱਲ ਨਾ ਕਰੋ, ਤੁਸੀਂ ਆਮ ਵੇਖੋ ਸਮਾਜ 'ਚ। ਅੱਛਾ, ਕਈ ਕਹਿਣਗੇ ਜੀ ਇਸ ਡੇਰੇ ਦਾ ਕੋਈ ਰੱਟਾ ਨਹੀਂ, ਢੱਕੇ ਹੋਏ ਨੇ। ਆਪਾਂ ਆਸਾ ਰਾਮ ਦੀ ਗੱਲ ਕਰਦੇ ਹਾਂ, ਇੱਕ ਗੁਰਮੀਤ ਰਾਮ ਰਹੀਮ ਦੀ ਗੱਲ ਕਰਦੇ ਹਾਂ, ਸਾਡੇ ਵਾਲੇ ਤਾਂ ਇਹਨਾਂ ਨਾਲੋਂ ਵੀ ਜ਼ਿਆਦਾ ਵਿਗੜੇ ਹੋਏ ਨੇ। ਅਸੀਂ ਢੱਕੇ ਹੀ ਇੰਨੇ ਸੋਹਣੇ ਤਰੀਕੇ ਨਾਲ ਆ ਕਿ ਅਜੇ ਇਹਨਾਂ ਨੂੰ ਨੰਗੇ ਹੋਣ ਨੂੰ ਕਈ ਟਾਈਮ ਲੱਗਣਾ ਹੈ, ਕਿਉਂਕਿ ਅਸੀਂ ਲਿੰਬਾ ਪੋਚੀ ਬੜੀ ਕੀਤੀ ਹੈ। ਅਸੀਂ ਆਪਣੇ ਬਾਬਿਆਂ ਬਾਰੇ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗੇ। ਇੱਥੇ ਰੇਪ ਕਰਦਾ ਸਾਧ ਫੜਿਆ ਜਾਂਦਾ, ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਤਾਂ ਉਹਦੇ ਪੈਰੋਕਾਰ ਉਹਦੇ 'ਤੇ ਫੁੱਲਾਂ ਦੀ ਵਰਖੋ, ਅਤੇ ਅੱਗਿਓਂ ਪਤਾ ਕੀ ਕਹਿੰਦੇ ਨੇ, ਮਹਾਂਪੁਰਖਾਂ ਨੇ ਥੋੜ੍ਹਾ ਇਹੋ ਜਿਹਾ ਕੰਮ ਕੀਤਾ, ਉਹ ਤਾਂ ਲੋਕਾਂ ਦਾ ਕਲੰਕ ਆਪਣੇ ਮੱਥੇ 'ਤੇ ਲੈ ਲਿਆ। ਆ ਤੁਸੀਂ ਵੇਖਿਆ ਕਈਆਂ ਬਾਬਿਆਂ ਦੇ ਗੋਡੇ ਦੁਖਦੇ ਹੁੰਦੇ ਨੇ ਨਾ, ਉਹ ਅੱਗਿਓਂ ਪਤਾ ਕਹਿੰਦੇ ਨੇ, ਇਹ ਗੋਡੇ ਮਹਾਂਪੁਰਖਾਂ ਦੇ ਥੋੜ੍ਹਾ ਦਿਖਦੇ ਆ, ਉਹ ਜਿਹੜੇ ਲੋਕ ਮੱਥਾ ਟੇਕਦੇ ਬਾਬਾ ਜੀ ਨੇ ਉਹਨਾਂ ਗੋਡਿਆਂ ਦੀ ਦਰਦ ਆਪਣੇ 'ਤੇ ਲੈ ਲਈ। ਤੁਸੀਂ ਇੱਕ ਸਾਧ ਵੇਖਿਆ ਹੋਣਾ ਜਿਹੜੇ ਇੱਥੇ ਮੋਟੇ ਮੋਟੇ, ਇੱਥੇ ਫਿਣਸੀਆਂ ਜਿਹੀਆਂ ਹੋਈਆਂ, ਮੋਟੇ ਮੋਟੇ ਗੁੰਮੇ ਜਿਹੇ ਬਣੇ, ਜਿਵੇਂ ਝੋਟੇ ਦੇ ਨਹੀਂ ਬਣੇ ਹੁੰਦੇ ਵੀ ਉਹਨੂੰ ਤੁਸੀਂ ਰੇੜੇ ਜੋ, ਤਾਂ ਕਈ ਵਾਰੀ ਉਹ ਗੁੰਮਾ ਜਾਂ ਮੋਢੇ 'ਤੇ ਬਣ ਜਾਂਦਾ ਇੱਥੇ ਕੰਨ ਦੇ ਉੱਤੇ। ਉਹਦੇ ਬਾਰੇ ਵੀ ਕਈਆਂ ਨੇ ਇਹ ਗੱਲ ਪ੍ਰਚਲਿਤ ਕੀਤੀ ਵੀ ਬਾਬਾ ਜੀ ਨੇ ਲੋਕਾਂ ਦੇ ਮੱਥੇ ਟਿਕਾਏ ਦਾ ਸਾਰਾ ਕਸ਼ਟ ਆਪਣੇ 'ਤੇ ਲੈ ਲਿਆ। ਇਹ ਕਹਾਣੀਆਂ ਬਣਾ ਬਣਾ ਕੇ, ਅਤੇ ਦੁੱਖ ਇਸ ਗੱਲ ਦਾ ਕਿ ਅੱਜ ਸਿੱਖਾਂ ਨੂੰ ਸਮਝਾਉਣਾ ਪੈ ਰਿਹਾ ਕਿ ਭਾਈ ਉੱਥੇ ਕੱਖ ਨਹੀਂ ਹੈਗਾ, ਬਾਣੀ ਖੁਦ ਪੜ੍ਹ ਕੇ ਵੇਖ ਲਓ, ਖੁਦ ਵਿਚਾਰ ਕੇ ਵੇਖ ਲਓ। ਸਿਆਣੇ ਪਿਆਣੇ ਬੰਦੇ ਆਪਣੀਆਂ ਨੌਵਾਂ ਧੀਆਂ ਲੈ ਕੇ ਸਾਧਾਂ ਦੇ ਕੋਲ ਮੱਥੇ ਟਿਕਾਉਣ ਆਪ ਲੈ ਕੇ ਜਾਂਦੇ ਨੇ। ਅੱਛਾ, ਜਦੋਂ ਵਾਪਰ ਜਾਂਦੀ ਹੈ ਘਟਨਾ, ਫੇਰ ਕੀ ਆਉਂਦੇ ਜੀ, ਸਾਨੂੰ ਇਨਸਾਫ ਦਵਾਓ, ਸਾਡੇ ਨਾਲ ਧੱਕਾ ਹੋ ਗਿਆ ਜੀ। ਹੁਣ ਜੇ ਉਹਨਾਂ ਨੂੰ ਪੁੱਛੇ ਵੀ ਤੁਹਾਨੂੰ ਉੱਥੇ ਲਿਜਾਣ ਵਾਸਤੇ ਆਖਿਆ, ਕਹਿੰਦੇ ਸੀ ਪਿੰਡ ਵਿੱਚ ਗੁਰਦੁਆਰਾ ਸੀ, ਪਿੰਡ ਵਿੱਚ ਭਾਈ ਸਾਹਿਬ ਰੋਜ਼ ਕਹਿੰਦੇ ਸੀ ਭਾਈ ਸੰਤ ਆਉਣ, ਪਿੰਡਾਂ 'ਚ ਕੈਂਪ ਲੱਗ ਰਹੇ ਨੇ ਨਾ, ਸਾਡੇ ਵੀਰ ਪਿੰਡਾਂ ਵਿੱਚ ਦਿਨ ਰਾਤ ਤੁਰੇ ਫਿਰਦੇ ਵੀ ਆ ਜਾਓ ਭਾਈ ਕੋਈ ਕੈਂਪ ਲਵਾ ਲਓ, ਇੱਧਰ ਤੋਂਡੂ ਤਿਆਰ ਨਹੀਂ, ਅਤੇ ਸਾਧਾਂ ਦੀਆਂ ਬਰਸੀਆਂ ਵਾਸਤੇ ਸਾਡੇ ਕੋਲ ਬਹੁਤ ਟਾਈਮ ਹੈ, ਭੱਜੇ ਫਿਰਦੇ ਨੇ। ਜਾਂ ਤਾਂ ਪੋਲੀਟੀਕਲ ਬੰਦੇ ਰਾਜਨੀਤਿਕ ਬੰਦਿਆਂ ਦੇ ਪਿੱਛੇ ਰੈਲੀਆਂ 'ਚ ਤੁਰੇ ਫਿਰਦੇ ਨੇ, ਜਾਂ ਸਾਧਾਂ ਦੀਆਂ ਬਰਸੀਆਂ 'ਤੇ ਤੁਰੇ ਫਿਰਦੇ ਨੇ। ਰਹੀ ਗੱਲ ਕਿ ਜੇ ਸਾਨੂੰ ਕੋਈ ਇਹ ਸਿਖਾਵੇ ਕਿ ਆਪਣੇ ਬੱਚਿਆਂ ਨੂੰ ਗੁਰਮਤਿ ਸਿਖਾ ਲਓ, ਭਾਈ ਆਪ ਬਾਣੀ ਪੜ੍ਹਨੀ ਵਿਚਾਰਨੀ ਸਿੱਖ ਲਓ, ਆਹ ਵੱਖਰੇ ਸਮਾਗਮ ਕਰਨ ਦੀ ਲੋੜ ਨਾ ਪੈਂਦੀ, ਜੇ ਅਸੀਂ ਆਪਣੇ ਪਰਿਵਾਰਾਂ ਵਿੱਚ ਬੈਠ ਕੇ ਖੁਦ ਗੁਰਬਾਣੀ ਪੜ੍ਹੀ ਹੁੰਦੀ। ਆਪ ਗੁਰਬਾਣੀ, ਪੁਰਾਣੇ ਸਮੇਂ 'ਚ ਕੋਈ ਕੈਂਪ ਥੋੜ੍ਹਾ ਲਾਉਂਦਾ ਸੀ, ਮਾਂ ਹੀ ਗੁਰਮਤਿ ਦਾ ਕੈਂਪ ਹੁੰਦੀ ਸੀ ਪੁਰਾਣੇ ਸਮੇਂ 'ਚ। ਭੈਣੋ, ਕਿਸੇ ਨੂੰ ਕੈਂਪ ਲਾਉਣ ਦੀ ਲੋੜ ਨਹੀਂ ਸੀ ਪੈਂਦੀ, ਕਿਸੇ ਨੂੰ ਗੁਰਮਤਿ ਸਿਖਾਉਣ ਦੀ ਲੋੜ ਨਹੀਂ ਸੀ ਪੈਂਦੀ, ਘਰ 'ਚ ਮਾਂ ਸਿਖਾ ਦਿੰਦੀ ਸੀ, ਘਰ 'ਚ ਪਿਤਾ ਕੋਲੋਂ ਬੱਚੇ ਸਿੱਖ ਲੈਂਦੇ ਸੀ। ਜੇ ਪੁਰਾਤਨ ਸਿੱਖਾਂ ਦੇ ਤੁਸੀਂ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਮਾਤਾ ਮਾਤਾ ਜੀਵਨ ਕੌਰ ਗੁਰਬਾਣੀ ਦਾ ਕੀਰਤਨ ਕਰਦੇ ਰਹੇ, ਇਹਦਾ ਮਤਲਬ ਜੇ ਮਾਂ ਕੋਲ ਗੁਰਬਾਣੀ ਦੀ ਵਿਚਾਰ ਕੀਰਤਨ ਸੀ ਅਤੇ ਬੱਚਿਆਂ ਉੱਤੇ ਇਹਨਾਂ ਦਾ ਅਸਰ ਪਿਆ। ਸੁਲਤਾਨੇ ਉਲ ਕੌਮ ਦਾ ਖਿਤਾਬ ਮਿਲਿਆ ਸੀ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ।
ਕਦੀ ਕੌਮ ਦਾ ਸੁਲਤਾਨ ਹੋਣ ਦਾ ਮਾਣ ਪ੍ਰਾਪਤ ਹੋਇਆ ਅਤੇ ਚੰਗੇ ਗੁਣ ਸਨ, ਅਤੇ ਉਹ ਗੁਣ ਭਰਨ ਵਾਲਾ ਕੌਣ ਸੀ ਭਲਾ ਬੋਲ ਕੇ ਦੱਸਿਓ? ਉਹਨਾਂ ਦੀ ਮਾਤਾ ਜੀਵਨ ਕੌਰ। ਦਰਬਾਰ ਸਾਹਿਬ ਦੇ ਅੰਦਰ ਵੀ ਉਹਨਾਂ ਦੇ ਸਤਿਕਾਰਯੋਗ ਮਾਤਾ ਜੀਵਨ ਕੌਰ ਕੀਰਤਨ ਕਰਦੇ ਰਹੇ ਨੇ। ਅੱਜ ਹੈ ਮਾਂ ਦੇ ਕੋਲ ਦਾਤ, ਅੱਜ ਹੈ ਵੀ ਮਾਂ ਆਪਣੇ ਬੱਚਿਆਂ ਨਾਲ ਬੈਠ ਕੇ ਬਾਣੀ ਪੜ੍ਹਦੀ ਹੋਵੇ, ਪਿਤਾ ਦੇ ਕੋਲ ਇਹ ਚੀਜ਼ ਹੋਵੇ। ਜੇ ਪਿਤਾ ਗੁਰਮੁਖ ਤੋਂ ਦੂਰ ਗਿਆ ਸੀ ਮਾਂ ਹੀ ਇਸ ਬੰਨੇ ਤੁਰ ਪੈਂਦੀ, ਪਰ ਨਾ ਜੀ ਨਾ, ਪਰਿਵਾਰਾਂ ਵਿੱਚੋਂ ਚੀਜ਼ ਮਨਫੀ ਹੋ ਗਈ, ਆਪਣੇ ਪਰਿਵਾਰਾਂ 'ਚੋਂ ਚੀਜ਼ ਨਿਕਲ ਗਈ। ਇਹ ਕਿਸੇ ਨੇ ਨਹੀਂ ਸੀ ਸਿਖਾਉਣਾ। ਬਾਕੀ ਚੀਜ਼ਾਂ ਜਦੋਂ ਅਸੀਂ ਆਸ ਲਾ ਕੇ ਬੈਠੇ, ਕੋਈ ਆਣ ਕੇ ਸਾਨੂੰ ਸਿਖਾਏ? ਕਿਉਂ ਸਿਖਾਏਗਾ ਜੀ ਕੋਈ ਆਣ ਕੇ ਸਾਨੂੰ? ਅਸੀਂ ਬਾਕੀ ਕੁਝ ਸਭ ਆਪ ਸਿੱਖਦੇ। ਦੱਸਿਓ ਭਲਾ, ਤੁਸੀਂ ਤੁਸੀਂ ਕਿਸੇ ਸ਼ੋਪ 'ਤੇ ਜਾਂਦੇ ਹੋ, ਉੱਥੋਂ LCD LED ਲੈ ਕੇ ਆਉਂਦੇ ਹੋ, ਉਹ ਤੁਹਾਨੂੰ ਚਲਾਉਣ ਦੀ ਜਾਂਚ ਇੱਕ ਵਾਰੀ ਦੱਸ, ਪਹਿਲੀ ਗੱਲ ਤਾਂ ਉਹ ਨਾਲ ਇੱਕ ਨਿੱਕੀ ਜੀ ਬੁੱਕ ਮਿਲਦੀ ਹੈ। ਤੁਸੀਂ ਵੈਸੇ ਮੋਬਾਈਲ ਲੈ ਕੇ ਆਓ, ਕੋਈ ਵੀ ਗੱਡੀ ਲੈ ਕੇ, ਉਹਦੇ ਵਿੱਚ ਵੀ ਇੱਕ ਬੁੱਕ ਹੈ ਵੀ ਕੱਲ੍ਹ ਨੂੰ ਤੁਹਾਨੂੰ ਕਿਸੇ ਫੰਕਸ਼ਨ ਦੀ ਸਮਝ ਨਹੀਂ ਆਉਂਦੀ, ਇਹ 'ਚੋਂ ਪੜ੍ਹ ਕੇ ਤੁਸੀਂ ਆਪ ਸੈੱਟ ਕਰ ਲਓ। ਵਾਰ ਵਾਰ ਕੰਪਨੀ ਨੂੰ ਜ਼ਿਆਦਾ ਉਲਝਣ ਆਊਗੀ ਤਾਂ ਪੁੱਛੋਗੇ ਤੁਸੀਂ, ਸਿੱਖ ਲਿਆ ਨਾ? ਮੋਬਾਈਲ ਚਲਾਉਣੇ ਸਿੱਖ ਲਏ, LCD LED ਚਲਾਉਣੀ ਸਿੱਖ ਲਈ, ਗੱਡੀਆਂ ਚਲਾਉਣੀਆਂ ਸਿੱਖ ਲਈਆਂ, ਅਤੇ ਜਦੋਂ ਗੱਲ ਆਈ ਗੁਰਮਤਿ ਦੀ, ਅੱਗੇ ਉਹ ਕਹਿੰਦੇ ਜੀ ਸਾਨੂੰ ਪਾਠ ਕਰਨਾ, ਉੱਚੀ ਬੋਲੋ ਜੀ, ਆਉਂਦਾ ਨਹੀਂ ਜੀ। ਅੱਛਾ, ਆਉਂਦਾ ਨਹੀਂ ਕਿ ਸਿੱਖਿਆ ਨਹੀਂ? ਬੋਲੋ ਜੀ, ਇਹਦਾ ਮਤਲਬ ਸਿੱਖਿਆ ਨਹੀਂ, ਆਉਂਦਾ ਕਿਉਂ ਨਹੀਂ ਸੀ? ਸਾਈਕਲ ਚਲਾਉਣ ਵਾਲੇ ਟਰੈਕਟਰ ਚਲਾਉਣ ਲੱਗ ਪਏ, ਅਤੇ ਟਰੈਕਟਰ ਚਲਾਉਣ ਵਾਲੇ ਵੱਡੇ ਵੱਡੇ ਟਰਾਲੇ ਚਲਾਉਣ ਲੱਗ ਪਏ, ਸਿੱਖੇ 'ਤੇ ਆ ਗਏ, ਅਤੇ ਅੱਗੇ ਉਹ ਕਹਿੰਦੇ ਸਾਨੂੰ ਪਾਠ ਕਰਨਾ। ਬੋਲੋ ਬਜ਼ੁਰਗੋ, ਵੱਡੀ ਵੱਡੀ ਉਮਰ ਦੇ ਬਜ਼ੁਰਗਾਂ ਕੋਲ ਵੀ ਮੋਬਾਈਲ ਹੈਗੇ, ਉਹਨਾਂ ਨੂੰ ਪਤਾ ਇੱਥੋਂ ਸੁਣੀਦਾ ਅਤੇ ਇੱਥੋਂ। ਬੋਲੋ ਜੀ, ਪਿੰਡਾਂ ਵਿੱਚ ਵੇਖਿਆ ਨਾ, ਮਾਈਆਂ ਸਕੂਲ ਨਹੀਂ ਗਈ, ਮਾਂ ਉਹਨੂੰ ਕੋਈ ਮੈਥ ਨਹੀਂ ਆਉਂਦਾ, ਬੱਸ ਵਿੱਚ ਚੜ੍ਹ ਗਈ, ਉਹਨੇ 100 ਰੁਪਇਆ ਕਨੈਕਟਰ ਨੂੰ ਦਿੱਤਾ ਅਤੇ 15 ਰੁਪਈਏ ਦੀ ਟਿਕਟ ਹੈ, ਕਿੰਨੇ ਮੋੜਨੇ ਨੇ ਵਾਪਸ ਕਨੈਕਟਰ ਨੇ ਭਲਾ? 85 ਰੁਪਈਏ ਉਹਨੇ ਇੱਦਾਂ ਹੱਥ 'ਤੇ ਰੱਖੇ ਮਾਤਾ ਨੂੰ। ਹੁਣ ਦੱਸੋ ਭਲਾ, ਮਾਤਾ ਲਾ ਕਿਉਂ ਕਿਸੇ ਦੀ ਹੈਲਪ ਲੈ ਰਹੀ? ਵੀ ਵਾਕਿਆ 85 ਨੂੰ ਖੁਦ ਨੂੰ ਪਤਾ ਵੀ ਆਹ ਜਿਹੜੇ ਆ 4 ਨੋਟ 20-20 ਦੇ ਅਤੇ ਆਹ 5 ਨਾਲ ਵੱਖਰੇ ਨੇ, ਪਤਾ ਨਾ ਉਹਨੂੰ ਇਹ ਮੈਥ ਕਿਹਨੇ ਸਿਖਾਇਆ ਮਾਂ ਨੂੰ? ਦੱਸਿਓ ਭਲਾ, ਸਕੂਲ ਤਾਂ ਗਈ ਨਹੀਂ ਉਹ। ਉਹ ਬੋਲੋ ਭਾਈ, ਸਿੱਖ ਲਿਆ ਨਾ? ਲੋੜ ਨੇ ਸਿਖਾ ਦਿੱਤਾ ਸਾਨੂੰ, ਸਿੱਖ ਲਿਆ। ਜਦੋਂ ਗੱਲ ਆਈ ਬਾਣੀ ਦੀ, ਨਹੀਂ ਜੀ ਸਾਨੂੰ ਬਾਣੀ ਪੜ੍ਹਨੀ। ਅੱਛਾ ਚਲੋ, ਆਪਾਂ ਕਹਾਂਗੇ ਪੜ੍ਹਿਆ ਨਹੀਂ ਸੀ ਹੈਗਾ, ਚਲੋ ਇਹਨੂੰ ਨਹੀਂ ਸੀ ਪੜ੍ਹਨਾ ਆਉਂਦਾ, ਅਤੇ ਘਰ 'ਚ ਧੀ ਪੜ੍ਹੀ ਹੈਗੀ ਸੀ, 9ਵੀਂ ਪੜ੍ਹੀ ਲਿਖੀ ਆ ਗਈ, ਘਰ 'ਚ ਇੱਕ ਪੰਜਾਬੀ ਦਾ ਟੀਚਰ ਹੈ ਜਿਹੜਾ ਸਕੂਲ 'ਚ ਪੰਜਾਬੀ ਦਾ ਵਿਆਕਰਨ ਪੜ੍ਹਾਉਣ ਜਾਂਦਾ, ਅਤੇ ਉਹ ਵੀ ਆਪਣੇ ਘਰ ਪਾਠ, ਉੱਚੀ ਬੋਲੋ ਜੀ, ਨਹੀਂ ਕਰਦਾ, ਕਿਸੇ ਕੋਲੋਂ ਕਰਾ ਰਿਹਾ। ਮਤਲਬ ਅਸੀਂ ਇਹ ਸਮਝਿਆ ਨਹੀਂ ਕਿ ਬਾਣੀ ਸਾਡੇ ਲਈ ਹੈ। ਜਿਹੜੀਆਂ ਸਮੱਸਿਆਵਾਂ 'ਚੋਂ ਅੱਜ ਅਸੀਂ ਲੰਘ ਰਹੇ ਹਾਂ, ਇਹ ਸਮੱਸਿਆਵਾਂ ਇਸੇ ਕਰਕੇ ਸਾਡੀ ਜ਼ਿੰਦਗੀ 'ਚ ਆਈਆਂ ਕਿ ਅਸੀਂ ਗੁਰਬਾਣੀ ਨੂੰ ਆਪ ਧਿਆਨ, ਗੁਰਬਾਣੀ ਪੜ੍ਹਨ ਦਾ ਵਿਸ਼ਾ ਨਹੀਂ ਸੀ, ਗੁਰਬਾਣੀ ਵਿਚਾਰਨ ਦਾ ਵਿਸ਼ਾ ਸੀ। ਇਹ ਨਹੀਂ ਵੀ ਮੈਂ ਕਿੰਨੇ ਸ਼ਬਦ ਰੋਜ਼ ਪੜ੍ਹਦਾ, ਇਹਦਾ ਮਤਲਬ ਸੀ ਭਾਵੇਂ ਅੱਧਾ ਸ਼ਬਦ ਰੋਜ਼ ਪੜ੍ਹਾਂ, ਪਰ ਜਿੰਨਾ ਪੜ੍ਹਾਂ ਵਿਚਾਰ ਕੇ ਪੜ੍ਹਾਂ, ਸਮਝ ਕੇ ਪੜ੍ਹਾਂ। ਪੜ੍ਹਿਆ ਨਾਹੀਂ ਭੇਦ ਬੁੱਝੇ ਪਾਵਣਾ। ਮੈਂ ਇੱਕੋ ਮੈਂ ਕਹਿੰਦਾ ਇੱਕ ਪੰਕਤੀ ਰੋਜ਼ ਪੜ੍ਹ ਲਓ, ਨਾ ਪੜ੍ਹਨ ਨਾਲੋਂ ਇੱਕ ਪੰਕਤੀ ਪੜ੍ਹ ਲਓ, ਅਤੇ ਅੱਗਿਓਂ ਪਤਾ ਕਹਿੰਦੇ ਡਰਾਇਆ ਪਿਆ ਕਈਆਂ ਪਰਿਵਾਰਾਂ ਨੂੰ, ਜੇ ਤੁਸੀਂ ਪੜ੍ਹਿਆ ਤਾਂ ਤੁਹਾਨੂੰ ਪਾਪ ਲੱਗ ਜਾਣਾ ਹੈ। ਕਿਉਂ ਜੀ? ਤੁਹਾਨੂੰ ਬਾਣੀ ਸ਼ੁੱਧ ਪੜ੍ਹਨੀ। ਅੱਛਾ, ਕਿਹਨਾਂ ਨੂੰ ਸ਼ੁੱਧ ਪੜ੍ਹਨੀ ਆਉਂਦੀ ਭਲਾ? ਡੇਰੇਦਾਰਾਂ ਨੂੰ।
ਜਿੰਨੇ ਕੋਤਰੀਆਂ ਕਰਦੇ ਆ ਨਾ ਸੰਪਟ ਪਾਠ, ਉਹਨਾਂ 'ਚੋਂ ਇੱਕ ਬੋਲਦਾ, ਬਾਕੀਆਂ ਨੇ ਇੱਦਾਂ ਮੂੰਹ 'ਤੇ ਕੱਪੜਾ ਰੱਖਿਆ ਹੁੰਦਾ। ਉਹਨਾਂ ਦੇ ਮੂੰਹ ਦੇ ਕੱਪੜੇ ਖਿਲਾ ਕੇ ਇਕੱਲੇ ਇਕੱਲੇ ਗਾੜੀ ਪੰਜ ਪੰਜ ਮਿੰਟ ਮੈਚ ਕਰ ਦਿਉ, ਤੁਹਾਨੂੰ ਪਤਾ ਲੱਗ ਜਾਣਾ ਵੀ ਇਹਨਾਂ 'ਚੋਂ ਬਹੁਤ ਇਹਨਾਂ ਦੇ ਪਾਠ ਕਰਨਾ ਆਉਂਦਾ ਹੀ ਨਹੀਂ, ਸਿਰਫ ਨੇਤਰ ਫੇਰਦੇ ਆ ਵੀ ਇੱਦਾਂ ਦੱਸਿਆ ਹੁੰਦਾ ਜਦੋਂ ਆਹ ਪੰਨਾ ਪਰਤੇ ਤੂੰ ਵੀ ਨਾਲ ਪਰਤਦੀ। ਸੱਚ ਹੈ, ਤਜਰਬਾ ਨੂੰ ਤਾਂ ਜਾ ਕੇ ਵੇਖ ਲਓ ਵੀ ਉਹਦੀ ਇੰਟਰਵਿਊ ਲੈਣੀ ਆ ਨਾ, ਉਹਨੂੰ ਕਹੋ ਜੀ ਪੰਜ ਪੰਜ ਮਿੰਟ ਸਾਰਿਆਂ ਅੱਗੇ ਮੈਕ ਰੱਖੋ, ਸਾਰਿਆਂ ਦਾ ਪਾਠ ਸੁਣਨਾ ਸੀ, ਸਾਰਿਆਂ ਦਾ ਪਾਠ ਅਸੀਂ ਸੁਣਨਾ ਚਾਹੁੰਦੇ, ਪਤਾ ਲੱਗ ਜਾਏ ਨਾਲੇ। ਉਹ ਸਿਰਫ ਜਿਹਨੂੰ ਕਰਨਾ ਆਉਂਦਾ ਉਹਦੇ ਗਾੜੀ ਮੈਕ ਰੱਖਦੇ ਆ, ਜਿਹੜੇ ਬਾਕੀ ਉਹਨੂੰ ਤਾਂ ਇੰਨਾ ਦੱਸਿਆ ਹੁੰਦਾ ਕਿ ਇੱਦਾਂ ਅੱਖਾਂ ਫੇਰੀ ਜਾਈਂ, ਅਤੇ ਜੇ ਬਹੁਤੀ ਗੱਲ ਆ ਜਦੋਂ ਆਹ ਪੰਨਾ ਪਰਤੂ ਉਦੋਂ ਨਾਲ ਹੀ ਤੂੰ ਅੰਕ ਗੁਰੂ ਗ੍ਰੰਥ ਸਾਹਿਬ ਦਾ ਪਰਤ ਦੇਣਾ ਹੈ। ਪੜ੍ਹਨ ਨਾਲ ਕੋਈ ਮਤਲਬ ਨਹੀਂ, ਵਿਚਾਰ ਨਾਲ ਕੋਈ, ਇਹ ਕੰਮ ਉਦੋਂ ਸ਼ੁਰੂ ਹੋਏ ਉਹਨਾਂ ਦੀਆਂ ਦੁਕਾਨਾਂ ਨੇ, ਉਹਨਾਂ ਨੂੰ ਪਤਾ ਵੀ ਜਦੋਂ ਇਹਦੇ ਅਖੰਡ ਪਾਠ ਹੋਣੇ ਨੇ, ਇਹ ਕੋਤਰੀਆਂ ਸੰਪਟ ਪਾਠ ਲੱਗਣੇ ਨੇ, ਉਹਦੇ ਨਾਲ ਡੇਰਿਆਂ 'ਚ ਖੁੱਲ੍ਹੀ ਮਾਇਆ ਚੜ੍ਹਨੀ ਹੈ। ਉਹ ਨਹੀਂ, ਹੋਰ ਵਿਰੋਧ ਪ੍ਰਚਾਰ ਦਾ ਨਹੀਂ, ਵਿਰੋਧ ਉਹਨਾਂ ਗੱਲਾਂ ਦਾ ਜਿਹੜੀਆਂ ਉਹਨਾਂ ਦੇ ਡੇਰਿਆਂ 'ਚ ਹੋ ਰਹੀਆਂ ਨੇ, ਜਿਹਨਾਂ ਜਿਹੜੀ ਦੁਕਾਨ 'ਤੇ ਸੱਟ ਵੱਜਦੀ ਪ੍ਰੋਬਲਮ ਇੱਥੇ ਆ। ਇੱਦਾਂ ਫਿਰ ਉਹਨਾਂ ਨੂੰ ਇਹ ਨਹੀਂ, ਉਹਨਾਂ ਨੇ ਇਹ ਨਹੀਂ ਕਹਿਣਾ ਵੀ ਇਸ ਕਰਮ ਕਾਂਡ ਦੇ ਉਲਟ ਬੋਲਦੇ ਆ, ਫਿਰ ਉਹਨਾਂ ਨੇ ਇਹ ਕਹਿਣਾ ਇਹ ਗੁਰਬਾਣੀ ਦੇ ਉਲਟ ਬੋਲਦੇ ਆ ਜੀ, ਇਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਜੀ। ਅਸੀਂ ਤਾਂ ਕਹਿੰਦੇ ਖੁਦ ਬਾਣੀ ਪੜ੍ਹੋ, ਅਸੀਂ ਤਾਂ ਇਹ ਵੀ ਕਹਿੰਦੇ ਤੁਹਾਨੂੰ ਕਿਸੇ ਪ੍ਰਚਾਰਕ ਕੋਲੋਂ ਵੀ ਕਥਾ ਕਰਾਉਣ ਦੀ ਲੋੜ ਨਹੀਂ, ਤੁਸੀਂ ਆਪ ਗੁਰਬਾਣੀ ਪੜ੍ਹਨੀ ਵਿਚਾਰਨੀ ਘਰਾਂ 'ਚ ਸ਼ੁਰੂ ਕਰ ਦਿਓ। ਪਰ ਗੱਲ ਇਹ ਹੈ ਵੀ ਨਾ ਅਸੀਂ ਆਪ ਕਰਨ ਨੂੰ ਤਿਆਰ ਹਾਂ, ਇਹੋ ਕਰਕੇ ਅੱਜ ਬੜਾ ਵੱਡਾ ਗੈਪ ਪੈ ਗਿਆ। ਥਾਂ ਥਾਂ 'ਤੇ ਕੋ ਉੱਥੇ ਮੱਥਾ ਟੇਕੀ ਜਾਂਦਾ, ਕੋ ਉੱਥੇ ਦੀਵਾ ਜਗਾਈ ਜਾਂਦਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬਾਬਾ ਹੇ ਭਾਈ ਮਾਇਆ ਸਾਥ ਨਾ ਹੋਏ, ਵਿਸ਼ਿਆਂ ਵਿਕਾਰਾਂ ਵਾਲੀ ਇਹ ਜਿਹੜੀ ਸੋਚ ਹੈ ਇਹਨੇ ਤੇਰੀ ਜ਼ਿੰਦਗੀ ਜਿਉਣ 'ਚ ਤੇਰੇ ਕੰਮ ਨਹੀਂ ਆਉਣਾ। ਪਰ ਕਹਿੰਦੇ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਇਸ ਮਾੜੀ ਸੋਚ ਨੇ, ਇਸ ਮਾਇਆ ਨੇ ਜੱਗ ਮੋਹਿਆ, ਜਗਤ ਨੂੰ ਖੱਜਲ ਕੀਤਾ ਪਿਆ। ਪਰ ਵਿਰਲਾ ਬੁੱਝੇ ਕੋਈ ਵਿਰਲਾ ਹੀ ਸੂਰਮਾ ਹੈ ਜਿਹੜਾ ਇਸ ਗੱਲ ਨੂੰ ਬੁੱਝਦਾ, ਨਹੀਂ ਤਾਂ ਲੋਕ ਇਸ ਵਹਿਣ 'ਚ ਵਹਿੰਦੇ ਜਾ ਰਹੇ ਨੇ। ਅਤੇ ਤਰੀਕਾ ਫਿਰ ਕਿੱਡਾ ਪਿਆਰਾ ਦੱਸਿਆ, ਸੁਣਿਓ। ਪਹਿਲੀ ਉਦਾਹਰਨ ਦਿੱਤੀ ਹੈ ਕਿਰਸਾਨੀ ਕਿੱਤੇ ਨਾਲ ਸੰਬੰਧਿਤ, ਜਿਹੜੀ ਆਮ ਬੰਦੇ ਨੂੰ ਸਮਝ ਆਏਗੀ। ਮਹਾਰਾਜ ਕਹਿੰਦੇ ਨੇ ਮਨਹਾਲੀ ਕਿਰਸਾਨੀ ਕਰਨੀ, ਆਪਣੇ ਮਨ ਨੂੰ ਨਾ ਕਿਰਸਾਨ ਵਰਗਾ ਉੱਦਮੀ ਬਣਾ। ਕਿਉਂ ਜੀ? ਕਿਰਸਾਨ ਉੱਦਮੀ ਹੁੰਦਾ ਨਾ, ਸੂਰਜ ਚੜ੍ਹਨ ਤੋਂ ਪਹਿਲਾਂ ਖੇਤਾਂ 'ਚ ਹੁੰਦਾ ਅਤੇ ਸੂਰਜ ਛਿਪ ਜਾਂਦਾ, ਲੋਕ ਆਪਣੇ ਘਰਾਂ 'ਚ ਆ ਜਾਂਦੇ ਅਤੇ ਕਿਰਸਾਨ ਅਜੇ ਵੀ ਖੇਤ 'ਚ ਹੁੰਦਾ, ਉੱਦਮੀ ਹੁੰਦਾ ਨਾ। ਹੁਣ ਤਾਂ ਟਰੈਕਟਰਾਂ ਦੀ ਵਾਹੀ ਆ ਗਈ, ਜਿੰਨਾ ਬਲਦਾਂ ਨਾਲ ਬਜ਼ੁਰਗਾਂ ਨੇ ਹਲ ਵਾਹਿਆ ਹੋਏਗਾ ਉਹਨਾਂ ਨੂੰ ਪਤਾ ਵੀ ਸੂਰਜ ਚੜ੍ਹਨ ਤੱਕ ਕਿਰਸਾਨ ਇੱਕ ਕਿੱਲਾ ਪੈਲੀ ਵਾਹ ਲੈਂਦਾ ਸੀ। ਕਿੰਨਾ ਉੱਦਮੀ ਸੀ ਜੀ, ਕਿੰਨਾ ਉੱਦਮ ਸੀ ਉਹਦੇ ਅੰਦਰ, ਕਿੰਨੀ ਮਿਹਨਤ ਕਰਦਾ ਸੀ। ਮਨ ਹਾਲੀ ਕਹਿੰਦੇ ਆਪਣੇ ਮਨ ਨੂੰ ਉਸ ਹਾਲੀ ਵਰਗਾ ਉੱਦਮੀ ਬਣਾ। ਰਾਤ ਹੀ ਪਲੈਨਿੰਗ ਕਰਕੇ ਸੁਣਦਾ ਸੀ, ਉਹ ਬਲਦਾਂ ਦੀ ਖੁਰਲੀ ਰਾਤ ਹੀ ਪੱਠਿਆਂ ਨਾਲ ਭਰ ਦਿੰਦਾ ਸੀ ਵੀ 3:30-4 ਵਜੇ ਸਭ ਤੋਂ ਪਹਿਲਾਂ ਪਿੰਡ 'ਚੋਂ ਹਾਲੀ ਨਿਕਲਦਾ ਸੀ ਪਿੰਡ 'ਚੋਂ ਬਾਹਰ, ਅਤੇ ਸੂਰਜ ਚੜ੍ਹਨ ਤੋਂ ਪਹਿਲਾਂ। ਹੁਣ ਜਿਹਦੇ ਜਦੋਂ ਉਹਨੇ ਉੱਦਮ ਨਾਲ ਤੁਰਨਾ, ਮੋਟੀਆਂ ਮੋਟੀਆਂ ਢੇਮਾਂ ਖੇਤਾਂ 'ਚ ਪੈਰਾਂ ਨਾਲ ਵੱਜੀਆਂ, ਐਕੂਪ੍ਰੈਸ਼ਰ ਹੋਣਾ, ਨਾ ਬੀ ਪੀ ਵਧਣਾ ਅਤੇ ਨਾ ਬੀ ਪੀ ਘਟਣਾ। ਫਿਰ ਜੋ ਮਰਜ਼ੀ ਭਾਵੇਂ ਉੱਥੇ ਇੱਕ ਜੱਗ ਲੱਸੀ ਦਾ ਪੀ ਲੈ, ਕੌਲਾ ਦੇਸੀ ਘਿਓ ਦਾ ਅੰਦਰ ਸੁੱਟ ਲੈ, ਹੋਣਾ ਕੁਝ ਹੈ। ਅਤੇ ਆਪਾਂ ਕਹਿੰਦੇ ਅਸੀਂ ਅਮੀਰ ਹੋ ਗਏ, ਕੰਮ ਸਾਡੇ ਕੋਲੋਂ ਛੁੱਟ ਗਿਆ, ਹੁਣ ਦੇਸੀ ਘਿਓ ਸਾਹਮਣੇ ਪਿਆ, ਸਾਹਮਣੇ ਜਲੇਬ ਹੈ, ਇੱਥੇ ਕੰਨ ਪੱਟੀ 'ਤੇ ਰਿਵਾਲਵਰ ਰੱਖਿਆ, ਡਾਕਟਰ ਨੇ ਕਹਿੰਦਾ ਖਾਈ ਨਾ, ਨਹੀਂ ਤਾਂ ਤੇਰਾ ਪਟਾਕਾ ਪੈ ਜਾਣਾ ਹੀ। ਫਰਿੱਜਾਂ ਮਿੱਠੇ ਨਾ ਭਰੀਆਂ ਪਈਆਂ, ਪਕਵਾਨ ਸਾਹਮਣੇ ਪਏ ਨੇ, ਦੱਸਿਓ ਅਮੀਰੀ ਕਿਹਨੂੰ ਕਹੋਗੇ ਤੁਸੀਂ? ਪਹਿਲੀ ਸੀ ਕਿ ਹੁਣ ਸੀ? ਪਹਿਲੀ ਖਾਣ ਲਈ ਭਾਵੇਂ ਘੱਟ ਨਹੀਂ ਸੀ, ਪਰ ਕਿਲੋ ਕਿਲੋ ਬੰਦਾ ਗੁੜ ਚੱਪ ਜਾਂਦਾ ਸੀ, ਖਾ ਜਾਂਦਾ ਸੀ। ਹੁਣ ਸਾਹਮਣੇ ਪਿਆ, ਜਾਂਦਿਆਂ ਇੱਦਾਂ
ਕਿਉਂ ਅਸੀਂ ਕੰਮ ਛੱਡ ਬੈਠੇ? ਮਾੜਾ ਮੋਟ ਵਰਕ ਵੀ ਅਸੀਂ ਛੱਡਤਾ, ਮਾਫ਼ ਕਰਨਾ, ਖੇਤਾਂ 'ਚ ਰਹਿਣ ਵਾਲਾ ਬੰਦਾ ਜਿਹਦਾ ਬਿਲਕੁਲ ਬਾਹਰ ਬਾਹਰ ਘਰ ਹੈ, ਉਹ ਵੀ ਦੋ ਮਰਲੇ ਸਬਜ਼ੀ ਲਾਉਣ ਨੂੰ ਤਿਆਰ ਨੇ, ਉਹ ਵੀ ਕੱਛਾਂ 'ਚ ਹੱਥ ਲੈ ਕੇ ਕਰੇਲੇ ਸ਼ਹਿਰੋਂ ਲਿਆਉਂਦਾ ਭਾਵੇਂ ਟੀਕਿਆਂ ਵਾਲੇ ਲਿਆਵੇ, ਉੱਦਾਂ ਪਿੰਡ 'ਚ ਗੇੜੀ ਦੇਈ ਜਾਣੀ ਹੈ। ਕਹਿੰਦੇ ਕੀ ਕਰਨਾ ਜੀ? ਬਾਹਰ ਜਾਣਾ ਜੀ। ਬਾਹਰ ਜਾ ਕੇ ਵੀ ਤਾਂ ਇਹੋ ਕੰਮ ਹੀ ਕਰਨਾ। ਜੇ ਬਾਹਰਲੀ ਕੰਟਰੀ 'ਚ ਵੇਖੋ, ਗਾਵਾਂ ਪਾਲਦੇ ਸਾਡੇ ਵੀਰ, ਮਿਹਨਤ ਮੁਸ਼ਕਤ ਕਰਦੇ, ਫਰਕ ਇਹ ਲਫ਼ਜ਼ ਉੱਥੇ ਸਾਫ਼ ਸੁਥਰੇ ਆ। ਇੱਥੇ ਸਾਡਾ ਕੋਈ ਨੌਜਵਾਨ ਸਫਾਈ ਕਰਦਾ ਹੋਵੇ, ਕਹਿੰਦਾ ਸਫਾਈ ਕਰਦਾ, ਉੱਥੇ ਕਹਿੰਦਾ ਇਹ ਕਲੀਨ ਕਰਦਾ ਜੀ। ਸ਼ਬਦ ਇੰਗਲਿਸ਼ ਦਾ ਪਰ ਕਰਦਾ ਕੀ ਜੀ, ਬੋਲੋ ਅੱਗੇ, ਉਹ ਕਲੀਨ ਕਰਦਾ ਜੀ। ਕੰਮ ਕੋਈ ਛੋਟਾ ਵੱਡਾ ਨਹੀਂ। ਸਾਡੇ ਦਿਮਾਗ 'ਚ ਗੱਲਾਂ ਪਾ ਦਿੱਤੀਆਂ। ਹੁਣ ਜਿਹੜੇ ਬਿਹਾਰ ਤੋਂ ਆਉਂਦੇ ਆ ਬਈਏ, ਯੂਪੀ ਤੋਂ, ਉਹ ਆਣ ਕੇ ਲੁਧਿਆਣੇ ਦੇ ਸਟੇਸ਼ਨ 'ਤੇ ਦੋ ਕੱਪੜੇ ਉਹਨਾਂ ਦੇ ਕੋਲ ਹੁੰਦੇ, ਉਤਰਦੇ ਆ, ਅਤੇ ਤਿੰਨਾਂ ਚੌਂ ਮਹੀਨਿਆਂ ਬਾਅਦ, ਸਾਲ ਬਾਅਦ ਉਹਨਾਂ ਦੇ ਬੱਚੇ ਕੌਨਵੈਂਟ ਸਕੂਲਾਂ 'ਚ ਪੜ੍ਹ ਰਹੇ ਹੁੰਦੇ ਆ, ਕਿਉਂਕਿ ਸਾਰੇ ਕੰਮ ਉਹਨਾਂ ਨੇ ਸਾਂਭ ਲਏ। ਲੱਕੜ ਦਾ ਕੰਮ ਉਹ ਕਰਨ ਲੱਗ ਪਏ, ਟੈਲਾਂ ਉਹ ਲਾਉਣ ਲੱਗ ਪਏ, ਪਲੰਬਰ ਦਾ ਕੰਮ ਉਹ ਕਰਨ ਲੱਗ ਪਏ, ਸਾਰੇ ਕੰਮ ਉਹ, ਹੌਲੀ ਹੌਲੀ ਉਹਨਾਂ ਦੇ ਬੱਚੇ ਕੌਨਵੈਂਟ ਸਕੂਲਾਂ 'ਚ ਪੜ੍ਹਦੇ। ਮਹਿੰਗੀਆਂ ਫੀਸਾਂ ਕਿੱਥੋਂ ਦੇ ਰਹੇ ਨੇ? ਕੰਮ ਕਰਦੇ ਅਗਲੇ, ਅਤੇ ਅਸੀਂ ਕੱਛਾਂ 'ਚ ਹੱਥ ਲੈ ਕੇ ਬੰਦਾ ਘੁੰਮ ਰਿਹਾ। ਵਜ੍ਹਾ ਕੀ ਆ? ਅਸੀਂ ਸੱਚ ਦੀ ਵਿਚਾਰ ਕੋਹਾਂ ਦੂਰ ਚਲੇ ਗਏ। ਅਸੀਂ ਆਪਣਾ ਜਿਹੜਾ ਭਵਿੱਖ ਸੀ ਉਹਨੂੰ ਸਵਾਰਨ ਦੀ ਬਜਾਏ, ਪੈਸਾ ਆਉਣਾ ਮਾੜੀ ਚੀਜ਼ ਨਹੀਂ, ਪਰ ਪੈਸਾ ਆਉਣ ਦੇ ਨਾਲ ਨਾਲ ਜਿਹੜੀਆਂ ਅਲਾਮਤਾਂ ਆਈਆਂ, ਜਿਹੜੀਆਂ ਬਿਮਾਰੀਆਂ ਨਾਲ ਸਾਡੇ ਜੀਵਨ 'ਚ ਆਈਆਂ, ਨਸ਼ਿਆਂ ਦੀ ਹੱਦੋਂ ਵੱਧ ਤਾਦਾਦ ਸਾਡੇ ਜੀਵਨ 'ਚ ਵਧੀ ਹੈ, ਉਹ ਵੀ ਨਾਲ ਨਾਲ ਸਾਨੂੰ ਚੇਤਾ ਰੱਖਣਾ ਪੈਣਾ। ਪੈਸਾ ਆਵੇ ਉਹਨੂੰ ਚੰਗੇ ਬੰਨੇ ਲਾਓ, ਸਿਹਤ ਵਾਲੇ ਬੰਨੇ ਲਾਓ, ਸਮਾਜ ਦੇ ਭਲੇ ਵਾਸਤੇ ਲਾਓ, ਪਰ ਅਸੀਂ ਗਲਤ ਬੰਨੇ ਤੁਰ ਪਏ। ਜਿੱਥੇ ਜਿਸ ਸੂਬੇ ਵਿੱਚ, ਜਿਸ ਸਟੇਟ 'ਚ, ਉਹਨਾਂ ਜਗ੍ਹਾ ਦੀ ਮਾਨਤਾ ਹੋਏਗੀ ਜਿੱਥੇ ਸ਼ਰੇਆਮ ਨਸ਼ੇ ਚੜ੍ਹਦੇ ਹੋਣਗੇ, ਅਤੇ ਜਾਣ ਵਾਲੇ ਕਿਉਂ ਨਹੀਂ ਪੀਣਗੇ ਜੀ? ਭਲਾ ਜੇ ਉਸ ਜਗ੍ਹਾ ਦੀ ਮਾਨਤਾ ਨਸ਼ਾ ਕਰਕੇ ਹੋਏਗੀ, ਤਾਂ ਪਿੱਛੇ ਤੁਰਨ ਵਾਲੇ ਨਸ਼ੇ ਕਿਉਂ ਨਹੀਂ ਕਰਨਗੇ? ਤਾਂ ਫਿਰ ਗੱਲ ਨੂੰ ਸਮਝਿਓ, ਆਪਣੇ ਮਨ ਨੂੰ ਹਾਲੀ ਦੀ ਤਰ੍ਹਾਂ ਉੱਦਮੀ ਬਣਾ। ਮਨ ਹਾਲੀ ਅਤੇ ਕਿਰਸਾਣੀ ਕਰਨੀ, ਆਪਣੇ ਕਰੈਕਟਰ ਨੂੰ ਉੱਚਾ ਬਣਾ। ਇਹ ਵਾਹੀ ਦਾ ਕੰਮ ਹੋਵੇ, ਤੇਰਾ ਕਰੈਕਟਰ ਉੱਚਾ ਹੋਵੇ, ਇਹ ਵਾਹੀ ਦਾ ਕੰਮ ਹੋਵੇ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ, ਉੱਦਮ ਨੂੰ ਪਾਣੀ ਬਣਾ ਲਾ। ਤੇਰੀ ਜ਼ਿੰਦਗੀ 'ਚ ਉੱਦਮ ਹੋਵੇ, ਇਹ ਕੀ ਹੋਵੇ ਜੀ? ਪਾਣੀ, ਸ਼ਰਮ ਪਾਣੀ, ਤਨ, ਖੇਤ। ਅਤੇ ਖੇਤ ਕਿਹਨੂੰ ਬਣਾਉਣਾ ਜੀ? ਭਲਾ ਬੋਲੋ ਪਿਆਰਿਓ, ਤੁਸੀਂ ਬੋਲੋਗੇ ਤੁਹਾਨੂੰ ਪਤਾ ਲੱਗੂ ਵੀ ਪੰਕਤੀ ਕੀ ਹੈ। ਤਨ ਨੂੰ ਕੀ ਬਣਾਉਣਾ ਜੀ? ਖੇਤ, ਜ਼ਮੀਨ। ਹੁਣ ਦੱਸਿਓ, ਨਾਮ ਬੀ ਉਹ 'ਚ ਬੀਜਣਾ ਕੀ? ਭਲਾ ਨਾਮ ਬੀਜ, ਨਾਮ ਕੀ ਹੈ? ਗੁਰੂ ਦੀ ਸਿੱਖਿਆ। ਗੁਰੂ ਦੀ ਸਿੱਖਿਆ ਆਪਣੇ ਤਨ ਰੂਪੀ ਖੇਤ ਵਿੱਚ ਬੀਜਦੇ। ਦੱਸਿਓ ਭਲਾ, ਅੱਜ ਇਸ ਤਨ ਦੇ ਖੇਤ 'ਚ ਕੀ ਬੀਜਿਆ? ਭਲਾ ਕੀ ਬੀਜਿਆ? ਹਰ ਇੱਕ ਨੂੰ ਆਪੋ ਆਪਣੇ ਬਾਰੇ ਪਤਾ ਹੋਣਾ, ਤਾਸ਼ ਦੀ ਆਦਤ ਬੀਜੀ ਹੋਈ ਆ, ਗੰਦੇ ਗੀਤ ਬੀਜੇ ਹੋਏ ਨੇ, ਮਾੜੀਆਂ ਗੱਲਾਂ ਕੁੱਟ ਕੁੱਟ ਕੇ ਆਪਣੇ ਅੰਦਰ ਭਰੀਆਂ ਹੋਈਆਂ ਨੇ, ਸੁੱਤਿਆਂ ਉੱਠਦਿਆਂ ਬਹਿੰਦਿਆਂ ਜਾਗਦਿਆਂ ਮਾੜੀ ਵਿਚਾਰ ਅੰਦਰ ਜਨਮ ਲੈ ਰਹੀ ਹੈ। ਗੁਰੂ ਦਾ ਸ਼ਬਦ ਆਪਣੇ ਅੰਦਰ ਬੀਜਣ ਦਾ ਯਤਨ ਨਹੀਂ ਕੀਤਾ। ਨਾਮ ਬੀਜ, ਨਾਮ ਨੂੰ ਆਪਣੇ ਅੰਦਰ ਬੀਜ, ਗੁਣਾਂ ਨੂੰ ਆਪਣੇ ਅੰਦਰ ਬੀਜ, ਗੁਰੂ ਦੀ ਮਾਤ ਆਪਣੇ ਅੰਦਰ ਧਾਰਨ ਕਰ। ਅਤੇ ਉੱਤੇ ਤੁਸੀਂ ਬੀਜ ਬੀਜ ਕੇ ਕਿਸਾਨ ਉੱਤੇ ਸੁਹਾਗਾ ਕਿਉਂ ਫੇਰਦਾ? ਭਲਾ ਵੀ ਕੋਈ ਪੰਛੀ ਇਹ ਬੀਜ ਚੋਕੇ ਨਾ ਲੈ ਜਾਏ, ਇੱਥੇ ਸੁਹਾਗਾ ਕਾਹਦਾ ਫੇਰਨਾ? ਭਲਾ ਸੰਤੋਖ ਸੁਹਾਗਾ, ਸੰਤੋਖ ਦਾ ਸੁਹਾਗਾ ਫੇਰਦੇ। ਜਾਂਦੀ ਜ਼ਿੰਦਗੀ 'ਚ ਸੰਤੋਖ ਲਿਆ, ਸਬਰ ਬੜੀ ਵੱਡੀ ਚੀਜ਼ ਹੈ। ਜੇ ਤੂੰ ਸੰਤੋਖ ਦਾ ਸੁਹਾਗਾ ਨਹੀਂ ਫੇਰੇਗਾ, ਤਾਂ ਪੰਛੀ ਤੇਰੇ ਅੰਦਰੋਂ ਇਹ ਬੀਜ ਚੋਕੇ ਲੈ ਜਾਣਗੇ। ਅਤੇ ਪੰਛੀ ਕਿਹੜੇ ਆ?
ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ। ਇਹ ਸੰਸਾਰ ਇੱਕ ਸਰੋਵਰ ਵਾ, ਇਹਦੇ ਕੰਢੇ 'ਤੇ ਜੀਵ ਪੰਛੀ ਇਕੱਲਾ ਬੈਠਾ ਅਤੇ ਇਹਨੂੰ ਲਹਿਰਾਂ ਰੋਜ਼ ਸੁੱਟ ਰਹੀਆਂ। ਇੱਥੇ ਫਸਾਉਣ ਵਾਲੇ 50 ਪੰਛੀ ਆ। ਸਰਵਰ ਪੰਖੀ ਹੇਕੜੋ, ਪੰਛੀ ਇੱਕੋ ਆ, ਸਰੋਵਰ ਸੰਸਾਰ ਸਰੋਵਰ ਆ, ਪੰਛੀ ਇਕੱਲਾ ਇਹਦੇ ਕੰਢੇ 'ਤੇ ਬੈਠਾ ਅਤੇ ਫਾਹੀ ਵਾਲ 50 ਇਹਨੂੰ 50 ਫਸਾਉਣ ਵਾਲੇ ਆ। ਇਹ ਤਾਂ ਹੁਣ ਇਹਦੀ ਹਿੰਮਤ ਹੀ ਆ ਨਾ ਇਹਨਾਂ 50 'ਚ ਰਹਿ ਕੇ ਵੀ ਆਪਣੇ ਆਪ ਨੂੰ ਬਚਾਵੇ। ਇਹ ਤਾਂ ਇਹਦੀ ਹਿੰਮਤ ਹੀ ਆ ਨਾ। ਕਿਹੜੇ 50 ਨੇ? ਕਦੀ ਇਹਨੂੰ ਕਾਮ ਵਾਸ਼ਨਾਵਾਂ ਸੁੱਟਦੀਆਂ, ਕਦੀ ਇਹਨੂੰ ਲਾਲਚ ਧੱਕਾ ਦਿੰਦਾ, ਕਦੀ ਇਹਨੂੰ ਕ੍ਰੋਧ ਸੁੱਟਦਾ, ਕਦੀ ਇਹਨੂੰ ਹੰਕਾਰ ਸੁੱਟਦਾ, ਕਦੀ ਆਸਾ ਅਤੇ ਕਦੀ ਤ੍ਰਿਸ਼ਨਾ। ਇਹ ਸਾਰੇ ਵਿਸ਼ੇ ਵਿਕਾਰ, 5 ਵਿਕਾਰਾਂ ਦਾ ਅੱਗੇ ਪਰਿਵਾਰ ਬੜਾ ਵੱਡਾ। 5 ਵਿਕਾਰਾਂ 'ਤੇ ਗੱਲ ਰੁਕਦੀ ਨਹੀਂ, ਇਹਦਾ ਇਹਦਾ ਅਮਲਾ ਫੈਲਾ ਬਹੁਤ ਵੱਡਾ। ਗੁਰੂ ਨਾਨਕ ਸਾਹਿਬ ਨੇ ਬਾਣੀ 'ਚ ਆਖਿਆ, ਏਕ ਸਵਾਨ ਦੋਏ ਸਵਾਨੀ ਨਾਲ, ਇੱਕ ਲਾਲਚ ਦਾ ਕੁੱਤਾ ਸਵੇਰੇ ਉੱਠ ਪੈਂਦਾ ਨਾਲ ਹੀ, ਅਤੇ 2 ਕੁੱਤੀਆਂ ਵੀ ਨਾਲ ਹੀ ਉੱਠ ਪੈਂਦੀਆਂ। ਕਿਹੜੀਆਂ ਕਿਹੜੀਆਂ? ਆਸਾ ਅਤੇ ਤ੍ਰਿਸ਼ਨਾ ਦੀ। ਆਸਾ ਲੱਗੀ ਹੋਈ ਆ, ਤ੍ਰਿਸ਼ਨਾ ਬੁੱਝਦੀ ਕੋਈ ਨਹੀਂ। ਇਹ ਕੁੱਤੀਆਂ ਬੰਦੇ ਦੀ ਸੁਰਤ ਵਿੱਚ 24 ਘੰਟੇ ਬੈਠੀਆਂ। ਹੁਣ ਮਾਫ਼ ਕਰਿਓ, ਸੁਣਿਓ ਧਿਆਨ ਨਾਲ, ਇੱਥੇ ਕੋਈ ਕੁੱਤਾ ਦੀਵਾਨ 'ਚ ਆ ਜਾਵੇ ਆਪਾਂ ਡੰਡਾ ਲੈ ਕੇ ਭਜਾ ਦੇਣਾ, ਪਰ ਜਿਹੜਾ ਸੁਰਤ ਵਿੱਚ ਲਾਲਚ ਰੂਪੀ ਕੁੱਤਾ ਇਹਨੂੰ ਕਿੱਥੇ ਖੜੋਗੇ? ਜਿਹੜਾ ਬੰਦੇ ਦੇ ਅੰਦਰ ਲਾਲਚ ਰੂਪੀ ਕੁੱਤਾ, ਜਿਹੜਾ ਗੁਰਦੁਆਰੇ ਮੱਥਾ ਟੇਕਦੇ ਵੀ ਆਣ ਕੇ ਕਿਹਦੀ ਗੋਲ 'ਚ 5 ਰੱਖ ਕੇ 100 ਕੱਢ ਕੇ ਲੈ ਜਾਂਦਾ, ਇਸ ਕੁੱਤੇ ਦਾ ਕੀ ਇਲਾਜ ਕਰੋਗੇ? ਅਤੇ ਜੇ ਇਹ ਹਿਸਾਬ ਨਾਲ ਵੇਖੋਗੇ, ਜਦੋਂ ਬੰਦੇ ਅੰਦਰ ਬਾਣੀ 'ਚ ਲਾਲਚ ਨੂੰ ਕੁੱਤਾ ਆਖਿਆ, ਲੱਭ ਕੁੱਤਾ, ਲਾਲਚ ਦਾ ਕੁੱਤਾ, ਅਤੇ ਜਦੋਂ ਬਰਾਤ ਜਾਂਦੀ ਹੈ, ਜੇ ਅੰਦਰ ਦਿਮਾਗ 'ਚ ਲਾਲਚ ਹੈ ਤਾਂ ਦੱਸਿਓ ਭਲਾ ਸੁਰਤ ਵਿੱਚ ਕੌਣ ਜਾ ਰਿਹਾ ਨਾਲ? ਭਲਾ ਲਾਲਚ ਰੂਪੀ ਕੁੱਤਾ ਬੰਦੇ ਦੇ ਨਾਲ ਜਾ ਰਿਹਾ। ਇਹ ਆ ਜੂਨਾਂ ਜਿਹੜੀਆਂ ਬੰਦਾ ਪ੍ਰੈਕਟੀਕਲ ਭੋਗ ਰਿਹਾ। ਗੁਰਦੇਵ ਜੀ ਨੇ ਕਿੱਡੀ ਕਮਾਲ ਦੀ ਗੱਲ ਕੀਤੀ, ਕਹਿ ਲੱਗੇ ਬੰਦਿਆ ਆਪਣੀ ਜ਼ਿੰਦਗੀ ਨੂੰ ਜੂਣਾ ਸਿੱਖ, ਨਾਮ ਬੀਜ ਸੰਤੋਖ ਸੁਹਾਗਾ, ਜੇ ਸੰਤੋਖ ਸਬਰ ਦਾ ਸੁਹਾਗਾ ਨਹੀਂ ਫੇਰੇਗਾ ਤਾਂ ਵਿਸ਼ਿਆਂ ਵਿਕਾਰਾਂ ਦੇ ਪੰਛੀਆਂ ਨੇ ਤੇਰੇ ਅੰਦਰੋਂ ਗੁਣ ਚੋਕੇ ਲੈ ਜਾਣੇ ਆ, ਚੰਗਿਆਈ ਚੋਕੇ ਲੈ ਜਾਣੀ ਆ, ਅਤੇ ਤੇਰੀ ਜ਼ਿੰਦਗੀ 'ਚ ਬਰਬਾਦੀ ਤੋਂ ਸਿਵਾਏ ਹੋਰ ਕੁਝ ਨਹੀਂ ਰਹਿ ਜਾਣਾ। ਅੱਜ ਤੁਸੀਂ ਵੇਖ ਨਹੀਂ ਰਹੇ, ਸਭ ਕੁਝ ਹੋਣ ਤੋਂ ਬਾਅਦ ਵੀ ਬੰਦੇ ਕੋਲ ਸਕੂਨ ਨਹੀਂ ਹੈ। ਵਜ੍ਹਾ ਕੀ ਹੈ? ਜ਼ਿੰਦਗੀ ਜਿਉਣ ਦਾ ਤਰੀਕਾ ਗਵਾ ਬੈਠਾ ਬੰਦਾ। ਇਹ ਜਗਤ ਮਮਤਾ ਮੂਆ, ਜੀਵਨ ਕੀ ਬਿਧ ਨਾ ਹੈ, ਗੁਰੂ ਨਾਨਕ ਸਾਹਿਬ ਜੀ ਕਹਿੰਦੇ। ਕਹਿੰਦੇ ਜਿਹਨੂੰ ਤੁਸੀਂ ਜ਼ਿੰਦਗੀ ਜਿਉਣੀ ਕਹਿੰਦੇ ਹੋ ਨਾ, ਇਹ ਜ਼ਿੰਦਗੀ ਜਿਉਣੀ ਥੋੜ੍ਹਾ, ਇਹ ਤਾਂ ਡੰਗ ਟਪਾਊ ਹੈ। ਅਸਲੀ ਜ਼ਿੰਦਗੀ ਜਿਉਣੀ ਹੈ ਬੰਦਾ ਆਨੰਦ 'ਚ ਰਹੇ, ਖੇੜੇ 'ਚ ਰਹੇ। ਇਹ ਜਗਤ ਮਮਤਾ, ਮਮਤਾ ਦਾ ਅਰਥ ਕੀ ਹੈ? ਮਾੜੀ ਸੋਚ ਦਾ ਧਾਰਨੀ ਹੋਇਆ ਪਿਆ। ਜੀਵਨ ਕੀ ਬਿਧ ਨਾ ਹੈ, ਜੀਵਨ ਦਾ ਤਰੀਕਾ ਹੈ ਨਹੀਂ, ਇਹਨੂੰ ਜੀਵਣਾ ਥੋੜ੍ਹਾ ਕਹਿੰਦੇ ਆ। ਜਿੱਥੇ ਬੰਦਾ ਇਹ ਕਹੇ ਕੀ ਹਾਲ ਹੈ ਅੱਗਿਓਂ, ਇੱਦਾਂ ਕਹਿੰਦਾ ਜਿਹੜੀ ਘੜੀ ਲੰਘ ਜੇ ਉਹੀ ਚੰਗੀ ਭਾਈ, ਘੜੀ ਨੂੰ ਹੋਇਆ ਕੀ ਤੇਰੀ ਨੂੰ? ਤੂੰ ਤੇਰੇ ਗੁੱਟ ਨਾ ਵੱਧੀ ਹੋਵੇ ਘੜੀ, ਤੇਰੇ ਘਰ 'ਚ ਟਾਈਮ ਪੀਸ ਹੋਵੇ, ਮਾੜੀ ਜਿਹੀ ਪ੍ਰੋਬਲਮ ਠੀਕ ਕਰਾ ਲਿਆਉਣਾ, ਇਹਨੂੰ ਵੀ ਠੀਕ ਕਰ ਲਾ। ਇਹ ਤੇਰੇ ਆਪਣੇ ਹੱਥ ਵਾਸਤੇ, ਜਿੱਥੇ ਤੈਨੂੰ ਉਲਝਣ ਜਾਪਦੀ ਬੈਠ ਕੇ ਵਿਚਾਰ ਕਰ, ਇਹਦਾ ਗੋਸ਼ਟੀ ਕਰ, ਸਮੱਸਿਆ ਦਾ ਹੱਲ ਕਰ ਲਾ। ਤੂੰ ਗੁਰਦੇਵ ਪਿਤਾ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਆ, ਨਾਮ ਬੀਜ ਪੜ੍ਹੋ ਅੱਗੇ, ਸੰਤੋਖ ਸੁਹਾਗਾ ਅੱਗੇ ਕੀ ਹੈ, ਰੱਖ ਗਰੀਬੀ ਵੇਸ ਦਾ ਅਰਥ ਕੀ? ਕੱਪੜੇ ਪਾਟੇ ਪਾ ਲਾ, ਫਟੇ ਪੁਰਾਣੇ ਪਾ ਲਾ, ਨਹੀਂ, ਗਰੀਬੀ ਵੇਸ ਦਾ ਅਰਥ ਹੈ ਤੇਰਾ ਉੱਠਣਾ ਬੈਠਣਾ ਤੁਰਨਾ ਕਿਸੇ ਦਾ ਦਿਲ ਨਾ ਦਿਖਾਵੇ। ਕਈ ਵਾਰੀ ਬੰਦੇ ਦੀ ਬੋਲੀ ਵੀ ਕਿਸੇ ਦਾ ਦਿਲ ਦਿਖਾ ਜਾਂਦੀ ਹੈ। ਤੁਹਾਨੂੰ ਕੋਈ ਮਹਾਤੜ ਬੰਦਾ, ਸਧਾਰਨ ਬੰਦਾ ਆਪਣੀ ਚੀਜ਼ ਵਿਖਾਉਂਦਾ, ਮੰਨ ਲਓ ਤੁਹਾਡੇ ਕੋਲ ਪਹਿਲਾਂ ਹੀ ਬਹੁਤ ਕੁਝ ਹੈ,
ਉਹਦੀ ਚੀਜ਼ ਵੇਖ ਕੇ ਵੀ ਅੰਦਰੋਂ ਖੁਸ਼ ਹੈ ਵੀ ਸ਼ੁਕਰ ਹੈ ਭਰਾ ਤੂੰ ਇਹ ਚੰਗੀ ਚੀਜ਼ ਲਈ ਹੈ। ਕਈ ਵਾਰੀ ਬੰਦੇ ਦੀ ਬੋਲੀ ਵੀ ਹੰਕਾਰ ਵਾਲੀ ਹੁੰਦੀ ਹੈ, ਅਗਲਾ ਬੋਲੀ ਤੋਂ ਅੰਦਾਜ਼ਾ ਲਾ ਲੈਂਦਾ ਬੰਦੇ ਦੀ ਬੋਲੀ 'ਚ ਹੰਕਾਰ ਝਲਕ ਰਿਹਾ ਭਾਈ, ਇਹ ਬੰਦਾ ਦੂਜੇ ਨੂੰ ਬੰਦਾ ਸਮਝਣ ਨੂੰ ਤਿਆਰ ਨਹੀਂ ਹੈ। ਰੱਖ ਗਰੀਬੀ ਵੇਸ, ਅਤੇ ਗੁਰਦੁਆਰਿਆਂ 'ਚ ਵੀ ਬਹੁਤੀਆਂ ਇਹੋ ਲੜਾਈਆਂ, ਅਸੀਂ ਜ਼ਿਆਦਾ ਪੈਸੇ ਦਿੱਤੇ ਸਾਡਾ ਨਾਂ ਪਹਿਲਾਂ ਲਓ ਸਾਡੀ ਅਰਦਾਸ ਬਾਰੇ, ਫਿਰ ਅਗਲੇ ਵੀ ਫਿਰ ਲਾਉਣੀ ਪੈਂਦੇ ਮਾਫ਼ ਕਰਨਾ, ਗ੍ਰੰਥੀਆਂ ਨੂੰ ਵੀ ਫਿਰ ਕਈ ਵਾਰੀ ਕੋਲੋਂ ਫੁੱਲ ਲਾਉਣੇ ਪੈਂਦੇ, ਦਰ ਕਰਦੇ ਪ੍ਰੀਤਵਾਨ ਗੁਰਮੁਖ ਪਿਆਰੇ ਇੱਦਾਂ ਵਗੈਰਾ ਵਗੈਰਾ ਇੱਦਾਂ ਦੇ ਸ਼ਬਦ ਲਾਉਣੇ ਪੈਂਦੇ। ਬੰਦਾ ਆਪਣੇ ਕੰਮ ਬਦਲਣ ਨੂੰ ਤਿਆਰ ਨਹੀਂ। ਉੱਥੇ ਨਾ ਮੋਤੀ ਨਗਰ ਦੀ ਗੱਲ ਹੈ ਦਿੱਲੀ, ਬੰਗਲਾ ਸਾਹਿਬ ਉਦੋਂ ਕਥਾ ਕਰਦੇ ਹੁੰਦੇ ਸੀ ਅਤੇ ਉੱਥੇ ਕਥਾ ਕਰਨ ਜਦੋਂ ਜਾਣਾ ਸ਼ਾਮ ਦਾ ਦੀਵਾਨ ਉੱਥੇ ਹੁੰਦਾ ਸੀ। ਇੱਕ ਦਿਨ ਨਾ ਮੈਂ ਜਦੋਂ ਆਪਣਾ ਜੋੜਾ ਲਾਹ ਕੇ ਤਾਂ ਰੱਖਣ ਲੱਗਾ ਅਤੇ ਮੇਰਾ ਧਿਆਨ ਪੈ ਗਿਆ ਉੱਥੇ ਜੋੜੇ ਘਰ 'ਚ ਜਿੱਥੇ ਜੁੱਤੀ ਲਾਹੀ ਦੀ ਹੈ ਨਾ, ਲਾਹ ਕੇ ਅਤੇ ਫੜਾਈ ਦੀ, ਉਹ ਵੀਰ ਅਗਲੇ ਬੰਨੇ ਜੋੜੇ ਘਰ 'ਚ ਬੈਠੇ ਸੀ ਫੜਨ ਵਾਸਤੇ ਜੁੱਤੀਆਂ ਨੂੰ, ਅਤੇ ਮੈਂ ਉਹਨਾਂ ਨੂੰ ਵੇਖਿਆ ਕਿ ਸਿਲ ਪੱਥਰ ਦੀ ਲੱਗੀ, ਕਾਫੀ ਵੱਡਾ ਪੀਸ ਪੱਥਰ ਦਾ ਲੱਗਾ, ਉੱਥੇ ਬੰਦੇ ਦਾ ਨਾਂ ਲਿਖਿਆ। ਅਤੇ ਮੈਂ ਉਹਨਾਂ ਨੂੰ ਹੱਸ ਕੇ ਪੁੱਛਿਆ, ਮੈਂ ਕਿਹਾ ਵੀ ਇਹ ਪਹਿਲੀ ਵਾਰੀ ਮੈਂ ਵੇਖਿਆ ਵੀ ਜੋੜੇ ਘਰ ਦੇ ਵਿੱਚ ਵੀ ਪੈਰਾਂ ਜਿੱਥੇ ਜੁੱਤੀ ਲੱਥਣੀ ਆ ਉੱਥੇ ਬੰਦੇ ਨੇ ਆਪਣਾ ਨਾਂ ਲਿਖਾਇਆ, ਵੀ ਆਪੇ ਲਿਖਾਇਆ ਕਿ ਜਾਂ ਗਲਤੀ ਨਾਲ ਲਿਖਿਆ ਗਿਆ। ਤੂੰ ਚੁੱਪ ਕਰ ਗਏ ਅੱਗੇ, ਇਹ ਦਿੱਲੀ ਦੀ ਗੱਲ ਹੈ। ਕਹਿੰਦੇ ਨਹੀਂ ਜੀ, ਅਸਲ 'ਚ ਇਹ ਲਿਖਾਇਆ ਹੈ। ਮੈਂ ਕਿਹਾ ਕਿਉਂ? ਕਹਿੰਦੇ ਅਸਲ 'ਚ ਨਾ ਬੰਦਾ ਬਹੁਤ ਅਮੀਰ ਹੈ ਜਿਹਦਾ ਨਾਂ ਲਿਖਿਆ ਹੈ, ਅਤੇ ਉਹਨੇ ਆਪਣਾ ਨਾਂ ਤਾਂ ਇੱਥੇ ਲਿਖਾਇਆ ਵੀ ਜਦੋਂ ਸੰਗਤਾਂ ਦੇ ਜੋੜੇ ਉੱਥੇ ਲੱਥਣ, ਮੇਰੇ ਨਾਂ ਦੇ ਉੱਤੇ ਜੋੜੇ ਲੱਥਣ ਅਤੇ ਮੇਰੇ ਪਾਪਾਂ ਦੀ ਹੌਲੀ ਹੌਲੀ ਮੈਲ, ਉੱਚੀ ਬੋਲੋ। ਅਤੇ ਮੈਂ ਕਿਹਾ ਇਹਦਾ ਮਤਲਬ ਉਹਨੂੰ ਪਤਾ ਉਹ ਪਾਪ ਕਰਦਾ, ਅਤੇ ਲਾ ਕੇ ਉਹ ਦੂਜਾ ਬੋਲਿਆ, ਕਹਿੰਦਾ ਜੀ ਅਸਲ 'ਚ ਨਾ ਕੰਮ ਉਹਦਾ 2 ਨੰਬਰ ਦਾ। ਅਤੇ ਮੈਂ ਕਿਹਾ ਫਿਰ ਕੰਮ ਬਦਲਦੇ? ਕਹਿੰਦਾ ਉਹ ਕੰਮ ਨਹੀਂ ਬਦਲਦਾ, ਉਹ ਕਹਿੰਦਾ ਸਿਰ ਲਾ ਕੇ ਸ਼ਾਇਦ ਕੰਮ ਉੱਧਰੋਂ ਜਾਰੀ ਰਹੇ ਅਤੇ ਇੱਧਰੋਂ ਸੰਗਤਾਂ ਉਹਦੇ ਸਿਰ ਦੇ ਇੱਦਾਂ ਉਹਦੇ ਨਾਂ ਉੱਤੇ ਜੋੜੇ ਰੋਜ਼ ਲਾਈ ਜਾਣ ਅਤੇ ਸ਼ਾਇਦ ਥੋੜ੍ਹਾ ਬਹੁਤਾ ਉਹਦਾ ਭਾਰ। ਮਤਲਬ ਬੰਦਾ ਆਪਣੇ ਪੁੱਠੇ ਕੰਮ ਛੱਡਣ ਨੂੰ ਤਿਆਰ, ਜਿਵੇਂ ਮਲਕ ਭਾਗਵਾਂ ਦਾ ਸੀ, ਲੋਕਾਂ ਦਾ ਖੂਨ ਚੋੜੂੰ, ਆਹ ਵੱਡੇ ਵੱਡੇ ਸਾਧਕਾਂ ਦੇ ਵੀ ਘਰ 'ਚ ਬਿਠਾਏ, ਇਹਨਾਂ ਨੂੰ ਖੀਰ ਪੂੜੇ ਖਵਾ ਕੇ ਅਰਦਾਸ ਕਰਾ ਲੂੰ। ਇੱਦਾਂ ਹੀ ਬੰਦਾ ਕਰ ਰਿਹਾ, ਕਮਾਈ 2 ਨੰਬਰ ਦੀ, ਸਮੈਕ ਵੀ ਵੇਚੂੰ, ਡਰੱਗ ਵੀ ਵੇਚੂੰ, ਨਸ਼ੇ ਵੀ ਕਰੂੰ, ਬੇਈਮਾਨੀ ਵੀ ਕਰੂੰ, ਲੁੱਟ ਕਸੁੱਟ ਵੀ ਕਰੂੰ, ਤੇਰੀ ਗੋਲ 'ਚ ਜੇ ਮੈਨੂੰ 10,000 ਮਿਲੂ, ਤੇਰੀ ਗੋਲ 'ਚ 500 ਪਾ ਕੇ ਕਹੂੰਗਾ ਮਹਾਰਾਜ ਅਸੀਂ ਖਤੇ ਬਹੁਤ। ਵੀ ਤੁਕਾਂ ਮਹਾਰਾਜ ਸਾਡੇ ਲਈ ਤਾਂ ਹੈਗੀਆਂ, ਜੇ ਅਸੀਂ ਗਲਤੀਆਂ ਨਾ ਕਰਦੇ ਤੁਕਾਂ ਕਿਹਦੇ ਲਈ ਆ? ਅਸੀਂ ਗੁਨਾਹ ਕੀਤਾ ਤਾਂ ਹੀ ਤੇ ਅਰਦਾਸਾਂ ਸਾਡੇ ਲਈ ਬਣੀਆਂ ਨੇ। ਬੰਦਾ ਆਪਣੇ ਪੁੱਠੇ ਕੰਮ ਛੱਡਣ ਨੂੰ ਤਿਆਰ ਨਹੀਂ, ਅਤੇ ਥੋੜ੍ਹੇ ਬਹੁਤੇ ਧਰਮ ਕਰਮ ਕਰਕੇ ਆਪਣਾ ਨਾਂ ਧਾਰਮਿਕ ਬੰਦਿਆਂ ਵਿੱਚ ਵੀ ਲਿਖਾਉਣਾ ਚਾਹੁੰਦਾ। ਤੂੰ ਪਾਤਸ਼ਾਹ ਜੀ ਕਹਿੰਦੇ ਨੇ ਰੱਖ ਗਰੀਬੀ ਵੇਸ ਦਾ ਅਰਥ ਕੀ ਹੈ? ਇਹਦਾ ਅਰਥ ਨਹੀਂ ਵੀ ਤੇਰੇ ਕੋਲ ਘਰ ਨਾ ਹੋਵੇ, ਤੂੰ ਝੌਂਪੜੀ 'ਚ ਰਹਿੰਦਾ ਹੋਵੇ, ਨਹੀਂ, ਤੇਰੇ ਕੋਲ ਸਭ ਕੁਝ ਹੋਵੇ ਪਰ ਤੇਰਾ ਸੁਭਾਅ ਇੱਦਾਂ ਦਾ ਹੋਵੇ, ਤੇਰੇ ਤੁਰਨ 'ਚੋਂ ਵੀ ਨਾ ਕਿਸੇ ਨੂੰ ਜੱਜਮੈਂਟ ਹੋਵੇ। ਕਈ ਤਾਂ ਤੁਸੀਂ ਵੇਖਿਆ ਨਾ, ਬੰਦੇ ਮਿੰਟੋ ਮਿੰਟੀ ਅਗਲੇ ਨੂੰ ਗਣਾ ਦੇਣਗੇ, ਇੱਦਾਂ ਕਹਿਣਗੇ, ਕਦੀ ਗਰੀਬਾਂ ਘਰ ਵੀ ਚਰਨ ਪਾਓ। ਤੁਸੀਂ ਇੱਦਾਂ ਨਾਲ ਕਹਿ ਦਿਓ ਅਸੀਂ ਗਰੀਬਾਂ ਘਰ ਨਹੀਂ ਜਾਂਦੇ। ਉਹ ਭਰਾਵਾ 2 ਕੋਠੀਆਂ ਜਲੰਧਰ ਹੀ ਉਹ ਕਿਰਾਏ ਦਿੱਤੀਆਂ ਹੋਈਆਂ ਨੇ, ਵੀ 10-5 ਮਿੰਟ ਪਹਿਲਾਂ ਤੂੰ ਗਰੀਬ। ਇਹ ਤਾਂ ਇੱਦਾਂ ਹੋ ਗਿਆ ਵੀ ਜਿਵੇਂ ਜਿਵੇਂ ਬੱਚਾ ਨਹੀਂ ਸਕੂਲ ਦੇ ਵਿੱਚ ਛੁੱਟੀ ਲੈਣ ਲੱਗਿਆਂ ਲਿਖਦਾ ਆਪ ਜੀ ਦਾ ਆਗਿਆਕਾਰੀ, ਅਤੇ ਟੀਚਰ ਦੀ ਜਾਨ ਨਿਕਲੀ ਹੁੰਦੀ ਵੀ 4-5 ਵਾਰੀ ਤੇਰੇ ਮਾਪੇ ਸੱਦਣੇ ਪੈਂਦੇ ਵੀ ਤੂੰ ਇੰਨੀਆਂ ਸ਼ਰਾਰਤਾਂ ਕਰਦਾ, ਤੂੰ ਆਗਿਆਕਾਰੀ ਕਿਹੜੇ ਬਣੋ, ਵੀ ਤੈਨੂੰ ਲਿਖਣ ਲੱਗਿਆਂ ਵੀ ਸ਼ਰਮ ਨਹੀਂ ਆਉਂਦੀ। ਇੱਦਾਂ ਅਸੀਂ ਗੁਰੂ ਨਾਲ ਵੀ ਕਰਦੇ ਹਾਂ ਵੀ ਇੱਦਾਂ ਮਹਾਰਾਜ ਗੁਰਮੁਖ ਪਿਆਰੇ। ਤਾਂ ਸਭ ਤੋਂ ਹੈਰਾਨੀ ਦੀ ਗੱਲ ਹੈ ਵੀ ਜਦੋਂ ਸਾਡੇ ਬਾਰੇ ਕੋਈ ਢਾਡੀ ਕਵੀਸ਼ਰ ਪ੍ਰਚਾਰਕ ਗ੍ਰੰਥੀ ਬੋਲਦਾ ਇੱਦਾਂ ਵੀ ਗੁਰਮੁਖ ਪਿਆਰੇ ਦਰ ਕਰਦੇ ਪ੍ਰੀਤਵਾਨ ਇੱਦਾਂ ਇੱਦਾਂ ਵਗੈਰਾ ਵਗੈਰਾ, ਬੰਦਾ ਫੁੱਲੀ ਜਾਂਦਾ ਚੌੜਾ ਹੋ ਕੇ ਵੀ ਸ਼ਾਇਦ ਹੋ ਸਕਦਾ ਮੇਰੇ 'ਚ ਇੰਨੇ ਗੁਣ ਹੋਣ ਮੈਨੂੰ ਖੁਦ ਨੂੰ ਨਾ ਪਤਾ ਹੋਵੇ, ਇਹਨੂੰ ਪਤਾ ਲੱਗ ਗਿਆ ਹੋਵੇ ਬੰਦੇ ਨੂੰ ਆਪਣੇ। ਵੈਸੇ ਇੱਕ ਬੇਨਤੀ ਕਰਾਂ, ਜਿੰਨਾ ਬੰਦਾ ਆਪਣੇ ਬਾਰੇ ਆਪ ਜਾਣਦਾ ਹੈ ਨਾ,
ਉਹਦੇ ਬਾਰੇ ਦੂਜਾ ਨਹੀਂ ਜਾਣਦਾ, ਨਾ ਮਾਂ ਜਾਣਦੀ। ਕਈ ਵਾਰੀ ਮਾਂ ਕਹਿੰਦੀ ਮੈਂ ਆਪਣੇ ਪੁੱਤ ਨੂੰ ਸਾਰਾ ਜਾਣਦੀ ਹਾਂ, ਇਹ ਗੱਲ ਗਲਤ ਹੈ। ਤੁਸੀਂ ਸਿਰਫ ਉੱਪਰਲੀਆਂ ਉੱਪਰਲੀਆਂ ਗੱਲਾਂ ਜਾਣਦੇ ਜੇ। ਕਈ ਵਾਰੀ ਪਤਨੀ ਕਹਿੰਦੀ ਮੈਂ ਆਪਣੇ ਪਤੀ ਨੂੰ ਸਾਰਾ ਜਾਣਦੀ ਹਾਂ, ਪਤੀ ਕਹਿੰਦਾ ਮੈਂ ਆਪਣੀ ਪਤਨੀ ਨੂੰ। ਇਹ ਸੱਚ ਨਹੀਂ ਹੈ, ਕਿਉਂਕਿ ਜ਼ਿੰਦਗੀ 'ਚ ਬਹੁਤ ਗਲਤੀਆਂ ਐਸੀਆਂ ਹੁੰਦੀਆਂ ਜਿਹੜਾ ਬੰਦਾ ਇੱਕ ਦੂਜੇ ਨਾਲ ਸ਼ੇਅਰ ਕਰਨ ਲੱਗਿਆਂ 100 ਵਾਰ ਡਰਦਾ ਵੀ ਜੇ ਕਿਤੇ ਗੱਲ ਮੈਂ ਸਾਂਝੀ ਕਰਤੀ ਸਾਡੇ 'ਚ ਅੱਜ ਤਿਰੜ ਫਰਿੜ ਹੋ ਜਾਣੀ ਹੈ। ਦੋਸਤਾਂ 'ਚ ਵੀ ਇੰਝ ਹੁੰਦਾ, ਮੰਨ ਲਓ ਕਿਸੇ ਦਾ ਕੰਮ ਕਾਰੋਬਾਰ ਸਾਂਝਾ ਹੋਵੇ, ਬੰਦੇ ਨੇ ਠੱਗੀ ਮਾਰੀ ਹੋਵੇ, ਕਵੇ ਭਰਾਵਾ ਮੈਨੂੰ ਬੜਾ ਯਕੀਨ ਹੈ ਆਪਣੇ ਦੋਸਤ 'ਤੇ, ਸਾਰਾ ਨਹੀਂ ਪਤਾ ਤੈਨੂੰ ਵੀ ਕੀ ਹੋ ਰਿਹਾ, ਤੇਰੇ ਨਾਲ ਕਿੱਥੇ ਕਿਹਦੇ ਨਾਲ ਕੀ ਧੋਖਾ ਕੀਤਾ। ਗ੍ਰਾਹਕ ਗਰੀਬੀ ਵੀ ਇਸ ਦਾ ਅਰਥ ਹੈ, ਸੁਭਾਅ ਤੇਰਾ ਨਿਮਰਤਾ ਵਾਲਾ ਹੋਵੇ, ਤੇਰਾ ਤੁਰਨਾ, ਤੇਰਾ ਉੱਠਣਾ, ਤੇਰਾ ਬੈਠਣਾ ਕਿਸੇ ਦਾ ਦਿਲ ਨਾ ਦਿਖਾਵੇ। ਜੇ ਤੈਨੂੰ ਕੋਈ ਚੀਜ਼ ਵਿਖਾਉਂਦਾ ਇੱਦਾਂ ਸ਼ੁਕਰ ਮਨਾ ਵੀ ਸ਼ੁਕਰ ਹੈ ਭਾਈ। ਗੁਰਦੇਵ ਜੀ ਕਹਿੰਦੇ ਰਾਖ ਗਰੀਬੀ ਵੇਸ ਭਾਓ ਕਰਮ, ਭਾਓ ਦਾ ਅਰਥ ਹੈ ਪਿਆਰ, ਕਰਮ ਦਾ ਅਰਥ ਹੈ ਬਖਸ਼ਿਸ਼, ਫਿਰ ਤੇਰੇ ਅੰਦਰ ਉਹਦੀ ਬਖਸ਼ਿਸ਼ ਨਾਲ ਪਿਆਰ ਦੀ ਖੇਤੀ ਉੱਗੇਗੀ। ਅੱਜ ਪਿਆਰ ਹੈ ਨਹੀਂ ਜੀਵਨ 'ਚ, ਹੈਗਾ ਵੱਢ ਖਾਣ ਨੂੰ ਪੈਂਦਾ ਬੰਦਾ ਹੈਗਾ। ਪਹਿਲਾਂ ਹੁੰਦਾ ਸੀ ਬਰਾਤਾਂ ਪਿੰਡਾਂ 'ਚ ਆਉਂਦੀਆਂ ਸੀ, ਸਾਰਾ ਪਿੰਡ ਕਹਿੰਦਾ ਸੀ ਭਾਈ ਸਾਡੇ ਪਿੰਡ ਦੀ ਧੀ ਦਾ ਵਿਆਹ, ਇਸ ਪਰਿਵਾਰ ਨੂੰ ਦੁੱਧ ਮਿਲ ਲੈਣ ਦੀ ਲੋੜ ਨਹੀਂ, ਆੜਾ ਲੜਕੇ ਲੜਕੀ ਨੂੰ ਬਿਠਾ ਕੇ ਪੈਸੇ ਦੇਣ ਦਾ ਰਿਵਾਜ਼ ਇੱਥੋਂ ਪਿਆ ਸੀ ਵੀ ਇਹਦੀ ਧੀ ਦਾ ਵਿਆਹ ਨਹੀਂ ਸਾਡੀ ਧੀ ਦਾ ਵਿਆਹ, ਇਹਨੂੰ ਜੇ ਅੱਜ ਇਹਨੂੰ ਅੱਜ ਪੈਸਾ ਲਾਉਣਾ ਪਵੇ ਜੀ ਅਸੀਂ ਲਾਵਾਂਗੇ। ਉਹ ਥੋੜ੍ਹੇ ਥੋੜ੍ਹੇ ਬੰਦੇ ਲੋਕ ਹੈਲਪ ਕਰਦੇ ਸੀ ਜਿਹਦੀ ਧੀ ਦਾ ਆਨੰਦ ਕਾਰਜ ਹੁੰਦਾ ਸੀ ਉਹਦੇ ਘਰੋਂ। ਅੱਜ ਤੋਂ ਤੁਸੀਂ ਮੇਰੇ ਖਿਆਲ 'ਚ ਅੱਜ ਤੁਸੀਂ 84-85-90 ਦੀਆਂ ਵੇਖ ਲਓ ਗੱਲਾਂ, ਬਜ਼ੁਰਗਾਂ ਨੂੰ ਤਾਂ ਪਤਾ ਹੋਣਾ ਵੀ ਪਿੰਡ ਵਿੱਚ ਕਿਸੇ ਧੀ ਦਾ ਵਿਆਹ ਹੁੰਦਾ ਸੀ, ਪਰਿਵਾਰ ਨੂੰ ਦੁੱਧ ਮੁੱਲ ਲੈਣ ਦੀ ਲੋੜ, ਨਾਲੇ ਅਗਲੇ ਦੇ ਘਰ ਜਾਣਾ, ਨਾਲੇ ਦੋ ਅਗਲਿਆਂ ਨੇ ਸੱਦਾ ਵੀ ਨਹੀਂ ਸੀ ਦਿੱਤਾ ਹੁੰਦਾ ਤਾਂ ਵੀ 2 ਲੀਟਰ ਦੁੱਧ ਫੜਾਉਣਾ ਉੱਧਰ। ਅਤੇ ਅੱਜ ਸਕੇ ਭਰਾ ਦੇ ਪੁੱਤਰ ਧੀ ਦਾ ਆਨੰਦ ਕਰ ਜਾ, ਦੂਜਾ ਡੇਅਰੀ ਪਾਉਣ ਤੁਰਿਆ ਜਾ ਰਿਹਾ, ਕਹਿੰਦਾ ਤੂੰ, ਕਹਿੰਦਾ ਭਾਈ ਮੁੱਲ ਲੈ ਲੂ। ਬੋਲੋ ਜੀ, ਹੁਣ ਇਹ ਨਹੀਂ ਮੈਂ ਕਹਿੰਦਾ ਜਿਹੜਾ ਮੁੱਲ ਪਾਉਣ ਜਾ ਰਿਹਾ ਉਹ 'ਚ ਕਸੂਰ ਹੈ, ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਅਸੀਂ ਰੁੱਖੇ ਹੋ ਗਏ, ਸਾਡੇ 'ਚ ਸੁਭਾਅ 'ਚ ਉਹ ਨਹੀਂ ਰਿਹਾ, ਇੱਦਾਂ ਤੁਰੇ ਜਾਂਦੇ ਹਾਂ। ਤੁਹਾਡੇ ਵਿੱਚੋਂ ਕਈਆਂ ਦੇ ਧੀ ਪੁੱਤ ਬਾਹਰ ਹੋਣੇ ਆ, ਜਦੋਂ ਗੋਰਾ ਗੋਰੇ ਦੇ ਲਾਗੋਂ ਦੀ ਲੰਘਦਾ ਉਹ ਵੀ ਬੁਲਾ ਕੇ ਲੰਘਦਾ, ਅਤੇ ਜੇ ਪੰਜਾਬੀ ਦੇ ਲਾਗੇ ਉਹ ਲੰਘੇ ਉਹ ਵੀ ਹੱਸ ਕੇ ਲੰਘਦਾ, ਅਤੇ ਆਪਾਂ ਇੱਕ ਦੂਜੇ ਵੱਲ ਇੱਦਾਂ ਵੇਖ ਕੇ ਇੱਦਾਂ ਲੰਘ, ਜਿਵੇਂ ਸਵੇਰੇ ਬੰਦਾ ਪਤਾ ਨਹੀਂ ਕਿਤੇ ਨਿੰਮ ਪੀ ਆਇਆ ਹੁੰਦਾ। ਇੱਥੇ ਵੀ ਆ, ਮੰਨ ਲਓ ਤੁਸੀਂ ਇੱਕ ਦੂਜੇ ਵੱਲ ਵੇਖ ਹੀ ਲਓਗੇ ਤਾਂ ਤੁਹਾਨੂੰ ਇੱਦਾਂ ਹੱਥ ਹੀ ਖੜਾ ਕਰ ਦੂੰ, ਐਂ ਮੂੰਹ ਪਰਾਂ ਕਰਕੇ ਲੱਗਣਾ ਵੀ ਤੂੰ ਮੈਨੂੰ ਬੁਲਾ ਕੋ ਲਿਆ ਭਾਈ। ਜੇ ਬੁਲਾਓਗੇ ਕਿਸੇ ਦੇ ਇੱਕ ਦੂਜੇ ਦੇ ਕੰਮ ਆ ਜਾਓਗੇ, ਇੱਕੇ ਮੁਹੱਲੇ 'ਚ ਇੱਕੇ ਗਲੀ 'ਚ ਰਹਿਣ ਵਾਲਾ ਬੰਦਾ ਇੱਕ ਦੂਜੇ ਨਾਲ ਬੋਲਣ ਨੂੰ ਤਿਆਰ ਨਹੀਂ ਹੈ। ਅਤੇ ਨਿਸ਼ਾਨ ਸਾਹਿਬ ਬਣਾ ਲਏ ਅਸੀਂ 50-50 ਫੁੱਟ, ਅਤੇ ਸੋਚ ਸਾਡੀ ਓਨੀ ਉੱਚੀ ਬੋਲੋਗੇ ਥਾਂ ਨੂੰ ਚਲੇਗੀ। ਤੋ ਪਾਤਸ਼ਾਹ ਦੀ ਬਾਣੀ ਕੀ ਕਹਿ ਰਹੀ ਹੈ ਸਾਨੂੰ ਇੱਥੇ, ਕਿੰਨੇ ਪਿਆਰੇ ਬਚਨ ਕਹਿ ਰਹੀ ਇੱਥੇ, ਭਾਓ ਕਰਮ, ਉਹਦੀ ਬਖਸ਼ਿਸ਼ ਨਾਲ ਤੇਰੇ ਅੰਦਰ ਪਿਆਰ ਦੀ ਖੇਤੀ ਪੈਦਾ ਹੋਏਗੀ। ਭਾਓ ਕਰਮ ਕਰ ਜੰਮਸੀ ਅਤੇ ਸੇ ਘਰ ਭਾਗਠ ਦੇਖ, ਫਿਰ ਘਰ ਤੇਰਾ ਭਾਗਾਂ ਵਾਲਾ ਬਣ ਜੂ, ਸੋਹਣਾ ਬਣ ਜੂ, ਉੱਚੀ ਸੋਚ ਦਾ ਮਾਲਕ ਬਣ ਜਾਏਗਾ। ਇਹ ਪਹਿਲੀ ਉਦਾਹਰਨ ਦਿੱਤੀ ਖੇਤੀਬਾੜੀ ਦੇ ਨਾਲ ਸੰਬੰਧਿਤ, ਤਾਂ ਕਿ ਕਿਸਾਨ ਬੈਠਾ ਹੋਵੇ ਉਹਨੂੰ ਸਮਝ ਆ ਜਾਏ ਸਾਰੇ ਕੰਮ ਕਿਸਾਨੀ ਕਿਤੇ ਨਾਲ ਸੰਬੰਧਿਤ ਵਰਤੇ। ਗੱਲ ਮੰਨਦੀ ਹੋ ਰਹੀ ਹੈ ਪਰ ਉਦਾਹਰਨਾਂ ਬਾਹਰਲੀਆਂ ਦਿੱਤੀਆਂ ਕਿਸਾਨੀ ਕਿਤੇ ਨਾਲ ਸੰਬੰਧਿਤ। ਹੁਣ ਦੂਜੀ ਉਦਾਹਰਨ ਦਿੱਤੀ ਇੱਕ ਦੁਕਾਨਦਾਰ ਦੀ, ਦੁਕਾਨਦਾਰ ਦੁਕਾਨ 'ਚ ਬੈਠਾ ਸਮਾਨ ਵੇਚਦਾ, ਇੱਥੇ ਮਾਰੇ ਕਹਿੰਦੇ ਹਾਣ ਹੱਟ ਕਰ ਯਾਰ ਜਾ, ਆਪਣੀ ਬੀਤ ਰਹੀ ਉਮਰ ਨੂੰ ਦੁਕਾਨ ਬਣਾ ਲਾ, ਜਿਹੜਾ ਤੇਰਾ ਸਮਾਂ ਬੀਤ ਰਿਹਾ, ਹਾਣ ਹਾਣ ਦਾ ਅਰਥ ਹੈ ਬੀਤਣਾ, ਬੀਤ ਰਹੀ ਉਮਰ ਨੂੰ ਦੁਕਾਨ ਬਣਾ ਲਾ, ਇਹ 'ਚ ਸੌਦਾ ਕਿਹੜਾ ਰੱਖ, ਸੱਚ ਨਾਮ ਕਰ ਵੱਥ, ਸੱਚੇ ਨਾਮ ਦਾ ਸੌਦਾ ਰੱਖ, ਬੀਤ ਰਹੀ ਉਮਰ ਨੂੰ ਦੁਕਾਨ ਬਣਾ ਲਾ। ਅਤੇ ਅੱਛਾ, ਸੌਦਾ ਰੱਖਣ ਲਈ ਭਾਂਡੇ ਵੀ ਚਾਹੀਦੇ ਨਾ, ਤੁਸੀਂ ਵੇਖਿਆ ਨਾ ਦੁਕਾਨ ਦੇ ਵਿੱਚ ਪੁਰਾਣੇ ਸਮੇਂ 'ਚ ਮਰਦਵਾਨ ਹੁੰਦੇ ਸੀ, ਕਰਿਆਨੇ ਦੀ ਦੁਕਾਨ ਵਾਲੇ ਨੇ ਫੁੱਲੀਆਂ
ਦਾਲ ਖੰਡ ਪੱਤੀ ਬਾਹਰੋਂ ਮਰਦਬਾਨ ਦੇ ਬਾਹਰੋਂ ਦਿਸਦੀ ਹੁੰਦੀ ਸੀ। ਮਰਦਬਾਨ ਹੋਣਾ ਬਾਹਰੋਂ ਦੱਸਣਾ ਵੀ ਇਹ 'ਚ ਫੁੱਲੀਆਂ ਪਈਆਂ ਨੇ, ਇਹ 'ਚ ਖੰਡ ਪਈ ਹੈ, ਇਹ 'ਚ ਪੱਤੀ ਪਈ ਹੈ, ਭਾਂਡੇ ਵਿੱਚ ਵਸਤੂ ਪਈ ਹੈ। ਕਹਿੰਦੇ ਸੱਚ ਦਾ ਸੌਦਾ ਰੱਖਣਾ ਕਾਹ 'ਚ ਵਾਲਾ, ਸੁਰਤ ਸੋਚ ਕਰ ਭਾਂਡ ਸਾਲ, ਆਪਣੀ ਸੁਰਤ ਦਾ ਭਾਂਡਾ ਬਣਾ ਲਾ ਅਤੇ ਸੁਰਤ ਦੇ ਭਾਂਡੇ 'ਚ ਸੱਚ ਦਾ ਸੌਦਾ ਪਾ ਲਾ। ਹੁਣ ਆਹ ਜਿਹੜੀਆਂ ਗੱਲਾਂ ਤੁਸੀਂ ਕਾਹ 'ਚ ਟਕਾ ਰਹੇ ਜੇ ਭਲਾ, ਬੋਲ ਕੇ ਦੱਸਿਓ, ਬੋਲੋ ਪਿਆਰਿਓ। ਸੁਰਤ 'ਚ, ਸੁਰਤ ਭਾਂਡਾ, ਸੁਰਤ ਰੂਪੀ ਭਾਂਡੇ 'ਚ ਗੱਲ ਨੂੰ ਟਿਕਾ ਲਾ। ਬੱਚਾ ਸਕੂਲ ਜਾਂਦਾ, ਘਰ ਤੱਕ ਆਉਂਦਿਆਂ ਉਹਨੂੰ ਟੀਚਰ ਦੀ ਕਈ ਗੱਲ ਚੇਤੇ ਹੈ, ਉਹਨੇ ਕਾਹ 'ਚ ਗੱਲ ਚੇਤੇ ਕਰਕੇ ਰੱਖੀ ਹੈ, ਸੁਰਤ 'ਚ। ਅੱਜ ਸੁਰਤ 'ਚ ਹੈ ਨਹੀਂ, ਸਾਡੀ ਸੁਰਤ 'ਚ ਦੀਵਾਨਾ। ਹੁਣੇ ਗੱਲ ਕਰ ਰਹੇ ਸੀ ਨਾ ਭਾਈ ਸ਼ਮਸ਼ੇਰ ਸਿੰਘ, ਸਾਡੀ ਸੁਰਤ 'ਚ ਕੀ ਹੈ ਵੀ ਕੱਲ੍ਹ ਵੀਰਵਾਰ ਹੈ, ਦੀਵਾ ਜਗਾਉਣਾ ਨਾ, ਜਾਣੀ ਕਿ ਸੁਰਤ ਵਿੱਚ ਹੋਰ ਹੀ ਵਸਤੂ ਪਾ ਕੇ ਬੈਠੇ ਹਾਂ। ਅਸੀਂ ਫਿਲਮਾਂ ਦੇ ਗਾਣੇ ਪਾ ਕੇ ਬੈਠੇ ਹਾਂ, ਗੰਦ ਮੰਦ ਪਾ ਕੇ ਬੈਠੇ ਹਾਂ। ਸੁਰਤ ਵਿੱਚ ਸੱਚ ਦਾ ਸੌਦਾ ਟਿਕਾਉਣਾ ਸੀ। ਸੁਰਤ ਸੋਚ ਕਰ ਭਾਂਡ ਸਾਲ, ਸੁਰਤ ਰੂਪੀ ਭਾਂਡੇ ਵਿੱਚ ਸੱਚ ਦਾ ਸੌਦਾ ਟਿਕਾ, ਤਿਸ ਵਿੱਚ ਤਿਸ ਨੂੰ ਰੱਖ। ਵਣਜ ਰਿਆ ਸਿਉ ਵਣਜ ਕਰ, ਫਿਰ ਇਹ ਸੌਦਾ ਟਿਕਾ ਕੇ ਨਾ, ਜਿਨ੍ਹਾਂ ਜਿਨ੍ਹਾਂ ਨੇ ਇਹ ਸੌਦਾ ਟਿਕਾਇਆ ਉਹਨਾਂ ਨਾਲ ਬਹਿ ਕੇ ਇਹਦਾ ਵਣਜ ਕਰ। ਜਦੋਂ ਆਪਾਂ ਕਹਿੰਦੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ, ਜਿਹੜੇ ਬੰਦੇ ਇਸ ਸੌਦੇ ਦੇ ਗਾਹਕ ਆ ਉਹਨਾਂ ਨਾਲ ਬੈਠ ਕੇ ਇਹਦਾ ਵਣਜ ਕਰ। ਵਣਜ ਰਿਆ ਸਿਉ ਵਣਜ ਕਰ, ਲੈ ਲਾਹਾ, ਪੜ੍ਹੋ, ਲੈ ਲਾਹਾ ਮਨ ਦੁਕਾਨਦਾਰ। ਸਵੇਰ ਤੋਂ ਦੁਕਾਨ 'ਤੇ ਬੈਠਾ, ਜੇ ਚਾਰ ਪੈਸੇ ਸ਼ਾਮਾਂ ਨੂੰ ਵੱਧ ਵੱਟੇ ਜਾਣ, ਕਿਉਂ ਜੀ? ਘਰ ਹੱਸਦਾ ਹੁੰਦਾ ਨਾ, ਫਿਰ ਆਪੇ ਅੰਗੂਰ ਵੀ ਲਈ ਆਉਂਦਾ, ਆਪੇ ਸੇਬ ਵੀ ਲਈ ਆਉਂਦਾ, ਆਪੇ ਫਰੂਟ ਚੱਕੀ ਆਉਂਦਾ, ਅਤੇ ਘਰਦਿਆਂ ਦੇ ਫਰੂਟ ਲਈ ਆਉਂਦੇ ਹਾਂ। ਕਹਿੰਦੇ ਕੋਈ ਗੱਲ ਨਹੀਂ, ਨਿਆਣਿਆਂ ਨੂੰ ਫਰੂਟ ਚੰਗਾ, ਅਤੇ ਜਿੱਦਣ ਘਾਟਾ ਪੈ ਜੇ ਉਦਣ ਕਹਿਣ, ਲੈ ਦੱਸ ਤੁਹਾਨੂੰ ਪਤਾ ਫਰੂਟ ਨੂੰ ਤਾਂ ਅੱਗ ਲੱਗੀ ਪਈ ਬਾਜ਼ਾਰ 'ਚ। ਉਹ ਕਹਿੰਦੇ ਹੱਦ ਹੋ ਗਈ, ਇਹਦਾ ਨਹੀਂ ਸਮਝ ਲੱਗੀ ਵੀ ਕੱਲ੍ਹ ਆਪੇ ਚੱਕੀ ਆਉਂਦਾ ਸੀ, ਅੱਜ ਅੱਗ ਲੱਗ ਗਈ। ਅੱਗ ਫਰੂਟ ਨੂੰ ਨਹੀਂ ਲੱਗੀ, ਕੱਲ੍ਹ ਥੋੜ੍ਹਾ ਜਿਹਾ ਕੰਡਾ ਤਾਂ ਨੂੰ ਚਲੇ ਗਿਆ, ਅਤੇ ਪੁੱਛੇ ਨਹੀਂ ਅੰਗੂਰ ਕਿੰਨੇ ਰੁਪਈਏ ਕਿਲੋ ਆ, ਸੇਬ ਕਿੰਨੇ ਰੁਪਈਏ ਕਿਲੋ ਆ। ਅੱਜ ਮਾੜਾ ਜਿਹਾ ਠਾਂ ਨੂੰ ਗਿਆ ਅਤੇ ਫਰੂਟ ਦੀ ਦੁਕਾਨ ਨੂੰ ਵੀ ਅੱਗ ਲੱਗ ਗਈ। ਫਰੂਟ ਤਾਂ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ। ਵੈਸੇ ਇਹ ਬੇਨਤੀ ਕਰਾਂ, ਜਿਹੜੇ ਪੀਣ ਵਾਲੇ ਉਹਨਾਂ ਨੂੰ ਫਰੂਟ ਮਹਿੰਗਾ ਨਹੀਂ ਲੱਗਦਾ, ਉਹਨਾਂ ਨੂੰ ਮਹਿੰਗਾ ਲੱਗਦਾ। ਹੁਣ ਇੱਕ ਪੀਣ ਵਾਲਾ ਬੰਦਾ 200 ਦੀ ਇਕੱਲੀ ਬੋਤਲ, 250, 300, 400 ਇਕੱਲਾ ਅੰਦਰ ਸੁੱਟ ਲੈਂਦਾ, ਅਤੇ ਸਮੈਗ ਪੀਣ ਵਾਲਾ ਤਾਂ ਮੇਰਾ 2,500-3,000 ਤੱਕ ਵੀ ਕੰਮ ਚੱਲ ਜਾਂਦਾ, ਅਤੇ ਬਾਜ਼ਾਰ 'ਚ ਚੀਜ਼ਾਂ ਖਰੀਦਣ ਲੱਗਿਆ। ਮਾਵਾਂ ਵਿਚਾਰੀਆਂ ਨਿੱਕੀ ਨਿੱਕੀ ਗੱਲ 'ਤੇ ਕਿਰਸ ਕਰੀ ਜਾਣਗੀਆਂ। ਉੱਧਰ ਅਗਲਾ ਆ ਪਿੱਛੇ ਜੇ ਨਾ ਮੂਦਕੀ ਲਾ ਕੇ ਨਸ਼ਾ ਛਡਾਊ ਕੇਂਦਰ ਵੀਰਾਂ ਨੇ ਖੋਲ੍ਹਿਆ, ਉੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ। ਉਹ ਕਹਿੰਦੇ ਇੱਥੇ ਇਹੋ ਜਿਹੇ ਬੱਚੇ ਸਾਡੇ ਕੋਲ ਆਏ ਆ ਜਿਹੜੇ ਇਹ ਦੱਸਦੇ ਜੀ, ਕੋਈ ਕਹਿੰਦਾ ਜੀ 19 ਲੱਖ ਖਾ ਗਿਆ ਘਰ ਦਾ, ਕੋਈ ਕਹਿੰਦਾ ਜੀ 25 ਲੱਖ ਖਾ ਗਿਆ, ਕੋਈ ਕਹਿੰਦਾ ਜੀ ਮੈਨੂੰ ਲੱਗਦਾ 50 ਲੱਖ ਮੈਂ ਘਰਦਿਆਂ ਦਾ ਬਰਬਾਦ ਕਰ ਦਿੱਤਾ। ਜਿਹੜਾ ਸਮਾਂ ਬੱਚਿਆਂ ਦਾ ਹੁੰਦਾ ਨਾ, ਮਾਂ ਬਾਪ ਦਾ ਆਸਰਾ ਬਣਦਾ, ਉੱਥੇ ਮਾਵਾਂ ਵਿਚਾਰੀਆਂ ਨਸ਼ਾ ਛਡਾਊ ਕੇਂਦਰਾਂ 'ਚ ਲਈ ਫਿਰਦੀਆਂ ਵੀ ਇਹ ਬਚ ਹੀ ਜਾਵੇ ਜੀ, ਕੰਮ ਭਾਵੇਂ ਨਾ ਕਰੇ ਬਚ ਹੀ ਜਾਵੇ, ਨਸ਼ਾ ਹੀ ਛੱਡ ਦੇਵੇ। ਕੌਣ ਲਾਉਂਦਾ ਸਾਨੂੰ ਨਸ਼ਾ ਭਲਾ? ਇਹਦਾ ਮਤਲਬ ਅਸੀਂ ਆਪ ਲੱਗਣਾ ਚਾਹੁੰਦੇ ਹਾਂ। ਅਸੀਂ ਨਸ਼ੇ, ਅਸਲ ਦੇ ਵਿੱਚ ਅਸੀਂ ਤੁਰਦੀਆਂ ਫਿਰਦੀਆਂ ਨਸ਼ੇ ਵੇਚਣ ਵਾਲਿਆਂ ਦੀਆਂ ਦੁਕਾਨਾਂ ਵਾਂ। ਅਸੀਂ ਲੋਕ, ਸਾਡੇ ਬੱਚੇ ਨਸ਼ਾ ਕਰਦੇ ਨੇ ਅਤੇ ਉਹਨਾਂ ਦੇ ਕਾਰੋਬਾਰ ਚੱਲਦੇ ਨੇ। ਇਹਨਾਂ ਆਪਣੇ ਆਪ 'ਚ ਇੰਨੇ ਸਿਆਣੇ ਹੋ ਜਾਓ। ਨਸ਼ਾ ਨਹੀਂ ਕਿਸੇ ਸਰਕਾਰ ਨੇ ਬੰਦ ਕਰਨਾ। ਜੇ ਤੁਸੀਂ ਕਹੋ ਜੀ ਸਰਕਾਰਾਂ ਬੰਦ ਕਰਨ, ਕਿਉਂ ਬੰਦ ਕਰਨਗੀਆਂ? ਇਲੈਕਸ਼ਨ ਵੇਲੇ ਵੱਡਾ ਫੰਡ ਤਾਂ ਅਗਲੇ ਨੂੰ ਉੱਥੋਂ ਮਿਲਦਾ। ਨਸ਼ਾ ਵੇਚਣ ਵਾਲੇ ਬੰਦੇ ਵੱਡਾ ਫੰਡ ਦਿੰਦੇ ਨੇ, ਉਹ ਕਿਉਂ ਤੁਹਾਡੀ ਗੱਲ ਮੰਨਣਗੇ? ਤੁਹਾਡੇ ਸਾਹਮਣੇ ਗੋਂਗਲੂਆਂ ਤੋਂ ਮਿੱਟੀ SHO ਨੇ ਝਾੜ ਦੇਣੀ ਹੈ, DSP ਨੇ ਝਾੜ ਦੇਣੀ, ਫੋਨ ਪਿੱਛੋਂ ਆ ਜਾਣਾ ਵੀ ਬੰਦਾ ਤਾਂ ਉੱਚੀ ਬੋਲੋ ਜੀ ਆਪਣਾ। ਅਤੇ
ਇਲੈਕਸ਼ਨ ਵੇਲੇ ਉੱਤੋਂ ਦੀ ਗਾਤਰੇ ਜਿਹੜੇ ਪਾ ਕੇ ਤੁਰੇ ਫਿਰਦੇ ਆ ਨਾ, ਉੱਤੋਂ ਦੀ ਸ੍ਰੀ ਸਾਹਿਬਾ ਪਾ ਕੇ, ਉਹਨਾਂ ਦੇ ਕੋਲੋਂ ਵੀ ਇਲੈਕਸ਼ਨ ਵੇਲੇ ਨਸ਼ਾ ਬਣਾ ਦਿੰਦੇ ਅਗਲੇ ਵੀ ਵੰਡ ਕੇ ਆ ਪਿੰਡ 'ਚ। ਉਹ ਕਹਿੰਦਾ ਜੀ ਮੈਂ ਤਾਂ ਸ੍ਰੀ ਸਾਹਿਬ ਪਾਉਣਾ, ਕਹਿੰਦਾ ਥੱਲਿਓਂ ਦੀ ਪਾ ਲਾ, ਕਹਿੰਦਾ ਜੀ ਪਤਾ ਲੱਗ ਜਾਣਾ, ਕਿਤੇ ਕਾਲੇ ਸੀਸਿਆਂ ਵਾਲੀ ਗੱਡੀ ਲੈ ਜਾ, ਕਾਰ ਸਾਡੀ ਲੈ ਜਾ, ਕਰਨਾ ਪੈਣਾ। ਅਗਲਿਆਂ ਕਾਣੇ ਕੀਤੇ ਹੋਏ ਨੇ, ਗਰਜਾਂ ਦੇ ਮਾਰੇ ਬੰਦਿਆਂ ਕੋਲੋਂ ਕੰਮ ਅਗਲੇ ਕਰਾ ਲੈਂਦੇ ਨੇ। ਤੋ ਫਿਰ ਗੱਲ ਨੂੰ ਸਮਝਣਾ, ਲੈ ਲਾਹਾ ਮਨ ਹੱਸ, ਜਦੋਂ ਜ਼ਿੰਦਗੀ ਚੰਗੇ ਗੁਣ ਹੋਣਗੇ ਨਾ ਬੰਦਾ ਹੱਸੇਗਾ। ਅੱਜ ਹਾਸਾ ਮੁੱਕ ਗਿਆ ਬੰਦੇ ਦੀ ਜ਼ਿੰਦਗੀ 'ਚੋਂ। ਵੈਸੇ ਹੱਸਣਾ ਬਹੁਤ ਚੰਗੀ ਚੀਜ਼ ਹੈ, ਹਾਸਾ ਨਾ ਜ਼ਿੰਦਗੀ ਦੀ ਬੜੀ ਵੱਡੀ ਦਾਤ ਹੈ, ਖੁਰਾਕ ਹੈ। ਹੱਸੋ, ਕਿਸੇ ਗਰੀਬ ਨੂੰ ਹਸਾ ਕੇ ਹੱਸੋ, ਕਿਸੇ ਡਿੱਗੇ ਨੂੰ ਉਠਾ ਕੇ ਹੱਸੋ। ਵੈਸੇ ਬੰਦਾ ਖੁੱਲ੍ਹ ਕੇ ਇੱਕ ਵਾਰ ਦਿਨ 'ਚ ਹੱਸ ਲਵੇ ਨਾ, ਤਾਂ ਬੰਦੇ ਦੀ ਜ਼ਿੰਦਗੀ ਸੌਖੀ ਹੋ ਜਾਂਦੀ ਹੈ, ਖੂਬਸੂਰਤ ਹੋ ਜਾਂਦੀ ਹੈ। ਪਰ ਅੱਜ ਹਾਸਾ ਪਰਿਵਾਰਾਂ 'ਚੋਂ ਗੁਆਚ ਗਿਆ, ਸੱਚ ਹੈ, ਹਾਸਾ ਗੁਆਚ ਗਿਆ ਅੱਜ ਪਰਿਵਾਰਾਂ 'ਚੋਂ। ਕਈ ਚਿਹਰੇ ਤੁਸੀਂ ਇੱਦਾਂ ਦੇ ਵੇਖੇ ਹੋਣੇ ਨੇ, ਉਹਨਾਂ ਦੇ ਚਿਹਰੇ ਵੱਲ ਵੇਖੋ, ਤੁਹਾਨੂੰ ਹੱਸਦੇ ਨਜ਼ਰ ਆਉਣਗੇ। ਅਤੇ ਕਈਆਂ ਬੰਦਿਆਂ ਬਾਰੇ ਪਿੰਡਾਂ 'ਚ ਕਹਾਵਤ ਪਈ ਹੁੰਦੀ ਵੀ ਜਿੱਦਣ ਇਹ ਹੱਸੇ ਉਦੋਂ ਮੀਂਹ ਪੈਂਦਾ, ਵੀ ਜਿੱਦਣ ਇਹ ਬੱਸੇ, ਕਹਿੰਦੇ ਅੱਜ ਫਲਾਣਾ ਬੰਦਾ ਹੱਸਣ ਡਿਆ, ਅੱਜ ਪੱਕੀ ਗੱਲ ਆ ਵੇਲੇ ਕਾਲੀ ਘਟਾ ਚੜ੍ਹਦੀ ਆਉਂਦੀ ਜੀ। ਮਤਲਬ ਇਹਦਾ ਮਤਲਬ ਬੰਦੇ ਨੇ ਹਾਸਾ ਕਦੀ ਵੇਖ ਕੇ ਨਹੀਂ, ਹੱਸੋ ਪਰਿਵਾਰ 'ਚ, ਹੱਸੋ ਨਿਆਣਿਆਂ ਨਾਲ, ਹੱਸੋ ਬੱਚਿਆਂ ਨਾਲ, ਹੱਸੋ ਬੱਚਿਆਂ ਦੀਆਂ ਕਲਕਾਰੀਆਂ ਨਾਲ, ਹੱਸੋ ਚੰਗੇ ਗੁਣ, ਚੰਗੇ ਕੰਮ ਕਰਕੇ ਹੱਸਣ ਦੀ ਆਦਤ ਪਾਓ। ਨਾਨਕ ਭਗਤਾਂ ਸਦਾ ਵਿਕਾਸ, ਅਤੇ ਵਿਕਾਸ ਪਤਾ ਕਾਹਦੇ ਨਾਲ ਆਉਣਾ, ਚੰਗੇ ਕੰਮਾਂ ਨਾਲ। ਨਾਨਕ ਸਤਿਗੁਰ ਭੇਟੇ ਹੈ ਪੂਰੀ ਹੋਵੇ ਜੁਗਤ, ਹੱਸਣਦਿਆਂ ਖਿਲਣਦਿਆਂ ਪਹਿਨਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ। ਤੈਨੂੰ ਪਰਿਵਾਰ ਛੱਡ ਕੇ ਜਾਣ ਦੀ ਲੋੜ ਨਹੀਂ ਵੀ ਤੇਰਾ ਹਾਸਾ ਇੱਥੇ ਗਵਾਚ ਲਾ, ਤੂੰ ਪਰਿਵਾਰ ਵਿੱਚ ਵੀ ਹੱਸ ਸਕਦਾ, ਬੱਚਿਆਂ ਨਾਲ ਹੱਸ, ਮਾਂ ਨਾਲ ਹੱਸ ਬਹਿ ਕੇ ਗੱਲਾਂ ਕਰ, ਇੱਦਾਂ ਸ਼ਾਮਾਂ ਨੂੰ ਦਾਦੇ ਦਾਦੀ ਨਾਲ ਬੈਠ ਕੇ ਦੋ ਗੱਲਾਂ ਕਰ, ਮਾਂ ਨਾਲ ਗੱਲਾਂ ਕਰ, ਮਾਂ ਨੂੰ ਪੁੱਛ ਕੀ ਹਾਲ ਹੈ ਮਾਂ ਤੇਰਾ, ਮਾਂ ਦਾ ਥਕੇਵਾਂ ਲੈ ਜਾਣਾ ਸਾਰਾ ਹੀ, ਮਾਂ ਨਾਲ ਦੋ ਗੱਲਾਂ ਕਰ ਲਾ, ਉਹਨੂੰ ਦਵਾਈ ਦੀ ਲੋੜ ਨਹੀਂ ਹੈਗੀ, ਉਹਨੂੰ ਨਾ 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 ਸਵਾਲ ਹੀ ਨਹੀਂ ਪੈਦਾ ਹੁੰਦਾ, ਉਹਨੂੰ ਦਵਾਈ ਦੀ ਲੋੜ ਥੋੜ੍ਹਾ। ਉਹ ਤਾਂ ਕਹਿੰਦੀ ਸਵੇਰ ਦਾ ਗਿਆ, ਉਹ ਆਣ ਕੇ ਇੱਦਾਂ ਪੁੱਛੇ ਮਾਂ ਕੀ ਹਾਲ ਹੈ, ਕਿੱਦਾਂ ਦਿਨ ਅੱਜ ਲੰਘਿਆ, ਮਾਂ ਭਰੀ ਪਈ ਹੈ, ਉਹ ਪੀ ਓ ਪੀ ਵੇਖੀ ਜਾਂਦੀ, ਡਾਊਨ ਸੀਲਿੰਗ ਵੱਲ ਵੇਖੀ ਜਾਂਦੀ ਘਰ 'ਚ ਜਿਹੜੀ ਲਾ ਕੇ ਦਿੱਤੀ ਤੂੰ ਉਹਨੂੰ, ਉਹ ਪੱਖਿਆਂ ਵੱਲ ਵੇਖੀ ਜਾਂਦੀ, ਛੱਤ ਵੱਲ ਵੇਖੀ ਜਾਂਦੀ ਹੈ। ਸਾਇਲੈਂਟ ਅਟੈਕ ਹੋ ਰਹੇ ਨੇ ਅੱਜ, ਜਿੱਥੇ ਬੰਦਾ ਸੁੱਤਾ ਉੱਥੇ ਡੈਥ ਹੋ ਰਹੀ ਹੈ। ਵਜ੍ਹਾ, ਬੰਦਾ ਚੁੱਪ ਹੈ, ਖਾਮੋਸ਼ ਹੈ, ਗੱਲ ਕਰਨ ਵਾਲਾ ਦੂਜਾ ਕੋਈ ਹੈ ਨਹੀਂ, ਵਿਚਾਰ ਕਰਨ ਵਾਲਾ ਕੋਈ ਨਹੀਂ ਹੈਗਾ। ਹੱਸੋ, ਖੇਡੋ, ਗੱਲਬਾਤ ਕਰੋ ਇੱਕ ਦੂਜੇ ਨਾਲ, ਪਤੀ ਪਤਨੀ, ਮਾਫ ਕਰਨਾ, ਸੱਚ ਹੈ। ਆਹ ਤੀਜੀ ਬਿਮਾਰੀ ਆਹ ਬਣ ਗਈ ਇੱਕ ਹੋਰ, ਵੀ ਬੰਦਾ ਗੱਲ ਕਰਨ ਦੀ ਬਜਾਏ ਇਹਦੇ ਵਿੱਚ ਬੈਠਾ ਹੁੰਦਾ, ਉਹ ਪੰਜ ਬੰਦੇ ਇੱਕ ਥਾਂ 'ਤੇ ਬੈਠੇ ਹੁੰਦੇ, ਇੰਝ ਲੱਗਦਾ ਜਿਵੇਂ ਕਮਰੇ 'ਚ ਹੈ ਹੀ ਕੋਈ ਨਹੀਂ। ਕਿੱਥੇ ਹੈ ਜੀ ਬੰਦੇ? ਬਾਕੀ ਮੋਬਾਈਲ 'ਤੇ ਲੱਗੇ ਹੋਏ ਨੇ। ਤੋ ਜੇ ਸੱਚ ਹੈ, ਤੁਸੀਂ ਕਿਸੇ ਪਰਿਵਾਰ 'ਚ ਗੱਲਾਂ ਵੇਖਣੀਆਂ ਹੋਣ ਨਾ, ਉੱਥੇ ਉਸ ਇਲਾਕੇ ਦਾ ਤੁਸੀਂ ਇੰਟਰਨੈੱਟ ਡਾਲ ਦਿਓ, ਸਾਰਾ ਪਰਿਵਾਰ ਵਧੀਆ ਗੱਲਾਂ ਕਰਨ ਲੱਗ ਪਊ, ਸੋਹਣੀਆਂ ਗੱਲਾਂ, ਸੋਹਣੀਆਂ ਵਿਚਾਰਾਂ ਕਰਨ ਲੱਗ ਪਊ। ਸੱਚ ਹੈ, ਅਸੀਂ ਸੱਚ ਦੀ ਵਿਚਾਰ ਤੋਂ ਕੋਹਾਂ ਦੂਰ ਚਲੇ ਗਏ। ਚੀਜ਼ਾਂ ਮਾੜੀਆਂ ਨਹੀਂ ਸੀ, ਸਾਡੇ 'ਚ ਪਿਆਰ ਮੁਹੱਬਤ ਮੋਗੀ, ਗੱਲਾਂ ਕਰਨੀਆਂ ਮੋਗੀਆਂ, ਵਿਚਾਰ ਮੋਗੀ। ਬੈਠ ਕੇ ਕੋਈ ਬਾਣੀ ਦੀ ਗੱਲ ਕਰ ਲਓ, ਕੋਈ ਚੰਗੇ ਪੱਖ ਦੀ ਗੱਲ ਕਰ ਲਓ, ਇੱਕ ਦਾ ਹਾਲ ਚਾਲ ਪੁੱਛ ਲਓ, ਦੁੱਖ ਦਰਦ ਵਡਾਉਣ ਦੀ ਗੱਲ ਕਰ ਲਓ, ਅਗਲਿਆਂ ਦਾ ਥਕੇਵਾਂ ਲੈ ਜਾਂਦਾ ਭਾਈ। ਕਹਿੰਦਾ ਕੋਈ ਗੱਲ ਕਰਨ ਵਾਲਾ ਤਾਂ ਹੈ। ਅਮੀਰੀ ਕਿਹਨੂੰ ਕਹਿੰਦੇ? ਪੈਸਾ ਵੱਧ ਹੋਣ ਨੂੰ, ਵੱਡੇ ਘਰ ਨੂੰ ਨਹੀਂ। ਇੱਕ ਸਮਾਂ ਐਸਾ ਹੁੰਦਾ ਜਿੱਥੇ ਕੁਝ ਨਹੀਂ ਚਾਹੀਦਾ, ਕੋਈ ਗੱਲ ਕਰਨ ਵਾਲਾ ਚਾਹੀਦਾ, ਕੋਈ ਦੁੱਖ ਪੁੱਛਣ ਵਾਲਾ ਚਾਹੀਦਾ। ਕਈ ਵਾਰੀ ਇੱਦਾਂ ਨਹੀਂ ਹੁੰਦਾ, ਤੁਸੀਂ ਬਿਮਾਰ ਹੋ ਅਤੇ ਤੁਹਾਨੂੰ ਇੰਨਾ ਹੀ ਹੁੰਦਾ ਕੋਈ ਪੁੱਛ ਹੀ ਲਵੇ ਮੈਨੂੰ ਵੀ ਕੀ ਹਾਲ ਹੈ ਅਤੇ ਮੈਂ ਠੀਕ ਹੋ ਜਾਣਾ। ਕਈ ਵਾਰੀ ਤਰਸਦੇ ਨੇ ਕੋਈ ਵੀ ਘਰ 'ਚ ਕੋਈ ਪੁੱਛਣ ਵਾਲਾ ਹੀ ਹੋਵੇ ਮੈਨੂੰ, ਮੈਂ ਦੱਸਦਾ, ਮੇਰੀ ਕੋਈ ਸੁਣਦਾ ਨਹੀਂ, ਮੈਨੂੰ ਕੋਈ ਪੁੱਛੇ। ਇਹ ਚੀਜ਼ ਸਾਡੇ ਸਮਾਜ 'ਚੋਂ ਗਵਾਚ ਗਈ। ਵਣ ਜਾ ਰਿਹਾ ਸਿਉਂ ਵਣਜ ਕਰ, ਲੈ ਲਾਹਾ ਮਨ
ਹੱਸ, ਅੱਜ ਮਨ ਦਾ ਖੇੜਾ ਗਵਾਚ ਗਿਆ। ਝੂਠਾ ਹੱਸ ਹੱਸਦੇ ਪਿੱਛੇ ਜੇ ਰਾਮਦੇਵ ਨੇ ਚੰਗੇ ਆਰੇ ਲਾਇਆ ਸੀ ਲੋਕਾਂ ਨੂੰ, ਉੱਥੇ ਲੁਧਿਆਣੇ ਵੇਖੀ ਦਾ ਸੀ ਸਵੇਰੇ ਸਵੇਰੇ ਨਾ ਪਾਰਕਾਂ 'ਚ ਬਹਿ ਬਹਿ ਕੇ ਕੱਪੜਾ ਵਿਛਾ ਕੇ ਲੋਕ ਫੁੱਲਾਂ ਵੱਲ ਵੇਖ ਵੇਖ ਕੇ ਤਾੜੀਆਂ ਮਾਰਦੇ, ਹਾ ਹਾ ਹਾ, ਤੁਸੀਂ ਵੇਖਿਆ ਹੋਣਾ ਕਹੀਏ, ਇਹ ਵੀ ਐਕਸਰਸਾਈਜ਼ ਕਰਦੇ ਸੀ ਵੀ ਅਗਲਿਆਂ ਨੂੰ ਪਤਾ ਵੀ ਘਰ 'ਚ ਹੱਸਿਆ ਜਾਣਾ ਨਹੀਂ। ਚਲੋ ਫੁੱਲਾਂ ਨੂੰ ਜਾ ਕੇ ਕਹੋ ਤੂੰ ਹੀ ਮੇਰੀ ਨੂੰਹ ਹੈ, ਤੂੰ ਹੀ ਮੇਰਾ ਪੁੱਤ ਹੈ, ਤੂੰ ਹੀ ਮੇਰਾ ਪੋਤਰ ਹੈ, ਤੂੰ ਹੀ ਮੇਰੇ ਨਿਆਣੇ ਹੈ, ਫੁੱਲਾਂ ਨੂੰ ਕਹਿ ਲਓ। ਚਲੋ ਫੁੱਲਾਂ ਨੂੰ ਕਹਿ ਕਹਿ ਕੇ ਆਪਣਾ ਇੰਟਰਟੇਨਮੈਂਟ ਕਰੀ ਜਾਂਦੇ ਸੀ, ਪਰਿਵਾਰਾਂ ਵਿੱਚੋਂ ਖੇੜਾ ਸਾਡੇ ਗਵਾਚ ਗਿਆ। ਵਜ੍ਹਾ ਪਤਾ ਕੀ ਹੈ? ਰੁੱਖੇ ਹੋ ਗਏ, ਬੰਜਰ ਜ਼ਮੀਨ ਹੋ ਗਈ, ਅੰਦਰ ਅੰਦਰ ਰੁੱਖਾਪਨ ਆ ਗਿਆ, ਗੁਣ ਜੀਵਨ ਦੇ ਵਿੱਚੋਂ ਨਿਕਲ ਗਏ। ਪਾਤਸ਼ਾਹ ਦੀ ਬਾਣੀ ਕਹਿੰਦੀ ਵਣ ਜਾ ਰਿਹਾ ਸੋ ਵਣਜ ਕਰ, ਲੈ ਲਾਹਾ ਮਨ ਹੱਸ। ਤੀਜਾ ਬੰਦ, ਦੂਜਾ ਆ ਗਿਆ ਸੀ ਦੁਕਾਨ ਦਾ, ਤੀਜਾ ਆ ਗਿਆ ਵਪਾਰੀ ਦਾ। ਸੁਣ ਸਾਸਤ ਸੌਦਾਗਰੀ, ਸੱਚ ਦੀ ਵਿਚਾਰ ਸੁਣ, ਇਹ ਤੇਰੇ ਵਾਸਤੇ ਸੌਦਾਗਰੀ ਹੋਵੇ। ਜਿਹੜੀ ਸੌਦਾਗਰੀ ਲੋਕ ਸੌਦਾ ਲੈ ਕੇ ਜਾਂਦੇ ਆ, ਅਤੇ ਲੱਦਣੇ ਕਾਹਤੇ ਆ, ਸੱਤ ਘੋੜੇ ਲੈ ਚੱਲ। ਸੱਤ ਕਹਿੰਦੇ ਕਰੈਕਟਰ ਨੂੰ, ਕਿਰਦਾਰ ਨੂੰ ਘੋੜੇ ਬਣਾ ਲਾ ਜਿਹਦੇ 'ਤੇ ਰਸ਼ ਇਹ ਸਮਾਨ ਲੱਦਣਾ। ਤੂੰ ਅੱਜ ਹੈਗਾ ਕਿਰਦਾਰ, ਰਿਹਾ ਏ ਮੁੱਕ ਗਿਆ। ਸਾਨੂੰ ਕੋਈ ਸਾਦਾ ਜੀ ਸਾਡੇ ਘਰ ਲੜਾਈ ਪਈ ਆ, ਉੱਦਾਂ ਭਾਵੇਂ ਹੋ ਸਕਦਾ ਲੜਾਈ ਮੁੱਕੀ ਜਾਂਦੀ, ਅਗਲਾ ਜਾ ਕੇ ਨਾਲੇ ਛੇੜੀ ਜਾਂਦਾ, ਨਾਲੇ ਉੱਚੀ ਬੋਲੋ ਜੀ, ਦੋ ਬੰਦੇ ਲੜਦੇ ਹੋਣ ਨਾ, ਤੀਜਾ ਲਾਗੇ ਨਾ ਹੋਵੇ, ਉਹਨਾਂ ਨੇ ਕੁਝ ਨਹੀਂ ਇੱਕ ਦੂਜੇ ਨੂੰ ਕਹਿਣਾ। ਜਦੋਂ ਤੀਜਾ ਆਉਂਦਾ ਨਾ, ਹੱਲਾ ਸ਼ੇਰੀ ਦਵਾ ਕੇ ਡਾਂਗੋ ਡਾਂਗੀ ਕਰਾ ਕੇ ਹੱਟਦਾ, ਉਹ ਵੇਖੀ ਜੇ ਮਾਰਨਾ ਦੇ, ਉਹ ਇਹਨੇ ਤੇਰ ਨੂੰ ਬੰਦਾ ਥੱਲੇ ਸੁੱਟਿਆ ਹੁੰਦਾ ਉਹਨੇ। ਇੱਦਾਂ ਹੀ ਮਾਫ਼ ਕਰਨਾ, ਗੁੱਸਾ ਨਾ ਮਨਾਇਓ। ਪੁਰਾਣੇ ਸਮੇਂ 'ਚ ਪੰਚਾਇਤ ਨੂੰ ਕੋਈ ਸੱਦਾ ਦਿੰਦਾ ਸੀ, ਸਾਡੇ ਘਰ ਆਓ ਜੀ, ਸਾਡੇ ਘਰ ਲੜਾਈ ਪਈ ਨਿਆਣਿਆਂ ਦੀ, ਅਤੇ ਮਾਫ਼ ਕਰਨਾ ਉਹ ਅਗਲੇ ਲੜਾਈ ਮੁਕਾ ਕੇ ਆਉਂਦੇ ਸੀ। ਅੱਜ ਕੋਈ ਫੁੱਫੜ ਨੂੰ ਫੋਨ ਕਰਦਾ, ਮਾਸੜ ਨੂੰ ਫੋਨ ਕਰਦਾ, ਸਾਡੇ ਨਿਆਣੇ ਬੜੇ ਤੰਗ ਕਰਦੇ ਆ, ਅਤੇ ਗੁੱਸਾ ਨਾ ਮਨਾਇਓ। ਸਾਰੇ ਫੁੱਫੜ ਮਾਸੜੇ ਕੁਝ ਨਹੀਂ ਹੁੰਦੇ, ਉਹ ਪਿੱਛੋਂ ਐਂ ਤਾਰਾਂ ਕੱਸ ਕੇ ਆਉਂਦੇ ਵੀ ਅੱਜ ਨਾ ਇੱਕ ਬੰਨੇ ਕਰ, ਇਹਨਾਂ ਨੂੰ ਵੀ ਆਪਣੇ ਵਰਗੇ ਕਰਕੇ ਆਉਣਾ। ਉਹ ਵੱਡੇ ਨੂੰ ਪਾਸ ਲੈਣ, ਤੈਨੂੰ ਕਿਹੜੇ ਇਲਾਕੇ, ਕਿਹੜੇ ਏਰੀਏ ਦੀ ਚਾਹੀਦੀ ਹੈ, ਤੈਨੂੰ ਟਰੈਕਟਰ ਚਾਹੀਦਾ ਕਿ ਟਰਾਲੀ ਚਾਹੀਦੀ, ਨਿੱਕੇ ਨੂੰ ਪੁੱਛ ਤੈਨੂੰ ਕੀ ਚਾਹੀਦਾ, ਅਤੇ ਨਾ ਪਰਾਂ ਜਾ ਕੇ ਭਾਪਾ ਜੀ ਨੂੰ ਕਹਿਣਾ। ਬੜਾ ਜ਼ੋਰ ਲਾਇਆ ਇਹ ਮੰਨਦੇ ਨਹੀਂ, ਬੋਲੋ ਬੜਾ ਜ਼ੋਰ ਲਾਇਆ ਇਹ, ਜ਼ੋਰ ਇਹ ਲਾਇਆ ਵੀ ਤਗੜੇ ਹੋ ਕੇ ਅੱਡ ਹੋ ਜਾਓ, ਤੁਹਾਡਾ ਡੈਡੀ ਮੈਨੂੰ ਬੜੇ ਮਿਹਣੇ ਮਾਰਦਾ ਸੀ, ਇਹਨੂੰ ਵੀ ਹੁਣ ਅੱਜ ਮੈਂ ਆਪਣੇ ਵਰਗਾ ਕਰ ਲਿਆ ਜੀ। ਉਹਨਾਂ ਫੋਨ ਕਰਕੇ ਸੱਦਿਆ ਵੀ ਫੁੱਫੜ ਆਵੇ ਅਤੇ ਮਾਸੜ ਆਵੇ, ਜੇ ਘਰੇ ਨਿਬੇੜਦੇ ਸ਼ਾਇਦ ਗੱਲ ਬਣ ਜਾਂਦੀ। ਸੱਦ ਲਿਆ, ਉਹ ਵਿੱਚੋਂ ਸਵਾਦ ਲੈ ਰਿਹਾ। ਟਾਵੇਂ ਰਿਸ਼ਤੇਦਾਰ ਨੇ ਜਿਹੜੇ ਤੁਹਾਨੂੰ ਇੱਕ ਕਰਨਾ ਚਾਹੁੰਦੇ ਨੇ, ਬਹੁਤੇ ਤਾਂ ਵਿੱਚੋਂ, ਉੱਚੀ ਬੋਲੋ। ਅਸੀਂ ਕਈ ਵਾਰੀ ਨਾ ਹਮਦਰਦੀ ਜੀ ਲੈਣ ਕਰਕੇ ਮੂੰਹ ਜਿਹਾ ਲਮਕਾ ਕੇ ਅਗਲੇ ਨਾਲ ਗੱਲ ਕਰਦੇ, ਬੜਾ ਮਾੜਾ ਆ ਉਹ ਤੋਂ ਉੱਤੋਂ ਤਾਂ ਅਫਸੋਸ ਕਰਦਾ ਅੰਦਰੋਂ, ਕਹਿੰਦਾ ਅਜੇ ਤੇਰੇ ਨਾਲ ਘੱਟ ਹੋਇਆ, ਤੈਨੂੰ ਚੰਗੀ ਤਰ੍ਹਾਂ ਡਾਂਗ ਫਿਰਨੀ ਚਾਹੀਦੀ ਸੀ। ਜਦੋਂ ਬੰਦਾ ਕਹਿੰਦਾ ਮੈਨੂੰ ਵੱਡੇ ਨੇ ਰਾਤ ਮਾਰਿਆ, ਉੱਤੋਂ ਕਹਿੰਦਾ ਬੜਾ ਬੜੇ ਮਾੜਾ, ਮੈਂ ਸਮਝਾਉਂਦਾ ਉਹਨੂੰ ਅੰਦਰੋਂ, ਕਹਿੰਦਾ ਅਜੇ ਤੇਰੇ ਘੱਟ ਮਾਰੀਆਂ, ਮੈਂ ਤਾਂ ਨਾ ਤੇਰੀ ਰੀੜ੍ਹ ਦੀ ਹੱਡੀ ਤੋੜਦਾ ਇੱਕ ਵਾਰੀ, ਵੀ ਜਿੰਨੀ ਤੂੰ ਅੱਤ ਚੱਕੀ ਸੀ। ਮਾਫ਼ ਕਰਨਾ ਸੀ ਜਿਹਦੇ ਕੋਲ, ਮੈਂ ਨਹੀਂ ਕਰ ਰਿਹਾ, ਸਤਿਗੁਰ ਦੀ ਬਾਣੀ ਕਹਿੰਦੀ ਹੈ ਜਿਸ ਮਨੁੱਖ ਪੈ ਕਰੋ ਬੇਨੰਤੀ ਸੋ ਆਪਣੇ ਦੁੱਖ ਭਰੇ ਆ। ਕਿਹਦੇ ਕੋਲ ਜਾ ਕੇ ਤੁਸੀਂ ਦੁੱਖ ਰੋਂਦੇ ਪਏ ਜੇ? ਅਗਲੇ ਤਾਂ ਲੋਕ ਤੁਹਾਡਾ ਸਵਾਦ ਲੈਂਦੇ ਪਏ ਨੇ ਵੀ ਚੰਗਾ ਹੋਇਆ ਇਹਦੇ ਨਾਲ ਇੰਜ ਵਾਪਰਿਆ। ਤਾਂ ਫਿਰ ਗੱਲ ਨੂੰ ਸਮਝੋ, ਸੁਣ ਸਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ। ਅੱਗੇ ਕਹਿੰਦੇ ਨੇ ਇੱਥੇ ਵਸ ਨੇ, ਕਿਤੇ ਖਰਚ ਬੰਨ ਚੰਗੇ ਆਈਆਂ। ਹੁਣ ਜਦੋਂ ਘੋੜਿਆਂ 'ਤੇ ਮਾਲ ਲੱਦ ਲਿਆ, ਪੱਲੇ ਪੈਸੇ ਵੀ ਤਾਂ ਚਾਹੀਦੇ ਆ ਨਾ, ਅਤੇ ਪੈਸੇ ਕਿਹੜੇ ਬੰਨਣੇ ਆ? ਖਰਚ ਬੰਨ ਚੰਗੇ ਆਈਆਂ, ਚੰਗੇ ਆਈਆਂ ਆਪਣੇ ਪੱਲੇ ਬੰਨ। ਜਦੋਂ ਆਪਾਂ ਸ਼ਹਿਰ ਜਾਣਾ ਹੋਵੇ, 5-7 ਦਿਨ ਲਈ ਕਿਤੇ ਸਫ਼ਰ 'ਤੇ ਜਾਣਾ ਹੋਵੇ, ਉਨੇ ਕੱਪੜੇ, ਉਨੇ ਕੁ ਪੈਸੇ ਨਾਲ ਲੈ ਕੇ ਜਾਈਦੇ ਆ। ਉਹ ਵਪਾਰੀ ਬੰਦੇ ਆ, ਤੂੰ ਵਪਾਰ 'ਤੇ ਚੱਲੇ ਆ, ਸੱਤ ਦੇ ਘੋੜੇ ਬਣਾ ਲਿਆ, ਉੱਤੇ ਸੱਚ ਨਾਮ ਦੀ ਸੁਦਾਗਰੀ ਦਾ ਵਸਤੂ ਲੱਦ ਲਈ ਆ, ਅਤੇ ਫਿਰ ਹੁਣ ਪੱਲੇ ਕੀ ਬਣਨਾ? ਖਰਚ ਬੰਨ ਚੰਗੇ ਆਈਆਂ, ਚੰਗੇ ਗੁਣਾਂ ਦਾ ਖਰਚਾ ਪੱਲੇ ਬੰਨ ਲਾ। ਅੱਜ ਚੰਗੇ ਗੁਣ ਬੰਦੇ ਕੋਲ ਨਹੀਂ ਹੈਗੇ। ਮੱਝ ਵਿੱਚ, ਮੱਝ ਦੁੱਧ ਦਿੰਦੀ ਹੋਵੇ ਤਾਂ ਦੁੱਧ ਦੇਣ ਵਾਲੀ ਲੱਭ ਕੇ ਲਿਆਈ ਦੀ ਆ, ਜੇ ਕਿਤੇ 10 ਮਿੰਟ ਲੇਟ ਹੋ ਜਾਏ ਕਿਤੇ।
ਅਤੇ ਗਾਂ ਮੱਝ ਦੁੱਧ ਨਾ ਦਿੰਦੀ ਹੋਵੇ ਤਾਂ ਕਈ ਵਾਰੀ ਉਹਨੂੰ ਘਰੋਂ ਆਪ ਹੀ ਕੱਢ ਦੇਈਦਾ। ਜਿਹੜੀਆਂ ਗਾਵਾਂ ਤੁਰੀਆਂ ਫਿਰਦੀਆਂ ਕਿਤੇ ਦੁੱਧ ਦੇਣ ਵਾਲੀਆਂ, ਥੋੜ੍ਹਾ ਉੱਦਾਂ ਹੀ ਵਾਰਾ ਮੱਝਾਂ 'ਚ ਜਾ ਕੇ ਬੱਸਾਂ ਵਿੱਚ ਵੱਜਦੀਆਂ ਫਿਰਦੀਆਂ, ਕਿਉਂ? ਉਹਨਾਂ ਵਿੱਚ ਦੁੱਧ ਦੇਣ ਵਾਲੀ ਕੁਆਲਿਟੀ ਹੈ ਨਹੀਂ, ਉਹ ਜਿਹੜੇ ਕਰਕੇ ਉਹਨਾਂ ਦੀ ਸੇਵਾ ਹੋਣੀ ਸੀ, ਇੱਦਾਂ ਹੀ ਬੰਦੇ ਨਾਲ ਗੱਲ ਵਾਪਰ ਰਹੀ ਆ। ਗੁਰੂ ਪਾਤਸ਼ਾਹ ਦੀ ਬਾਣੀ, ਹੁਣ ਜਿਹੜੇ ਬੱਚੇ ਰਾਤ ਨੂੰ ਲੋਕਾਂ ਦੇ ਤੁਰੇ ਫਿਰਦੇ ਆ, ਕਦੀ ਕਿਸੇ ਟਰਾਂਸਫਾਰਮ ਤੋਂ ਤਾਰ ਲਾ ਰਹੇ ਆ, ਤੁਸੀਂ ਕੀ ਸਮਝਦੇ ਹੋ ਉਹਨਾਂ ਦੇ ਘਰ ਦੇ ਰਾਤ ਨੂੰ ਜਾਗਣ ਡਏ ਆ? ਉਹ ਸੁੱਤੇ, ਕਹਿੰਦੇ ਇਹਦਾ ਰੋਜ਼ ਦਾ ਹੀ ਕੰਮ ਹੈ, ਰੋਜ਼ ਦਾ ਕੰਮ ਹੈ। ਅਤੇ ਕਮਾਊ ਪੁੱਤ ਕਿਤੇ ਲੁਧਿਆਣੇ ਗਿਆ ਹੋਵੇ, 10 ਮਿੰਟ ਲੇਟ ਹੋ ਜਾਏ, ਮਾਂ ਰੋਟੀ ਨਹੀਂ ਖਾਂਦੀ ਕਿ ਮੇਰਾ ਪੁੱਤ ਘਰ ਨਹੀਂ ਆਇਆ। ਅਤੇ ਜਿਹੜਾ ਰੋਜ਼ ਹੀ ਰਾਤ ਨੂੰ ਤੁਰਿਆ ਫਿਰਦਾ, ਭਲਾ ਮਾਂ ਨੇ ਰੋਟੀ ਛੱਡ ਦਿੱਤੀ? ਬੋਲ ਕੇ ਦੱਸਿਓ ਜੀ। ਉਹ ਕਹਿੰਦੀ ਇਹਦਾ ਤਾਂ ਰੋਜ਼ ਦਾ ਕੰਮ ਹੈ। ਬੰਦਿਆ, ਗੁਣ ਆਪਣੇ ਅੰਦਰ ਪੈਦਾ ਕਰ, ਤੇਰੀ ਅਗਲਿਆਂ ਨੂੰ ਘਾਟ ਮਹਿਸੂਸ ਹੋਵੇ ਕਿ ਬੰਦਾ ਚੰਗਾ ਹੈ। ਅੱਜ ਗੁਣ ਨਹੀਂ, ਅੱਜ ਚੰਗਿਆਈ ਨਹੀਂ, ਖਰਚ ਬੰਨ ਚੰਗਿਆਈਆਂ। ਕਹਿੰਦੇ ਮਤ ਮਨ ਜਾਣੇ ਕੱਲ੍ਹ। ਅੱਛਾ, ਚੰਗਿਆਈਆਂ ਬੰਨਣ ਨੂੰ ਬੰਦਾ ਬਹਾਨੇ ਲੱਭਦਾ, ਕੱਲ੍ਹ ਕਰ ਲਾਂਗੇ, ਸਹਿਜ ਪਾਠ ਕਰ ਲਓ, ਕੱਲ੍ਹ ਕਰ ਲਾਂਗੇ, ਪਰਸੋਂ ਕਰ ਲਾਂਗੇ, ਕੋਈ ਗੱਲ ਨਹੀਂ, ਭੱਜੇ ਚੱਲੇ ਹਾਂ ਕਿਤੇ। ਕਈਆਂ ਦੀ ਜ਼ਿੰਦਗੀ ਲੰਘੀ। ਅਸੀਂ ਗੁਰਮਤਿ ਦੇ ਸਵਾਲ ਜਵਾਬ ਵੀ ਕਰਦੇ ਨਾ, ਕਈ ਬੰਦੇ ਇੱਦਾਂ ਦੇ ਮਿਲਣਗੇ, ਸਵਾਲ ਕਰਨਗੇ, ਲਾਗੋ ਦੂਜਾ ਬੋਲੂ, ਕਹਿੰਦਾ ਇਹ ਸਵਾਲ ਤਾਂ ਤੂੰ ਪਿਛਲੇ ਸਾਲ ਵੀ ਪੁੱਛਿਆ ਸੀ। ਕੀ ਭਲਾ ਭਾਈ, ਸਹਿਜ ਪਾਠ ਕਿੱਦਾਂ ਆਰੰਭ ਕਰਨਾ ਚਾਹੀਦਾ? ਲਾਗੋਂ ਦੂਜਾ ਬੋਲਦਾ, ਕਹਿੰਦਾ ਇਹ ਸਵਾਲ ਤਾਂ ਤੂੰ ਪਿਛਲੇ ਸਾਲ ਵੀ ਪੁੱਛਿਆ ਸੀ, ਅਜੇ ਆਰੰਭ ਨਹੀਂ ਕੀਤਾ। ਕਹਿੰਦਾ ਨਹੀਂ, ਮੈਨੂੰ ਪਤਾ ਨਹੀਂ ਸੀ ਲੱਗਾ। ਮੈਂ ਕਿਹਾ ਚੰਗੀ ਤਰ੍ਹਾਂ ਪੁੱਛ ਰਿਹਾ, 365 ਦਿਨ ਲੰਘ ਹੈ, ਅਜੇ ਫੇਰ ਪੁੱਛ ਰਿਹਾ ਵੀ ਸਹਿਜ ਪਾਠ ਕਿੱਦਾਂ ਆਰੰਭ ਕਰਨਾ। ਪਹਿਲਾਂ ਠੱਗੀ ਮਾਰਨੀ ਹੋਵੇ, ਬਿਜਲੀ ਦੀ ਕੁੰਡੀ ਲਾਉਣੀ ਹੋਵੇ, ਇਹਦੇ ਵਾਸਤੇ ਵੀ 365 ਦਿਨ ਲੰਘਣਗੇ, ਬੋਲ ਕੇ ਦੱਸਿਓ ਜੀ। ਉਹ ਤਾਂ ਬੰਦਾ ਦੱਸੇ, ਮੀਟਰ ਖਿਲਾਰਨਾ ਹੋਵੇ, ਕਿਸੇ ਨੂੰ ਪੁੱਛ ਕੇ ਦੱਸਾਂਗੇ, ਉਹ ਤਾਂ ਮਿੰਟੋ ਮਿੰਟੀ ਇੱਦਾਂ ਦਾ ਫਾਹ ਵੜ ਦੇਣਾ। ਬੇਈਮਾਨੀ ਕਰਨੀ ਹੋਵੇ, ਠੱਗੀ ਮਾਰਨੀ ਹੋਵੇ, ਬੁਰਿਆਂ ਕੰਮਾਂ ਵਾਸਤੇ ਬੰਦੇ ਦੇ ਦਿਮਾਗ 'ਚ ਖਿਆਲ ਮਗਰੋਂ ਆਉਂਦਾ ਅਤੇ ਕਰ ਪਹਿਲਾਂ ਦਿੰਦਾ, ਅਤੇ ਚੰਗਿਆਂ ਕੰਮਾਂ ਵਾਸਤੇ ਬਹਾਨੇ ਲੱਭਦਾ। ਖਰਚ ਬੰਨ ਚੰਗਿਆਈਆਂ, ਮਤ ਮਨ ਜਾਣੇ ਕੱਲ੍ਹ, ਨਿਰੰਕਾਰ ਕੇ ਦੇਸ਼ ਜਾਹੇ। ਨਿਰੰਕਾਰ ਦਾ ਦੇਸ਼ ਕਿਹੜਾ? ਜਿੱਥੇ ਕੋਈ ਵਿਸ਼ਾ ਵਿਕਾਰ ਨਹੀਂ, ਨਿਰੰਕਾਰ ਸਾਡੇ ਅੰਦਰ ਹੀ ਬੈਠਾ, ਤਾਂ ਸੁੱਖ ਲਹਿ ਮਹੱਲ। ਫਿਰ ਤੂੰ ਉਹ ਥਾਨ ਲੱਭ ਲਵੇਂਗਾ ਜਿੱਥੇ ਤੇਰੇ ਅੰਦਰ ਸ਼ਾਂਤੀ ਅਤੇ ਟਿਕਾਈ ਹੋਏਗਾ। ਕੋਈ ਅਵਸਥਾ ਇੱਦਾਂ ਦੀ ਬਣ ਜਾਏਗੀ ਜਿੱਥੇ ਕੋਈ ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ, ਬੌਰ ਨਾ ਹੋਏ ਗੋ। ਸਾਧ ਸੰਗਤ ਜੀ, ਆਪਾਂ ਸਾਰੇ ਜਾਣੇ ਆਪੋ ਆਪਣੇ ਘਰਾਂ ਤੋਂ ਆਏ ਹਾਂ। ਸਾਨੂੰ ਕੋਈ ਇਹ ਪੁੱਛੇ ਵੀ ਤੁਹਾਡਾ ਘਰ ਕਿਹੜਾ? ਆਪਾਂ ਦੱਸਾਂਗੇ ਜੀ ਫਲਾਣਾ ਪਿੰਡ ਹੈ, ਫਲਾਣੇ ਪਿੰਡ 'ਚ ਫਲਾਣੀ ਗਲੀ 'ਚ ਸਾਡਾ ਫਲਾਣਾ ਘਰ ਹੈ। ਇਹ ਕਿਹਦਾ ਘਰ ਹੈ? ਸਰੀਰ ਦਾ। ਅਤੇ ਜੇ ਸਾਨੂੰ ਕੋਈ ਸਾਡੇ ਮਨ ਦਾ ਘਰ ਪੁੱਛੇ ਵੀ ਤੁਹਾਡੇ ਮਨ ਦਾ ਘਰ ਕਿੱਥੇ ਹੈ, ਤਾਂ ਸੱਚ ਇਹ ਹੈ ਮਨ ਦਾ ਘਰ ਅਜੇ ਤੱਕ ਅਸੀਂ ਬਣਾ ਹੀ ਨਹੀਂ ਪਾਏ। ਸਰੀਰ ਕਈ ਵਾਰੀ ਰਾਤ ਨੂੰ ਘਰ ਚਲਾ ਜਾਂਦਾ ਅਤੇ ਮਨ ਨਾਲ, ਉੱਚੀ ਬੋਲੋ ਜੀ, ਜਾਂਦਾ ਹੀ ਨਹੀਂ, ਮਨ ਤਾਂ ਬਾਹਰ ਤੁਰਿਆ ਫਿਰਦਾ। ਸਤਿਗੁਰ ਦੀ ਬਾਣੀ ਕਹਿੰਦੀ ਬੰਦਿਆ, ਜੇ ਰਾਤ ਨੂੰ ਤਨ ਬੈੱਡ 'ਤੇ ਲੈ ਗਿਆ ਨਾ, ਮਨ ਵੀ ਨਾਲ ਹੀ ਉੱਥੇ ਲੈ ਕੇ ਜਾ। ਹੁਣ ਸੌਖੀ ਉਧਾਰ ਦੇਵਾਂ, ਇੱਕ ਬੰਦਾ ਜੂਆ ਖੇਡਦਾ, ਉਹਦੇ ਨਾਲ ਦੇ ਬੰਦੇ ਜੂਆ ਖੇਡਣ ਲੱਗੇ ਅੱਜ ਦਿਨੇ। ਉਹਦੀ ਪਤਨੀ ਕਹਿੰਦੀ ਵੀ ਅੱਜ ਮੇਰੇ ਪੇਕਿਆਂ ਵਾਲੇ ਬੰਨੇ ਵਿਆਹ, ਤੁਹਾਨੂੰ ਜ਼ਰੂਰ ਨਾਲ ਜਾਣਾ ਪੈਣਾ, ਮੈਂ ਨਹੀਂ ਹਰ ਵਾਰ ਇਕੱਲੇ ਜਾਣਾ, ਨਿਆਣੇ ਲੈ ਕੇ ਮੈਂ ਇਕੱਲੀ ਤੁਰੀ ਫਿਰਦੀ ਹਾਂ। ਕਹਿੰਦਾ ਚੱਲ ਚੱਲ ਚੱਲਦੇ ਹਾਂ। ਹੁਣ ਪਤਨੀ ਨਾਲ ਗੱਡੀ 'ਚ ਬਹਿ ਕੇ ਚਲੇ ਗਿਆ। ਉੱਥੇ ਵਿਆਹ ਦੇ ਵਿੱਚ ਜਿੱਥੇ ਆਨੰਦ ਕਾਰਜ ਹੋਇਆ, ਸ਼ਗਨ ਲੱਗਾ, ਉੱਥੇ ਉੱਥੇ ਪੈਸੇ ਦਿੱਤੇ ਜਾ ਕੇ ਪੈਲਸ ਵਿੱਚ, ਅਤੇ ਦੱਸਿਓ ਭਲਾ ਉਹਦੇ ਨਾਲ ਦੇ ਜੂਆ ਖੇਡ ਰਹੇ, ਉਹਦਾ ਧਿਆਨ ਕਿੱਥੇ? ਭਲਾ ਉੱਥੇ ਨਾਲੇ ਸ਼ਗਨ ਪਾਈ ਜਾਂਦਾ ਅਤੇ ਨਾਲੇ ਦਿਮਾਗ ਸੋਚੀ ਜਾਂਦਾ ਇੱਥੇ ਪੈਸੇ ਦਵਾ ਅਤੇ ਉੱਥੇ ਮੈਂ ਹੋਰ ਬਣਾ ਲੈਣੇ ਸੀ, ਅਤੇ ਛੇਤੀ ਕਹਿੰਦਾ ਛੇਤੀ ਕਰ ਇੱਥੋਂ। ਹੁਣ ਤਨ ਨੂੰ ਤਾਂ ਆਨੰਦ ਕਾਰਜ ਲੈ ਗਿਆ ਅਤੇ ਮਨ ਕਿੱਥੇ? ਭਲਾ ਉਹਦਾ ਜੂਏ ਦੀ ਆਦਤ ਵਿੱਚ ਪਿਆ ਹੋਇਆ ਜਿੱਥੇ ਜੂਆ ਖੇਡ ਰਹੇ। ਅਤੇ ਇਹ ਵਿਕਾਰੀ ਬੰਦੇ ਨਾਲ ਨਹੀਂ ਇੰਝ ਵਾਪਰਦਾ।
ਤਨ ਆਪਣੇ ਬੱਚਿਆਂ 'ਚ ਲੈ ਗਿਆ, ਤਨ ਆਪਣੇ ਘਰ ਲੈ ਗਿਆ, ਅਤੇ ਮਨ ਉਹਦਾ ਬਾਹਰ ਤੁਰਿਆ ਫਿਰਦਾ, ਮਨ ਨਾਲ ਨਹੀਂ ਹੈ। ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਪਾਤਸ਼ਾਹ ਦੀ ਬਾਣੀ ਇਹ ਕਹਿੰਦੀ ਹੈ, ਕਹਿਣ ਲੱਗੇ, ਬਾਜ ਥੂਨੀਆਂ ਛਪਰਾ ਥਾਮਿਆਂ, ਨੀ ਘਰਿਆ ਘਰ ਪਾਇਆ ਰੇ। ਮਨ ਦਾ ਘਰ ਨਹੀਂ, ਘਰਿਆ ਹੀ ਹੈ, ਇਹਦਾ ਘਰ ਥੋੜ੍ਹਾ ਹੈਗਾ ਕੋਈ। ਤੁਸੀਂ ਹੁਣ ਕਹੋ ਜੀ ਆਹ ਘਰ, ਇਹ ਘਰ ਤੁਹਾਡੇ ਤਨ ਦਾ ਹੈ, ਮਨ ਦਾ ਘਰ ਇਹ ਨਹੀਂ ਹੈਗਾ। ਤਨ ਦਾ ਘਰ ਹੈ ਆਹ, ਤਨ ਦਾ ਘਰ ਹੈ ਆਹ, ਤੁਹਾਡੀ ਨੇਮ ਪਲੇਟ ਤੁਹਾਡੇ ਤਨ ਦੀ ਹੈ, ਮਨ ਤੇ ਨਾਲ ਜਾਂਦਾ ਹੀ ਨਹੀਂ, ਉੱਥੇ ਮਨ ਤੇ ਬਾਹਰ ਦੀਆਂ ਪ੍ਰਕਰਮਾ ਕਰਦਾ ਫਿਰਦਾ। ਜਦੋਂ ਤੱਕ ਮਨ ਤੁਹਾਡੇ ਕੋਲ ਨਹੀਂ ਨਾ ਹੈਗਾ, ਹੁਣ ਤੁਹਾਡਾ ਬੱਚਾ ਸਕੂਲ ਤਨ ਲੈ ਜੇ, ਮਨ ਨਾਲ ਲੈ ਕੇ ਨਾ ਜਾਏ, ਦੱਸਿਓ ਭਲਾ ਉਹ ਪੜ੍ਹ ਸਕਦਾ ਭਲਾ ਕਦੀ? ਬੋਲੋ ਪਿਆਰੇ, ਉਹ ਧੀ ਵਿਆਹੋ ਤੁਸੀਂ ਆਪਣੀ ਧੀ, ਸਹੁਰੇ ਤਨ ਲੈ ਜਾਵੇ, ਮਨ ਨਾਲ ਨਾ ਜਾਵੇ, ਭਾਵੇਂ 5 ਟਰੱਕ ਭਰ ਕੇ ਦਾਜ ਦੇ ਦੇ ਦੋਵਾਂ, ਕਦੀ ਨਹੀਂ ਵਸੇਗੀ। ਉਹਨੂੰ ਵਸਣ ਲਈ ਉੱਥੇ ਮਨ ਵੀ ਖੜਨਾ ਪੈਣਾ, ਉਹਦਾ ਮਨ ਉਸ ਪਰਿਵਾਰ 'ਚ ਹਾਜ਼ਰ ਹੋਏਗਾ ਤਾਂ ਵਸੇਗੀ, ਫਿਰ ਭਾਵੇਂ ਉਹਨੂੰ 1 ਵੀ ਰੁਪਈਆ ਦਾਜ ਦੀ ਲੋੜ ਨਹੀਂ, ਉਹ ਪਰਿਵਾਰ ਦੇ ਵਿੱਚ ਮਿਕਸ ਹੋ ਜਾਏਗੀ, ਉਹ ਸਮਝੇਗੀ ਇਹ ਘਰ ਮੇਰਾ ਹੈ, ਇਹ ਪਤੀ ਹੈ, ਇਹ ਮੇਰੀ, ਇਹ ਮੇਰੇ ਬੱਚੇ ਨੇ, ਇਹ ਮੇਰੀ ਸੱਸ ਮਾਂ ਹੈ, ਇਹ ਮੇਰੀ ਦਰਾਣੀ ਹੈ, ਇਹ ਮੇਰੀ ਜਠਾਣੀ ਹੈ, ਇਹ ਘਰ ਨੂੰ ਮੈਂ ਆਪਣਾ ਘਰ ਸਮਝਣਾ ਹੈ। ਤੁਸੀਂ ਵੇਖਿਆ ਜਿਨ੍ਹਾਂ ਘਰਾਂ 'ਚ ਇਹ ਪ੍ਰੋਬਲਮ ਆਉਂਦੀਆਂ ਉੱਥੇ ਉਹ ਰਹਿੰਦੀਆਂ ਜ਼ਰੂਰ ਨੇ, ਉੱਥੇ ਸਿਰਫ ਤਨ ਰਹਿੰਦਾ, ਮਨ ਉੱਥੇ ਨਹੀਂ ਰਹਿੰਦਾ। ਸਮਾਂ ਪਾ ਕੇ ਤਲਾਕ ਵਾਲੀਆਂ ਨੌਬਤਾਂ ਆ ਜਾਂਦੀਆਂ ਨੇ, ਧੀਆਂ ਨਾਲ ਵੀ ਵਾਪਰਦਾ, ਬੱਚਿਆਂ ਨਾਲ ਵੀ ਵਾਪਰਦਾ। ਤੁਸੀਂ ਮੰਨ ਲਓ ਚੁੱਕ ਚੁਕਾ ਕੇ ਆਪਣੇ ਬੱਚੇ ਨੂੰ ਕਿਸੇ ਕਾਰੋਬਾਰ 'ਤੇ ਲਾ ਦਿਓ, ਜੇ ਮਨ ਹੀ ਨਹੀਂ ਸਹਿਮਤ ਹੈਗਾ ਉਹਦਾ, ਕਾਮਯਾਬ ਕਦੀ ਨਹੀਂ ਹੋਏਗਾ। ਇਸ ਕਰਕੇ ਗੁਰਦੇਵ ਦੀ ਬਾਣੀ ਕਹਿੰਦੀ ਹੈ, ਸੱਚ ਜਾਣਿਓ ਇੱਦਾਂ ਸਾਡੇ ਨਾਲ ਹੋਇਆ, ਅਸੀਂ ਤੁਹਾਨੂੰ ਗੁਰਦੁਆਰੇ ਲੈ ਆਏ ਅਤੇ ਮਨ ਤਾਂ ਸਾਡਾ ਗੁਰਦੁਆਰੇ ਨਾਲ ਆਇਆ ਹੀ ਨਹੀਂ, ਜਿਹਨੇ ਸਿੱਖਣਾ ਸੀ। ਮਨ ਨਾਲ ਆਏਗਾ, ਕੁਝ ਸਿੱਖ ਪਾਵਾਂਗੇ। ਪਾਤਸ਼ਾਹ ਦੀ ਬਾਣੀ ਇੱਥੇ ਬਖਸ਼ਿਸ਼ ਕਰ ਰਹੀ ਹੈ, ਕਹਿੰਦੇ, ਨਿਰੰਕਾਰ ਕੇ ਦੇਸ਼ ਜਾਹੇ ਤਾਂ ਸੁੱਖ ਲਹੇ ਮਹੱਲ ਲਾਏ। ਤੀਜੀ ਉਧਾਰ ਦਿੱਤੀ ਨੌਕਰੀ ਦੀ, ਕਹਿੰਦੇ ਲਾਏ ਚਿੱਤ ਕਰ ਚਾਕਰੀ, ਤੂੰ ਪਰਮੇਸ਼ਰ ਦੇ ਨਾਮ ਦੀ ਨੌਕਰੀ ਕਰ। ਜਿੱਦਾਂ ਇੱਕ ਇਮਾਨ, ਜਿਵੇਂ ਇੱਕ ਨੌਕਰੀ ਕਰਨ ਵਾਲਾ ਇਮਾਨਦਾਰ ਬੰਦਾ, ਮੀਂਹ ਆਵੇ ਹਨੇਰੀ ਜਾਵੇ, ਉਹਦੀ ਨੌਕਰੀ ਕਰਨ ਵਿੱਚ ਮੀਂਹ ਹਨੇਰੀ ਰੁਕਾਵਟ ਨਹੀਂ ਪਾ ਸਕਦੀ, ਜਿਹੜਾ ਇਮਾਨਦਾਰ ਬੰਦਾ। ਅਤੇ ਜਿਹਨੇ ਨਹੀਂ ਕਰਨੀ ਉਹ ਤਾਂ ਬਹਾਨੇ ਲੱਭੂ, ਵੀ ਕੋਈ ਗੱਲ ਨਹੀਂ, ਮੀਂਹ ਆ ਗਿਆ ਅੱਜ ਮੇਰੇ ਕੋਲੋਂ ਘਰੋਂ ਆਇਆ ਨਹੀਂ ਗਿਆ। ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ। ਕਹਿੰਦੇ ਪਰਮੇਸ਼ਰ ਦੇ ਨਾਮ ਦੀ ਨੌਕਰੀ ਕਰ ਅਤੇ ਮਨ ਨਾਮ ਕਰ ਕੰਮ, ਆਪਣੇ ਮਨ ਨੂੰ ਸੱਚ ਵਿੱਚ ਮਿਕਸ ਕਰਾ ਦੇ। ਕਹਿਣ ਲੱਗੇ ਇਹ ਪਰਮੇਸ਼ਰ ਦੀ ਨੌਕਰੀ ਹੋਵੇ। ਅਤੇ ਬੰਨ ਵਧੀਆਂ ਕਰ ਧਾਵਣੀ, ਆਪਣੇ ਮਨ ਨੂੰ ਬੰਨ ਵਿਕਾਰਾਂ ਵਾਲੇ ਬੰਨਿਓ ਰੋਕ ਕੇ ਰੱਖ, ਇਹ ਨੌਕਰੀ ਵਾਸਤੇ ਕੀਤੀ ਤੇਰੀ ਭੱਜ ਨਾ ਸੋਵੇ। ਬੰਨ ਵਧੀਆਂ ਕਰ ਧਾਵਣੀ, ਅਤੇ ਫਿਰ ਪਤਾ ਹੈਗਾ ਤਾਂ ਕੋ ਆਖਿਆ ਧਨ, ਲੋਕ ਤੈਨੂੰ ਸ਼ਾਬਾਸ਼ ਕਹਿਣਗੇ, ਧਨ ਕਹਿਣਗੇ, ਬੜਾ ਨੇਕ ਬੰਦਾ ਭਾਈ, ਬਹੁਤ ਚੰਗਾ ਬੰਦਾ ਹੈ। ਤਾਂ ਕੋ ਆਖਿਆ ਧਨ, ਨਾਨਕ ਵੇਖੈ ਨਦਰ ਕਰ। ਹੇ ਨਾਨਕ, ਫਿਰ ਉਹ ਮਾਲਕ ਤੇਰੇ 'ਤੇ ਬਖਸ਼ਿਸ਼ ਭਰੀ ਨਦਰ ਨਾਲ ਵੇਖੇਗਾ। ਅਤੇ ਚੜ੍ਹੈ, ਪੜ੍ਹੋ, ਚੜ੍ਹੈ ਚਵੱਗਣ ਵਨ, 4 ਗੁਣਾ ਰੂਪ ਤੇਰੇ 'ਤੇ ਹੋਰ ਚੜ੍ਹ ਜੂ। ਕਿਹੜਾ ਰੂਪ? ਬਾਹਰਲਾ ਨਹੀਂ, ਅੰਦਰਲਾ। ਅਤੇ ਇੱਕ ਬੇਨਤੀ ਅਖੀਰ 'ਤੇ ਕਰਾਂ, ਜੇ ਅੰਦਰਲਾ ਰੂਪ ਚੜ੍ਹਿਆ ਹੋਵੇ ਨਾ, ਬਾਹਰਲਾ ਰੂਪ ਵੀ ਤਾਂ ਹੀ ਸੋਹਣਾ ਲੱਗਦਾ। ਜੇ ਅੰਦਰੋਂ ਬੰਦਾ, ਤੁਸੀਂ ਕਦੀ ਨੋਟ ਕਰਿਓ, ਜਿਹੜਾ ਬੰਦਾ ਅੰਦਰੋਂ ਅਪਸੈੱਟ ਹੋਏਗਾ ਨਾ, ਉਹਦੀ ਚਮੜੀ ਵੀ ਅਪਸੈੱਟ ਹੋਏਗੀ। ਜਦੋਂ ਬੰਦਾ ਖੁਸ਼ ਹੁੰਦਾ, ਉਹਦਾ ਚਿਹਰਾ ਦੱਸਦਾ ਕਿ ਨਹੀਂ ਦੱਸਦਾ? ਬੋਲ ਕੇ ਦੱਸਿਓ ਜੀ। ਆਪਾਂ ਨਹੀਂ ਕਹਿੰਦੇ ਅੱਜ ਚਿਹਰਾ ਬੜਾ ਲਾਲ ਹੈ, ਕੀ ਗੱਲ ਹੈ, ਅੱਜ ਬੜਾ ਦਗਦਾ ਕਰਦਾ, ਕੋਈ ਖੁਸ਼ ਹੈ? ਅਤੇ ਜਦੋਂ ਅਪਸੈੱਟ ਹੋਵੇ ਕੀ ਕਹਿੰਦੇ? ਅੱਜ ਬੜਾ ਮੁਰਝਾਇਆ ਜਿਹਾ ਹੈ। ਕਿਉਂਕਿ ਜਦੋਂ ਮਨ ਉਦਾਸ ਹੋਵੇ, ਨਾਲ ਚਮੜੀ ਵੀ ਉਦਾਸ ਹੋ ਜਾਂਦੀ ਹੈ, ਨਾਲ ਮੱਥਾ ਵੀ ਉਦਾਸ ਹੋ ਜਾਂਦਾ ਹੈ, ਨਾਲ ਅੱਖਾਂ ਵੀ ਉਦਾਸ ਹੋ ਜਾਂਦੀਆਂ ਨੇ। ਜਦੋਂ ਮਨ, ਤਾਂ ਹੀ ਆਖਿਆ ਸੀ ਮਨ ਨੂੰ ਸੱਤ ਦੀ ਸੰਗਤ ਦੇ ਦੇ,
ਤੇਰਾ ਸਰੀਰ ਦਾ ਅੰਗ ਇਕੱਲਾ ਇਕੱਲਾ ਖਿੜ ਜਾਏਗਾ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਪੜ੍ਹੋ ਗੁਰਪ੍ਰਸਾਦ ਸੁੱਕੇ। ਘਰ ਦੇ ਵਿੱਚ ਗਮਲੇ ਦੇ ਵਿੱਚ ਪੌਦਾ ਉਹ ਸੁੱਕਾ ਮੁਰਝਾਇਆ, ਤੁਸੀਂ ਇੱਦਾਂ ਪਾਣੀ ਲੈ ਕੇ ਛੱਟਾਂ ਮਾਰੋ, ਹਰਿਆ ਨਹੀਂ ਹੋਣਾ। ਬਾਲਟੀ ਭਰ ਕੇ ਉਹਦੀਆਂ ਜੜ੍ਹਾਂ 'ਚ ਪਾ ਦਿਉ, ਦਿਨ ਚੜ੍ਹਦੇ ਨੂੰ ਉਹਦੇ 'ਤੇ ਤਾਜ਼ਗੀ ਆ ਜਾਣੀ, ਉਹਨੇ ਹਰਿਆ ਹੋ ਜਾਣਾ। ਹਰ ਕਾ ਨਾਮ ਧਿਆਏ ਕਹਿ, ਹੁਣ ਕੀ ਜਿਹੜਾ ਰੱਬ ਦਾ ਨਾਂ ਲੈਂਦਾ ਉਹਦਾ ਰੰਗ ਹਰਿਆ ਹੋ ਜਾਂਦਾ। ਹਰਿਆਵਲ ਦਾ ਅਰਥ ਹੈ ਹਰੀ ਉਹ ਚੀਜ਼ ਰਹਿੰਦੀ ਜਿਹਦਾ ਧਰਤੀ ਨਾਲ ਸੰਬੰਧ ਹੈ। ਅੱਜ ਬੰਦੇ 'ਚੋਂ ਹਰਿਆਵਲ ਗਵਾਚ ਗਈ। ਆਓ, ਸੰਗਤ ਦਾ ਬੜਾ ਵੱਡਾ ਅਸਰ ਪੈਂਦਾ। ਤੁਸੀਂ 4 ਦਿਨ ਚੰਗੇ ਬੰਦਿਆਂ ਕੋਲ ਬਹੋ, ਤੁਹਾਡਾ ਬੁਰਾਈ ਕਰਨ ਨੂੰ ਜੀ ਨਹੀਂ ਕਰਨਾ। ਤੁਸੀਂ 5 ਦਿਨ ਬੁਰਿਆਂ 'ਚੋਂ ਬਹੋ, ਤੁਹਾਡਾ ਚੰਗੇ ਬੰਨੇ ਜਾਣ ਨੂੰ ਜੀ ਨਹੀਂ ਕਰਨਾ। ਸਤਿਗੁਰ ਨੇ ਮਨ ਨੂੰ ਆਖਿਆ, ਮਨਾ ਤੂੰ ਸੱਤ ਦੀ ਸੰਗਤ ਕਰ, ਸੱਚ ਦੀ ਵਿਚਾਰ ਵਾਲੇ ਬੰਨੇ ਤੁਰ, ਤਾਂ ਕਿ ਤੇਰਾ ਜੀਵਨ ਖੂਬਸੂਰਤ ਬਣ ਸਕੇ। ਮੇਰੇ ਮਾਧੋ ਜੀ, ਪੜ੍ਹੋ ਸਾਰੇ, ਮੇਰੇ ਮਾਧੋ ਜੀ, ਸੱਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁੱਕੇ ਸੁੱਕਾ ਪੌਦਾ ਪਾਣੀ ਦਿੱਤਾ ਅਤੇ ਹਰਿਆ ਹੋ ਗਿਆ। ਅੱਜ ਜੀਵਨ ਕੁਮਲਾਇਆ ਪਿਆ, ਸੁੱਕਾ ਹੋਇਆ ਪਿਆ। ਆਓ, ਇਹਨੂੰ ਹਰੇ ਕਰਨ ਦੀ ਕੋਸ਼ਿਸ਼ ਕਰੀਏ। ਇਹ ਨਿਮਾਣੇ ਜੇ ਯਤਨ ਇਸੇ ਕਰਕੇ ਆ ਕਿ ਗੁਰਬਾਣੀ ਦੀ ਵਿਚਾਰ ਦਾ ਜਲ ਸਾਡੇ ਮਨ 'ਚ ਪਵੇ, ਅਤੇ ਸਾਡਾ ਮਨ ਜਦੋਂ ਖਿੜੇਗਾ ਨਾਲ ਤਨ ਵੀ ਪ੍ਰਫੁੱਲਿਤ ਹੋਏਗਾ, ਸਾਡਾ ਜੀਵਨ ਖੂਬਸੂਰਤ ਬਣੇਗਾ। ਸਾਧ ਸੰਗਤ, ਇੰਨੇ ਕੁ ਬਚਨ ਪ੍ਰਵਾਨ ਕਰਨੇ, ਦੀਵਾਨ ਦੀ ਸਮਾਪਤੀ ਤੱਕ ਆਪਾਂ ਉੱਠਣ ਦੀ ਕੋਸ਼ਿਸ਼ ਨਹੀਂ ਕਰਨੀ। ਭਾਈ ਗੁਰਜਨ ਸਿੰਘ ਹੁਣ ਤੁਹਾਡੇ ਨਾਲ, ਜੇ ਕਿਸੇ ਵੀਰ ਭੈਣ ਨੇ ਕੋਈ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਕੋਈ ਸਵਾਲ ਹੈ, ਕੋਈ ਇਤਿਹਾਸ ਬਾਰੇ, ਕੋਈ ਬਾਣੀ ਬਾਰੇ ਕੋਈ ਸਵਾਲ ਹੈ, ਤਾਂ ਆਪ ਜੀ ਜ਼ਰੂਰ ਇੱਥੇ ਲਿਖ ਕੇ ਦੇ ਦਿਓ ਜਾਂ ਬੋਲ ਕੇ ਦੱਸ ਦਿਓ। ਉਹਨਾਂ ਸਵਾਲਾਂ 'ਤੇ ਕੁਝ ਸਮਾਂ ਚਰਚਾ ਭਾਈ ਗੁਰਜਨ ਸਿੰਘ ਜੀ ਸਾਡੇ ਨਾਲ ਸਾਂਝੀ ਕਰਨਗੇ। ਸਾਰਿਆਂ ਨੂੰ ਬੇਨਤੀ ਹੈ ਕਿ 550 ਸਾਲਾ ਧੰਨ ਗੁਰੂ ਨਾਨਕ ਸਾਹਿਬ ਦਾ ਜੋ ਸ਼ਤਾਬਦੀ ਪ੍ਰਕਾਸ਼ ਪੁਰਬ ਆ ਰਿਹਾ, ਉਹਨੂੰ ਸਮਰਪਿਤ ਮੇਰੀ ਉਹ ਭੈਣੋ, ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕੀਤੇ ਉਹ ਵਧਾਈ ਦੇ ਪਾਤਰ ਜੇ, ਜਿਨ੍ਹਾਂ ਅਜੇ ਤੱਕ ਨਹੀਂ ਕੀਤੇ ਕੋਸ਼ਿਸ਼ ਕਰੋ ਆਪਣੇ ਘਰਾਂ 'ਚ ਸਹਿਜ ਪਾਠ ਪੋਥੀਆਂ ਤੋਂ ਕਰੋ। ਇੱਕ ਇੱਕ ਅੰਕ ਰੋਜ਼ ਪੜ੍ਹੋ, ਅੱਧਾ ਪੜ੍ਹ ਲਓ, 2 ਪੜ੍ਹ ਲਓ, ਬਾਣੀ ਪੜ੍ਹਨੀ ਸ਼ੁਰੂ ਕਰੋ। ਪਰਿਵਾਰਾਂ 'ਚ ਮੇਰੇ ਵੀਰੋ ਭੈਣੋ, ਤੁਹਾਡੇ ਅੱਗੇ ਵੀ ਬੇਨਤੀ ਹੈ, ਬਾਹਰ ਸਟਾਲ ਲੱਗਾ, ਜਾਣ ਲੱਗਿਆਂ ਕੋਈ ਨਾ ਕੋਈ ਕਿਤਾਬ ਜ਼ਰੂਰ ਲੈ ਕੇ ਜਾਓ, ਤਾਂ ਕਿ ਸਾਡੇ ਘਰਾਂ 'ਚ ਸੋਹਣੀਆਂ ਲਾਇਬ੍ਰੇਰੀਆਂ ਬਣਨ, ਸਾਨੂੰ ਪੜ੍ਹਨ ਦੀ ਆਦਤ ਪੈ ਜਾਏ, ਸਾਡੇ ਘਰਾਂ 'ਚ ਸਾਹਿਤ ਪਿਆ ਹੋਏਗਾ। ਕਦੀ ਵਿਹਲੇ ਬੈਠੇ ਇਕੱਲੇ ਜੇ ਘਰ 'ਚ ਕੋਈ ਨਹੀਂ ਹੈਗਾ ਤੁਹਾਡੇ ਘਰ, ਅਤੇ ਕੋਈ ਕਿਤਾਬ ਪਈ ਹੋਏਗੀ ਅਤੇ 2 ਅੰਕ ਪੜ੍ਹੋਗੇ, ਜਦੋਂ ਪੜ੍ਹੋਗੇ ਤੁਹਾਨੂੰ ਕੋਈ ਸਮਝ ਆਏਗੀ ਅਤੇ ਤੁਸੀਂ ਕਿਸੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰੋਗੇ। ਤੋ ਆਓ ਸਾਧ ਸੰਗਤ, ਸ਼ੁਕਰਾਨਾ ਮਾਲਕ ਦਾ ਜਿਨ੍ਹਾਂ ਨੇ ਸਮੁੱਚੇ ਨਗਰ ਨਿਵਾਸੀਆਂ ਨੂੰ, ਪਿੰਡ ਵਾਸੀਆਂ ਨੂੰ, ਇਹਨਾਂ ਪ੍ਰਬੰਧਕ ਵੀਰਾਂ ਨੂੰ ਉੱਦਮ ਚਾਓ ਪ੍ਰੇਰਨਾ ਬਖਸ਼ਿਸ਼ ਕੀਤੀ ਹੈ। ਮਾਲਕ ਨੇ ਕਿਰਪਾ ਕੀਤੀ, ਤੁਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰੀ ਹੈ। ਗੁਰਮਤ ਦਾ ਸਾਡੇ ਹਿਰਦਿਆਂ 'ਚ ਪ੍ਰਕਾਸ਼ ਹੋਵੇ, ਮਨਮਤ ਹੁੰਝ ਕੇ ਅਸੀਂ ਆਪਣੇ ਘਰਾਂ 'ਚੋਂ ਬਾਹਰ ਕੱਢੀਏ, ਜਿਵੇਂ ਇੱਕ ਬਹੁਕਰ ਝਾੜੂ ਘਰ ਦੀ ਗੰਦਗੀ ਹੁੰਝ ਕੇ ਬਾਹਰ ਕਰਦਾ, ਇੱਦਾਂ ਅਸੀਂ ਆਪਣੇ ਹਿਰਦੇ 'ਚੋਂ ਗੁਰੂ ਸ਼ਬਦ ਦੇ ਝਾੜੂ ਨਾਲ ਕਰ ਹੁਕਮ, ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਬਸ ਗੁਰੂ ਦੀ ਸਿੱਖਿਆ ਨਾਲ ਬੁਰਾਈਆਂ ਨੂੰ ਆਪਣੇ ਹਿਰਦੇ 'ਚ ਹੁੰਝ ਕੇ ਬਾਹਰ ਕਰ ਦਈਏ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਸਾਧ ਸੰਗਤ, ਜਿਨ੍ਹਾਂ ਨੇ ਉੱਦਮ ਚਾਓ ਪ੍ਰੇਰਨਾ ਕਰਕੇ ਸੰਗਤ ਲਿਆਂਦੀ, ਲੰਗਰ ਬਣਾਏ, ਲੰਗਰ ਵਰਤਾਏ, ਸਾਰਿਆਂ ਦਾ ਧੰਨਵਾਦ। ਆਓ ਹੁਣ ਭਾਈ ਗੁਰਜਨ ਸਿੰਘ ਜੀ ਹੁਣੀ ਸਾਡੇ ਨਾਲ ਗੁਰਮਤਿ ਦੀਆਂ ਵਿਚਾਰਾਂ, ਜੇ ਕਿਸੇ ਵੀਰ ਨੇ ਕੋਈ ਸਵਾਲ ਪੁੱਛਣਾ ਅੱਜ ਦੇ ਵਿਸ਼ੇ ਨਾਲ ਸੰਬੰਧਿਤ, ਜਾਂ ਕੋਈ ਵੀ ਬਾਣੀ ਬਾਰੇ ਕੋਈ ਸਵਾਲ ਹੈ, ਤਾਂ ਉਹ ਆਪ ਜੀ ਜ਼ਰੂਰ ਪੁੱਛੋ। ਥੋੜ੍ਹਾ ਕੁ ਸਮਾਂ ਸਾਡੇ ਨਾਲ ਉਹ ਸਵਾਲਾਂ ਉੱਤੇ ਵਿਚਾਰ ਕਰਨਗੇ, ਉਸ ਤੋਂ ਬਾਅਦ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਹੋਏਗਾ, ਅਰਦਾਸ ਹੋਏਗੀ।
ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ। ਉਸ ਤੋਂ ਬਾਅਦ ਮਹਾਰਾਜ ਦਾ ਸਰੂਪ ਨਿੱਜ ਸਥਾਨ 'ਤੇ ਜਾਏਗਾ, ਫਿਰ ਸਾਰੀ ਸੰਗਤ ਨੇ ਲੰਗਰ ਛਕਣ ਤੋਂ ਬਾਅਦ ਹੀ ਜਾਣ ਦੀ ਖੇਚਲ ਕਰਨੀ ਹੈ। ਫਤਿਹ ਬੁਲਾਓ ਬੜੇ ਪਿਆਰ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ,